ਸਾਡੀ ਕੌਮ ਨਹੀਂ ਬਦਲ ਸਕਦੀ, ਸਾਡਾ ਖੂਨ ਨਹੀਂ ਬਦਲ ਸਕਦਾ। ਕਿੱਥੋਂ ਕੱਢੋਗੇ ਵਿੱਚੋਂ ਸਾਡੇ ਸਾਡੇ ਪੱਤ ਨੂੰ, ਸਾਡੇ ਗੁਰੂਆਂ ਨੇ ਦਿੱਤੀਆਂ ਸ਼ਹੀਦੀਆਂ, ਉਹਨਾਂ ਦੀਆਂ ਕੀਤੀਆਂ ਕਮਾਈਆਂ ਨੂੰ ਕਿੱਥੋਂ ਕੱਢੋਗੇ? ਉਹਨਾਂ ਰਾਤੇ ਰਾਤ ਬੋਲ ਪੈਂਦੀਆਂ, ਆ ਖੜੇ ਆ ਪਤੰਦਰ ਦਿੱਲੀ ਦੀ ਇੱਕ ਤੇ ਆ ਕੇ ਚੜ ਗਏ, ਸੁੱਪ ਝੂਲ ਤੇ ਨਿਸ਼ਾਨ ਰਹਿਣ। Beggars can't be choosers। एक कहावत है अंग्रेजी की, मंगते नूं जिहड़ी मूंह मंगी भीख नहीं मिलती, उन्हूं वो मिलता जो अगला देना चाहता। तुसीं सुनिया कभी कि हिंदी बोली लागू कराने वास्ते किसी बंदे ने कुछ सर्च किया हो? एक धरना तुसीं सुनिया अज तक? तो असीं धरने ला लगे पंजाबी नूं बचा सकते? सो जिहड़ा सिस्टम हुंदा है ना, सिस्टम एक तरीके नाल वर्क करता है। जे तो तुहाडा सिस्टम है तुहाडे फेवर च करूगा, जे तुहाडा नहीं हैगा तुहाडे उल्ट करूगा। जिन्ना मर्जी अकाला जोर ला लो। लाल किले तो आप निशान साहब जरा की किया, थ्रैट मिले सू, मोदी की गड्डी रुकती है पुल से आके, सू थ्रैट मिलते भी तेरे चरासी बढ़ा देंगे। क्यों ये क्यों होता? होर किसी कौम क्यों नहीं हो जाता? कहते सारे सियासी कैदी रिहा करो, ये नहीं कहते कि बंदी सिंह रिहा करो, वो जगह तो शब्द सियासी कैदी वरत देने सारे। उगराह ने किसानी मोर्चे के जोड़े नक्सली गिरफ्तार हुए सकॉलर, उन्होंने पोस्टर फड़े से, एक सिख का नहीं है बेचो दे। गल्लां इह कीतियां जांदियां सी कि सिखां दे धर्म दा रंग ना दिओ इहनूं। इह गल कहिण लग्गिआं क्यों आपां झकदे आं भी प्रॉब्लम पंजाब दी इहो ही आ भी इत्थे सिखां नूं जागना चाहुंदी है सरकार हुकूमत। जे सानूं कोई पुछे भी तुसीं खालसा किद्दां बणाओगे, सानूं ऑफेंसिव रूप च लैणा चाहिए, सानूं अगे डिफेंसिव होकर जवाब नहीं देने शुरू कर देने चाहिए भी हाँ जी भी अहीं इदां करांगे उदां करांगे। सानूं इह कहना चाहिए भी इह सवाल पुछण लग्गिआं तुहानूं शर्म नहीं आई? ਤੁਸੀਂ ਕਿਸੇ ਗੁਲਾਮ ਕੌਮ ਨੂੰ ਇਹ ਪੁੱਛ ਰਹੇ ਜੋ ਵੀ ਤੁਸੀਂ ਆਜ਼ਾਦ ਕਿੱਦਾਂ ਹੋਵੋਗੇ? ਯਾਨੀ ਕਿ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਜਿਸ ਤਰ੍ਹਾਂ ਦੇ ਸਵਾਲ ਕੀਤੇ ਜਾਂਦੇ ਨੇ ਕਿ ਖਾਲਿਸਤਾਨ ਕਿਵੇਂ ਬਣੂ, ਮੁੱਖ ਮੰਤਰੀ ਪ੍ਰਧਾਨ ਮੰਤਰੀ ਕਿਉਂ, ਇਹ ਬਾਅਦ ਦੀਆਂ ਗੱਲਾਂ ਨੇ, ਪਹਿਲਾਂ ਇਹ ਹੈ ਕਿ ਤੁਸੀਂ ਕੌਮੀ ਘਰ ਨੂੰ ਲੈਣਾ ਚਾਹੁੰਦੇ ਹੋ। ਛਿੱਤਰ ਖਾਣ ਸਿੱਖ, ਮਰਨ ਸਿੱਖ, ਜੇਲ੍ਹਾਂ 'ਚ ਸਿੱਖ ਜਾਣ, ਫਾਂਸੀਆਂ 'ਤੇ ਸਿੱਖ ਟੰਗੇ ਜਾਣ, ਅਤੇ ਆ ਜਾ ਕੇ ਫਿਰ ਜਦੋਂ ਸਿੱਖ ਆਪਣੀ ਸੋਵਰਨਿਟੀ ਦੀ ਗੱਲ ਕਰਨ ਅਤੇ ਇਹਨਾਂ ਨੂੰ ਫਿਰਕੂ ਦੱਸਿਆ ਜਾਵੇ ਵੀ ਇਹ ਇਕੱਲੇ ਸਿੱਖਾਂ ਦੀ ਗੱਲ ਕਰਦੇ? ਖਾਲਿਸਤਾਨ ਦੀ ਜਿਹੜੀ ਵਿਜ਼ਨ ਹੈ ਉਹ ਮਹਾਰਾਜਾ ਰਣਜੀਤ ਸਿੰਘ ਵਾਲੇ ਰਾਜ ਦਾ ਵਿਜ਼ਨ ਆ ਜਾਂ ਮੌਜੂਦਾ ਪੰਜਾਬ ਦਾ ਵਿਜ਼ਨ ਹੈ? ਖਾਲਸੇ ਨੇ ਬ੍ਰਹਮੰਡ 'ਤੇ ਰਾਜ ਕਰਨਾ, ਪਰ ਰਾਜ ਕਿਤੋਂ ਸ਼ੁਰੂ 'ਤੇ ਹੋਊਗਾ ਨਾ? ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਦਾ ਰਾਜ ਜਿੱਤਿਆ ਸੀ ਪਹਿਲਾਂ, ਪੰਜਾਬ 'ਤੇ ਰਾਜ ਨਹੀਂ ਸੀ ਪਹਿਲਾਂ ਉਹਦਾ, ਫਿਰ ਉਹਨੇ ਐਕਸਪੈਂਡ ਕੀਤਾ ਸਾਰੇ ਪਾਸੇ ਨੂੰ, ਸਤਲੁਜ ਤੱਕ ਹੱਦ ਇੱਧਰ ਨੂੰ ਗਈ, ਉੱਧਰ ਕਾਬਲ ਕੰਧਾਰ ਤੱਕ ਜਿਹੜੀ ਸੀ ਹੱਦ ਸੀ ਦਾ ਖਾਲਸੇ ਰਾਜ ਦੀ ਜੀ, ਇੱਕ ਹੱਥ 'ਚ ਨਹੀਂ ਹੋ ਗਿਆ। ਇਹ ਹੌਲੀ ਹੌਲੀ ਸਭ ਕੁਛ ਲੱਗਦਾ, ਪਾਵਰ ਵੱਧਦੀ ਹੈ ਰਾਜ ਦੇ ਨਾਲ, ਤੁਹਾਡੇ ਕੋਲ ਸੋਵਰਨਟੀ, ਸੋਵਰਨਟੀ ਇੱਡੀ ਖੂਬਸੂਰਤ ਚੀਜ਼ ਹੈ ਨਾ, ਜਦੋਂ ਸੋਵਰਨ ਹੁੰਦੇ ਤੁਸੀਂ ਫਿਰ ਸੋਚਦੇ ਹੋ ਕਿ ਸਾਡਾ ਹੋਰ ਪੋਟੈਂਸ਼ੀਅਲ ਵੀ ਹੈਗਾ ਸਾਡੇ 'ਚ। ਉਸ ਵਰਗ ਨੂੰ ਤੁਸੀਂ ਕਿਵੇਂ ਦੇਖਦੇ ਹੋ, ਚਾਹੇ ਉਹਦੇ ਵਿੱਚ ਕਈ ਕਿਸਾਨ ਆਗੂ ਆ ਜਾਣ, ਚਾਹੇ ਕੁਝ ਨੌਜਵਾਨ ਆਗੂ ਜਿਵੇਂ ਲੱਖੇ ਹੋਣੀ ਹੋਏ ਜਾਂ ਹੋਰ ਹੋਏ, ਉਹ ਪੰਜਾਬ ਦੀ ਗੱਲ ਤਾਂ ਕਰਦੇ ਨੇ, ਉਸ ਤੋਂ ਬਾਅਦ ਕਈ ਥਾਵਾਂ ਦੇ ਉੱਤੇ ਧਰਮ ਤੋਂ ਜਿਹੜੇ ਉਹ ਪੈਰ ਪਿੱਛੇ ਖਿੱਚਦੇ ਨੇ, ਘੁੰਡ ਕੱਢ ਕੇ ਨੱਚਣਾ ਉਹਨੂੰ ਕਹਿੰਦੇ ਆ। ਜੇ ਨੱਚਣਾ ਹੈ ਨਾ ਕਿਤੇ ਤਾਂ ਘੁੰਡ ਚੁੱਕ ਕੇ ਨੱਚਣਾ ਚਾਹੀਦਾ, ਇੱਦਾਂ ਨਹੀਂ ਹੈਗਾ ਵੀ ਤੁਸੀਂ ਪਿਕ ਐਂਡ ਚੂਜ਼ ਕਰ ਲਿਆ ਵੀ ਆਹ ਸੀ ਚੀਜ਼ ਸਾਨੂੰ ਚੰਗੀ ਲੱਗਦੀ ਆ, ਧਰਮ ਦੀ ਲੈ ਲਈ ਆ ਰੱਖ ਦਈਏ। ਧਰਮ ਸੰਪੂਰਨ, ਕਿਤੇ ਵੀ ਕੋਈ ਧਾਰਮਿਕ ਪ੍ਰੋਗਰਾਮ ਜਾਂ ਕੋਈ ਪੰਥ ਇਕੱਠ ਹੁੰਦਾ ਹੈ ਉੱਥੇ ਸਾਰੇ ਇੱਕ ਆਗੂ ਹੋਕਾ ਦਿੰਦੇ ਨੇ ਕਿ ਇੱਕ ਹੋ ਜਾਓ, ਸਾਡਾ ਧਾਨ ਕੀਤਾ ਜਾ ਰਿਹਾ, ਸਾਨੂੰ ਮਾਰਿਆ ਜਾ ਰਿਹਾ। ਤੇ ਜਿਹੜੇ ਬੰਦੇ ਸਟੇਜਾਂ 'ਤੇ ਚੜ ਕੇ ਇੱਕ ਤਰ੍ਹਾਂ ਨਾਲ ਲਾਉਂਦੇ ਨੇ ਉਹੀ ਬੰਦੇ ਨੇ ਜਿਹੜੇ ਦੀਪ ਦੀ ਕਿਰਦਾਰ ਤੁਸੀਂ ਕੰਮ 'ਚ ਸਭ ਤੋਂ ਅੱਗੇ। ਤੁਸੀਂ ਇਸ ਦੇ ਲਈ ਕਸੂਰਵਾਰ ਸਿੱਖਾਂ ਨੂੰ ਮੰਨਦੇ ਹੋ ਕਿ ਜੇਕਰ ਕੋਈ ਇੱਕ ਖੂਹ ਦੇ ਵਿੱਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦਾ, ਦੂਆ ਲੱਤ ਫੜ ਕੇ ਅੰਦਰ ਸਿੱਟ ਲੈਂਦਾ? ਜਿਹੜੀ ਕੰਪਲੀਟ ਸੋਵਰਨਟੀ ਹੈ, ਜਿਹੜੀ ਪੂਰਨ ਆਜ਼ਾਦੀ ਹੈ, ਪੂਰਨ ਆਜ਼ਾਦੀ ਤੋਂ ਬਿਨਾਂ ਕੋਈ ਵੀ ਜਿਹੜਾ ਹੱਲ ਹੈ ਜੀ ਪੰਜਾਬ ਦਾ ਨਹੀਂ ਹੈਗਾ। ਜੇ ਕਿਸੇ ਇੱਕ ਸਿੱਖ ਦੀ ਪੱਗ ਸ਼ਰੇ ਬਾਜ਼ਾਰ ਲੱਥਦੀ ਹੈ ਤਾਂ ਇਹ ਮਹਿਸੂਸ ਕਰੋ ਤੁਹਾਡੀ ਵੀ ਲੱਥੀ ਹੋਈ ਹੈ। ਜੇ ਕਿਸੇ ਦੀ ਧੀ ਭੈਣ ਨੂੰ ਕੋਈ ਹੱਥ ਪਾਉਂਦਾ ਤਾਂ ਸਮਝ ਲਓ ਤੁਹਾਡੀ ਧੀ ਭੈਣ ਨੂੰ ਹੱਥ ਪਿਆ, ਅਤੇ ਤੁਸੀਂ ਆਪ ਸੋਚੋ ਵੀ ਤੁਹਾਡੀ ਜਾਂ ਤੁਹਾਡੇ ਪਿਓ ਦੀ ਕਿਸੇ ਦੀ ਪੱਗ ਲੱਥੀ ਹੋਵੇ ਤਾਂ ਮਹਿਸੂਸ ਹੁੰਦਾ? ਜਿਸ ਡਰ ਦੀ ਤੁਸੀਂ ਗੱਲ ਕੀਤੀ ਹੈ, ਜਦੋਂ ਤੁਸੀਂ ਉਸ ਮੁਲਕ ਤੋਂ ਪੰਜਾਬ ਪਰਤੇ ਹੋ ਤਾਂ ਤੁਹਾਡੇ ਮਨ 'ਚੋਂ ਡਰ ਨਹੀਂ ਆਇਆ ਕਿ ਉੱਥੇ ਜਾਵਾਂਗੇ, ਸੰਘਰਸ਼ ਕਰਨਾ, ਦਿੱਕਤਾਂ ਆ ਸਕਦੀਆਂ ਨੇ, ਏਜੰਸੀਆਂ ਕਈ ਹੋਰ ਤਰ੍ਹਾਂ ਦੀਆਂ ਦਿੱਕਤਾਂ ਨੇ, ਚੱਕ ਲਿਆ ਜਾਂਦਾ ਆ, ਬਹੁਤ ਕੁਛ ਆ? ਡਰ ਹਰ ਇੱਕ ਬੰਦੇ ਨੂੰ ਲੱਗਦਾ ਹੈ, ਪਰ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਹੈ ਵੀ ਤੁਹਾਨੂੰ ਜ਼ਿਆਦਾ ਡਰ ਕਿੱਥੋਂ ਲੱਗਦਾ? ਮੈਨੂੰ ਜ਼ਿਆਦਾ ਡਰ ਇਸ ਗੱਲ ਤੋਂ ਲੱਗਦਾ ਵੀ ਜੇ ਸਾਡੀ ਜਿਹੜੀ ਜਾਨ ਹੈ ਉਹ ਕਿਤੇ ਐਵੇਂ ਬੈੱਡ 'ਤੇ ਪਿਆ, ਕਿਤੇ ਗੱਡੀ 'ਤੇ ਜਾਂਦੇ ਆ, ਕਿਤੇ ਹੋਰ ਕਿਸੇ ਮੁਲਕ 'ਚ ਬੈਠਿਆਂ, ਐਵੇਂ ਅਜਾਈ ਚੱਲ ਗਈ, ਉਹਦੇ ਨਾਲੋਂ ਚੰਗਾ ਵੀ ਅਸੀਂ ਸੰਘਰਸ਼ 'ਚ ਆਪਣਾ ਜੋ ਕੁਛ ਹੈ ਉਹ ਨਿਸ਼ਾਵਰ ਕਰੀਏ। ਇੱਕ ਜ਼ਰੂਰੀ ਚੀਜ਼ ਹੈ ਤੁਹਾਡੀ ਸਟਰਗਲ, ਦੂਜਾ ਟਾਈਮ। ਟਾਈਮ ਹਰ ਕੌਮ ਦਾ ਹੁੰਦਾ, ਸਟਰਗਲ ਤੁਹਾਨੂੰ ਜਾਰੀ ਰੱਖਣੀ ਪੈਣੀ। ਜੇ ਤੁਸੀਂ ਟਾਈਮ ਦੀ ਜਸਟੀਫਿਕੇਸ਼ਨ ਦੇ ਕੇ ਸਟਰਗਲ ਬੰਦ ਕਰ ਦਿਓ ਤਾਂ ਫਿਰ ਆਜ਼ਾਦੀ ਇੱਕ ਸੁਪਨਾ ਹੀ ਹੈ, ਹੋਰ ਕੁਛ ਨਹੀਂ ਹੋ ਸਕਦਾ। ਪੰਜਾਬ ਕੇ ਟੀ ਵੀ ਦੇਖ ਰਹੇ ਹੋ, ਮੈਂ ਮਨਦੀਪ ਸਿੰਘ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦੀ ਸਿਆਸਤ ਦੇ ਵਿੱਚ ਪਿਛਲੇ 2-3 ਸਾਲਾਂ ਦੇ ਵਿੱਚ ਇੱਕ ਨਾਮ ਤੂਫਾਨ ਦੀ ਤਰ੍ਹਾਂ ਆਇਆ, ਜਿਸ ਨੇ ਪੰਜਾਬ ਦੇ ਸਿਆਸੀ
समाजिक अते नौजवानी नू बदल के रख दिता। पर एक हनेरी रात दे विच ओ नाम दीप सिद्धू इस फानी संसार तो चले गए। पर उना दे जान तो बाद उस नौजवानी नू सेध देन दे लई अते उस जत्थेबंदी जिन्हां नू दीप सिद्धू ने साजिया जां दीप सिद्धू ने जिहड़ी जत्थेबंदी खड़ी कीती उना दी जिम्मेवारी अमृतपाल सिंह दे उत्ते पई। ते अज अमृतपाल सिंह साडे नाल हाजर ने, पंजाब दी धरती उत्ते आए ने। उना दे नाल जत्थेबंदी बारे, उन्होंने पंजाब नू लैके विजन बारे गलबात करांगे। आओ उन्हां दा स्वागत करिए। भाई जी स्वागत करदे हां, वाहिगुरु जी का खालसा, वाहिगुरु जी का खालसा, वाहिगुरु जी की फतह। भाई जी सब तो पहले तो यही जानना चाहांगे कि पंजाब की धरती उत्ते आए हो, विजन की लैके आए हो पंजाब के लिए। देखो विजन साडा आजाद पंजाब का है, पंजाब की खुद मुख्तियारी का है। जिवें भाई दीप ने कहा सी, साडी लड़ाई होंद की लड़ाई है। होंद किसी भी कौम की तां बची रह सकती है जे वह गुलामी नू पछाणन, ते गुलामी नू पछाण के उहदे खिलाफ संघर्ष करन। सो साडा विजन यह भी है भी पंथक सियासत नू मुड़ सुरजीत करना है। पिछलियां इलैक्शन दे विच जिवें सिमरजीत सिंह मान होना दी एक जिहड़ी उन्हां नू जित मिली है जी, वह भी पंथक हल्कियां दे विच चंगा एक मैसेज है साडी कौम वास्ते भी असीं पंथक राजनीति नू मुड़ सुरजीत करन वाले राह ते तुर रहे हां। सो इहो ही साडा विजन है, नौजवानी नू नशियां तों दूर करना, पते तपौणे दी लहर नू जिहड़ा उह रोक लाउणी, ते नौजवानां नू प्रेरित करना भी तुसीं गुरु वाले बणो, अमृत छको सिंह सजो जी। जदों सिमरजीत सिंह मार होना तुसीं गल कीती, जदों इलैक्शन जितते ने तो उस तों बाद एक गल ये भी आई है कि खालिस्तान नू खामोश प्रवानगी मिली है, तुसीं इस गल नाल सहमत हो? देखो ये तो जदों भी किसी तुसीं एक नैरेटिव की वार होंदी है सारी, जदों खालिस्तान का विरोध होंदा जी आम लोगों की साइकी च एक डर बह जाता है, टैबू बन जाता है सबजैक्ट एक, उस डर नू कढ़न लई मासस नू अपील करनी पैंदी है। जदों खालिस्तान नू नॉर्मलाइज़ करांगे आपां ते अपने आप लोगों नू लगेगा भी खालिस्तान कोई हउआ नहीं हैगा, इहदी गल कीती जा सकदी है, इहदे प्रति पॉजिटिव सोचा जा सकदा, कोई इत्थे इंटलैक्चुअल डिबेट हो सकदी है। सो असीं ते बड़े लंबे समें दा कह रहे हां भी खालिस्तान जिहड़ा है इहनू टैबू बना के जां इहनू हउआ बना के पेश करना इह हकूमत दी चाल सी। ਹੁਣ ਅੱਜ ਸਿੱਖ ਜਿਹੜੇ ਨੇ ਉਹਨਾਂ ਨੇ ਪਿਛਲੇ ਕੁਛ ਸਾਲਾਂ ਦੇ ਵਿੱਚ ਉਹ ਚਾਲ ਨੂੰ ਬਖੂਬੀ ਪਛਾਣਿਆ ਵੀ ਹੈ ਅਤੇ ਉਹਦੇ ਖਿਲਾਫ਼ ਇੱਕ ਇੰਟਲੈਕਚੁਅਲ ਵਾਰਫੇਅਰ ਵੀ ਚਲਾਈ ਹੈ, ਜਿਹਦੇ ਨਾਲ ਜਿਹਦਾ ਨਤੀਜਾ ਇਹ ਹੈ ਕਿ ਅੱਜ ਨੌਜਵਾਨ ਖਾਲਿਸਤਾਨ ਦੀ ਗੱਲ ਕਰਨ ਲੱਗੇ, ਨਾ ਤਾਂ ਸ਼ਰਮ ਖਾਂਦੇ ਨੇ ਅਤੇ ਨਾ ਉਹਨਾਂ ਨੂੰ ਇਹ ਡਰ ਲੱਗਦਾ ਵੀ ਇਹ ਕੋਈ ਬਹੁਤ ਅਸੀਂ ਮਾੜੀ ਗੱਲ ਕਰ ਰਹੇ ਹਾਂ। ਤਾਂ ਜਿਵੇਂ ਖਾਲਿਸਤਾਨ ਦੀ ਗੱਲ ਆ ਤਾਂ ਉਹਨੂੰ ਇੱਕ ਕ੍ਰਾਈਮ ਦੇ ਤੌਰ 'ਤੇ ਕਿਵੇਂ ਬਣਾ ਦਿੱਤਾ ਗਿਆ ਤੁਹਾਡੇ ਅਨੁਸਾਰ? ਖਾਲਿਸਤਾਨ ਦੀ ਗੱਲ ਨੂੰ ਕ੍ਰਾਈਮ ਕਿਉਂ ਬਣਾਇਆ ਗਿਆ, ਖੁੱਲ੍ਹ ਕੇ ਗੱਲ ਕਿਉਂ ਨਹੀਂ ਹੋ ਸਕਦੀ? ਇਹਦਾ ਇੱਕ ਐਗਜ਼ਾਮਪਲ ਹੈ ਜਿਹੜਾ ਸੋਵਰਨਟੀ ਦਾ ਆਈਡੀਆ ਹੈ, ਜੇ ਉਹਨੂੰ ਕ੍ਰਿਮੀਨਲਾਈਜ਼ ਨਹੀਂ ਕੀਤਾ ਜਾਂਦਾ ਤਾਂ ਕੌਮਾਂ ਸੋਵਰਨਟੀ ਦੀ ਲੜਾਈ ਲੜਦੀਆਂ ਰਹਿੰਦੀਆਂ ਨੇ। ਕੌਮਾਂ ਨੂੰ ਕੋਈ ਹਰਾ ਨਹੀਂ ਸਕਦਾ, ਕੋਈ ਵਾਇਲੈਂਸ, ਕੋਈ ਜਬਰ, ਕੋਈ ਜ਼ੁਲਮ ਨਹੀਂ। ਕੌਮਾਂ ਨੂੰ ਜਦੋਂ ਕੋਈ ਹਰਾਉਂਦਾ ਉਹ ਗਿਲਟ ਹਰਾਉਂਦੀ ਹੈ। ਕਈ ਵਾਰ ਕੌਮਾਂ ਸੰਘਰਸ਼ ਕਰਦੀਆਂ ਕਰਦੀਆਂ ਗਿਲਟ 'ਚ ਚਲੀ ਜਾਂਦੀਆਂ, ਜਿਵੇਂ ਸਿੱਖ ਚਲ ਗਏ ਵੀ ਅਸੀਂ ਪਤਾ ਨਹੀਂ ਕੀ ਏਡਾ ਗਲਤ ਕਰਤਾ ਜਿਹੜਾ ਦਰਬਾਰ ਸਾਹਿਬ 'ਤੇ ਹਮਲਾ ਹੋ ਗਿਆ। ਸੋ ਇਹ ਜਿਹੜੀ ਗਿਲਟ ਹੈ ਇਹ ਕੌਮਾਂ ਨੂੰ ਬਰਬਾਦ ਕਰਦੀ ਹੈ। ਜਿਵੇਂ ਪਿੰਜਰੇ 'ਚ ਬੈਠਾ ਕੋਈ ਬੰਦਾ ਪਿੰਜਰਾ ਤੋੜਨ ਦਾ ਯਤਨ ਨਾ ਕਰੇ ਤਾਂ ਉਹ ਪਿੰਜਰੇ ਨੂੰ ਨੁਕਸਾਨ ਪਹੁੰਚਾਉਣ ਦਾ ਹੀ ਦੋਸ਼ੀ ਮੰਨੀ ਜਾਵੇ ਆਪਣੇ ਆਪ ਨੂੰ। ਸੋ ਸਾਨੂੰ ਇਹ ਸਮਝਣਾ ਚਾਹੀਦਾ ਵੀ ਜਿਹੜਾ ਖਾਲਿਸਤਾਨ ਨੂੰ ਹਊਆ ਬਣਾਇਆ ਹੈ ਉਹ ਬੇਸਿਕਲੀ ਸਾਨੂੰ ਪਿੰਜਰੇ 'ਚ ਕੈਦ ਕਰਕੇ ਅਤੇ ਹਕੂਮਤ ਨੇ ਉਸ ਪਿੰਜਰੇ ਨੂੰ ਹਊਆ ਬਣਾਤਾ ਵੀ ਇਹਨੂੰ ਜੇ ਤੁਸੀਂ ਛੇੜਿਆ ਛੋਇਆ ਟੋਇਆ ਅਤੇ ਤੁਹਾਡਾ ਇਹਦੇ 'ਚ ਨੁਕਸਾਨ ਹੈ, ਤੁਸੀਂ ਮਾੜਾ ਕੰਮ ਕਰ ਰਹੇ ਹੋ। ਇਹ ਬੜਾ ਸੌਖਾ ਆਈਡੀਆ, ਜਿਨ੍ਹਾਂ ਕੋਲ ਮੀਡੀਆ ਹੈ, ਸਕੂਲ ਨੇ, ਯੂਨੀਵਰਸਿਟੀਆਂ ਨੇ, ਅਖਬਾਰਾਂ ਨੇ, ਤਰ੍ਹਾਂ ਤਰ੍ਹਾਂ ਦੇ ਲੇਖਕ ਨੇ, ਲਿਖਾਰੀ ਨੇ, ਉਹਨਾਂ ਵਾਸਤੇ ਮਿੰਟ ਦੀ ਖੇਡ ਹੈ ਵੀ ਕਿਸੇ ਚੰਗੇ ਭਲੇ ਆਈਡੀਆ ਨੂੰ ਸੱਚ ਨੂੰ ਝੂਠ ਕਰ ਦੇਣਾ, ਝੂਠ ਨੂੰ ਸੱਚ ਕਰ ਦੇਣਾ। ਤੁਸੀਂ ਇਸ ਦੇ ਲਈ ਕਸੂਰਵਾਰ ਸਿੱਖਾਂ ਨੂੰ ਮੰਨਦੇ ਹੋ ਕਿ ਜੇਕਰ ਕੋਈ ਇੱਕ ਖੂਹ ਦੇ ਵਿੱਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦਾ ਦੂਆ ਲੱਤ ਫੜ ਕੇ ਅੰਦਰ ਸਿੱਟ ਲੈਂਦਾ ਜਾਂ ਸਟੇਟ ਦਾ ਨੈਰੇਟਿਵ ਇਹਦੇ ਮਗਰ ਹੈ? ਨਹੀਂ ਦੇਖੋ ਸਿੱਖਾਂ ਨੂੰ ਸਿਰਫ ਵਿਕਟਮ ਕਿਹਾ ਜਾ ਸਕਦਾ ਅੱਜ ਦੀ ਡੇਟ ਦੇ ਵਿੱਚ, ਕਸੂਰਵਾਰ ਕਹਿਣਾ ਕੋਈ ਢੁੱਕਵਾਂ ਸ਼ਬਦ ਨਹੀਂ ਹੋਊਗਾ, ਕਿਉਂਕਿ ਕਸੂਰ ਉੱਥੇ ਹੁੰਦਾ ਜਿੱਥੇ ਕੌਮਾਂ ਇੰਟੈਂਸ਼ਨਲੀ ਕੁਛ ਕਰਦੀਆਂ। ਇਹਦੀ ਐਗਜ਼ਾਮਪਲ ਬਾਈ ਦੀਪ ਨੇ ਬਹੁਤ ਬਖੂਬੀ ਦਿੱਤੀ ਸੀ ਬਾਂਦਰਾਂ ਵਾਲੀ, ਸ਼ਾਇਦ ਤੁਸੀਂ ਸੁਣੀ ਹੈ। ਉਹਦੇ 'ਚ ਇਹ ਆ ਵੀ ਜਿਹੜਾ ਟੋਰਚਰ ਹੈ ਉਹ ਤੁਹਾਡੇ ਅੰਦਰ ਇੱਦਾਂ ਰਚ ਜਾਂਦਾ ਵੀ ਜਿਹੜਾ ਫੀਅਰ ਸਾਈਕੋਸਿਸ ਪੈਦਾ ਹੁੰਦਾ, ਡਰ ਦਾ ਮਾਹੌਲ ਹੈ ਵੀ ਤੁਸੀਂ ਜਦੋਂ ਅਗਲੇ ਨੂੰ ਰੋਕਦੇ ਜੋ ਤੁਸੀਂ ਆਪਣਾ ਫੀਅਰ ਐਕਸਪ੍ਰੈਸ ਕਰ ਰਹੇ ਹੋ ਉਸ ਮੌਕੇ ਦੇ ਉੱਤੇ। ਸੋ ਜਿਹੜੀ ਕੌਮ ਇੱਕੋ ਦਮ ਖਾਲਿਸਤਾਨ ਦੇ ਉੱਤੇ ਜਾਂ ਨੌਜਵਾਨਾਂ ਦੀ ਸੋਵਰਨਟੀ ਦੇ ਆਈਡੀਆ ਦੇ ਉੱਤੇ ਅਟੈਕ ਕਰ ਦਿੰਦੀ ਹੈ ਕਿਸੇ ਵੇਲੇ ਕੌਮ ਦਾ ਕੁਝ ਇੱਕ ਵਰਗ, ਉਹ ਐਕਚੁਅਲ ਦੇ ਵਿੱਚ ਉਹਨਾਂ ਨੂੰ ਉਹਦਾ ਇੱਕ ਡਰ ਸਤਾ ਰਿਹਾ ਹੈ ਵੀ ਸ਼ਾਇਦ ਇਹਦੇ ਰਿਟਰਨ ਦੇ ਵਿੱਚ ਸਟੇਟ ਵਾਇਲੈਂਸ ਕਰੂਗੀ। ਪਰ ਜਿਹੜੀ ਸਟੇਟ ਵਾਇਲੈਂਸ ਹੈ ਉਹਦੇ ਲਈ ਕੇਵਲ ਸਟੇਟ ਹੀ ਜ਼ਿੰਮੇਵਾਰ ਹੁੰਦੀ ਹੈ, ਸਟੇਟ ਵਾਇਲੈਂਸ ਲਈ ਕਦੀ ਕੌਮ ਜ਼ਿੰਮੇਵਾਰ ਨਹੀਂ ਹੋ ਸਕਦੀ ਜਿੱਥੇ ਵਾਇਲੈਂਸ ਹੋਈ ਹੈ। ਇਹ ਦੁਨੀਆ ਭਰ ਦੇ ਉੱਤੇ ਸਾਬਤ ਹੋ ਚੁੱਕਾ ਹੈ, ਬਲੈਕਸ ਦੇ ਉੱਤੇ ਵਾਇਲੈਂਸ ਹੋਈ ਹੈ ਉਹਦੇ ਲਈ ਕਦੀ ਕਾਲੇ ਜ਼ਿੰਮੇਵਾਰ ਨਹੀਂ ਹੋ ਸਕਦੇ, ਉਹ ਜਿਹਨਾਂ ਨੇ ਕੀਤੀ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ। ਫਲਸਤੀਨੀ ਦੇ ਉੱਤੇ ਹੋ ਰਹੀ ਹੈ, ਹੋਰ ਕੌਮਾਂ ਦੇ ਉੱਤੇ ਜਿਹੜੀ ਵਾਇਲੈਂਸ ਹੋ ਰਹੀ ਹੈ ਉਹ ਕੌਮਾਂ ਕਦੇ ਗਿਲਟ ਨਹੀਂ ਲੈਂਦੀਆਂ ਨੇ ਕਰਨ ਦੀ, ਉਹ ਉਹਨਾਂ ਈਵਨ ਦੋ ਵਾਇਲੈਂਟ ਵੀ ਹੁੰਦੀਆਂ ਨੇ ਪਰ ਉਹ ਕਦੇ ਗਿਲਟ 'ਚ ਨਹੀਂ ਜਾਂਦੀਆਂ। ਤੁਸੀਂ ਕਦੇ ਨਹੀਂ ਸੁਣਿਆ ਹੋਊਗਾ ਕਿ ਫਲਸਤੀਨੀ ਕਹਿੰਦਾ ਹੋਊਗਾ ਵੀ ਯਾਰ ਸਾਡੇ ਬੰਦਿਆਂ ਨੇ ਸੰਘਰਸ਼ ਕਰਕੇ ਇੰਨੇ ਬੱਚੇ ਮਰਵਾ ਤੇ ਸਾਡੇ, ਉਹ ਇਜ਼ਰਾਈਲ 'ਤੇ ਦੋਸ਼ ਦਿੰਦੇ ਨੇ ਵੀ ਇਜ਼ਰਾਈਲ ਨੇ ਸਾਡੇ ਬੱਚੇ। ਸਿੱਖ ਤਾਂ ਕਹਿੰਦੇ ਨੇ ਪਰ
ਉਹ ਦੇਖੋ ਗਿਲਟ 'ਚੋਂ ਬਾਹਰ ਆਉਣਾ ਹੈ। ਇਹ ਪੀਰੀਅਡ 'ਚ ਅਸੀਂ ਲੰਘ ਰਹੇ ਹੁਣ, ਨੌਜਵਾਨੀ ਪਛਾਣ ਰਹੀ ਹੈ, ਜਦੋਂ ਅਸੀਂ ਪਿੰਜਰੇ 'ਚ ਪਏ ਹਾਂ ਅਸੀਂ ਉਹ 'ਚੋਂ ਨਿਕਲਣ ਦਾ ਕੋਈ ਵੀ ਯਤਨ ਕਰੀਏ ਉਹ ਜਸਟੀਫਾਈਡ ਹੈ। ਸਾਡੇ ਲਈ ਸਾਡੀ ਪ੍ਰਾਇਓਰਟੀ ਇਹ ਨਹੀਂ ਹੈਗੀ ਵੀ ਸਾਡਾ ਰੋਡ ਮੈਪ ਕੀ ਹੈ, ਬਲੂ ਪ੍ਰਿੰਟ ਕੀ ਹੈ। ਕਈ ਬੰਦੇ ਕਹਿੰਦੇ ਤੁਸੀਂ ਖਾਲਿਸਤਾਨ ਦਾ ਬਲੂ ਪ੍ਰਿੰਟ ਦਿਓ, ਇਹ ਇੱਕ ਨੌਨਸੈਂਸ ਸਵਾਲ ਹੈ ਉਸ ਕੌਮ ਨੂੰ ਜਿਹਦੇ ਕੋਲ ਕੋਈ ਆਪਸ਼ਨ ਨਹੀਂ ਹੈਗੀ। ਤੁਸੀਂ ਕਿਸੇ ਨੂੰ ਬੰਨ ਕੇ ਕਹੋ ਵੀ ਤੂੰ ਖੋਲ੍ਹਣ ਦਾ ਬਲੂ ਪ੍ਰਿੰਟ ਦੱਸ ਆਪਣੇ ਦਾ, ਮਤਲਬ ਉਹਨੇ ਇਹ ਸੋਚਣਾ ਵੀ ਹਾਂ ਮੈਂ ਹੁਣ ਵੱਜਾ ਨਹੀਂ ਰਹਿ ਸਕਦਾ। ਉਹ ਤੋਂ ਬਾਅਦ ਜਿੱਥੇ ਵਿਧ ਬਣਦੀ ਹੈ ਕਿਤੇ ਕਿਸੇ ਵੀ ਤਰੀਕੇ ਬਣ ਸਕਦੀ। ਯਾਨੀ ਕਿ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਜਿਸ ਤਰ੍ਹਾਂ ਦੇ ਸਵਾਲ ਕੀਤੇ ਜਾਂਦੇ ਨੇ ਕਿ ਖਾਲਿਸਤਾਨ ਕਿਵੇਂ ਬਣੂ, ਮੁੱਖ ਮੰਤਰੀ ਪ੍ਰਧਾਨ ਮੰਤਰੀ ਕਿਉਂ, ਇਹ ਬਾਅਦ ਦੀਆਂ ਗੱਲਾਂ ਨੇ, ਪਹਿਲਾਂ ਇਹ ਹੈ ਕਿ ਤੁਸੀਂ ਕੌਮੀ ਘਰ ਨੂੰ ਲੈਣਾ ਚਾਹੁੰਦੇ ਹੋ। ਦੇਖੋ ਕਿਸੇ ਜਾਨਵਰ ਨੂੰ ਕੈਦ ਕਰਕੇ ਰੱਖੋ ਅਤੇ ਉਹਨੂੰ ਉਹਦੀ ਕੈਦ ਦੀ ਜਸਟੀਫਿਕੇਸ਼ਨ ਇਹ ਦਿਓ ਵੀ ਤੂੰ ਜੰਗਲ 'ਚ ਜਾ ਕੇ ਕਿੱਥੇ ਰਹੇਗਾ, ਕਿਵੇਂ ਸ਼ਿਕਾਰ ਕਰੇਗਾ, ਹੈਂ। ਇਹ ਗੱਲਾਂ ਸਾਰੀਆਂ ਬੇਮਾਇਨੇ ਨੇ। ਆਜ਼ਾਦੀ ਦੀ ਕੀਮਤ ਇਹਨਾਂ ਸਾਰੀ ਚੀਜ਼ਾਂ ਤੋਂ ਵੱਡੀ ਹੈ। ਇਹ ਨਹੀਂ ਹੈਗਾ ਵੀ ਖਾਲਿਸਤਾਨ ਬਣਾ ਕੇ ਅਸੀਂ ਕੋਈ ਸੁਪਰ ਪਾਵਰ ਇਕਾਨਮੀ ਖੜੀ ਕਰਨੀ ਹੈ। ਅਸੀਂ ਸਰਵਾਈਵਲ ਦੇ ਮੋਡ 'ਚੋਂ ਤਾਂ ਘੱਟੋ ਘੱਟ ਆ ਸਕਦੇ ਹਾਂ ਨਾ। ਅੱਜ ਅਸੀਂ ਸਰਵਾਈਵ ਨਹੀਂ ਕਰ ਪਾ ਰਹੇ, ਸਾਡਾ ਕਲਚਰ ਨਹੀਂ ਸਰਵਾਈਵ ਕਰ ਪਾ ਰਿਹਾ, ਸਾਡੀ ਬੋਲੀ, ਸਾਡੀ ਸੱਭਿਅਤਾ, ਸਾਡਾ ਕੁਛ ਵੀ ਸਰਵਾਈਵ ਨਹੀਂ ਕਰ ਪਾ ਰਿਹਾ। ਅਤੇ ਘੱਟੋ ਘੱਟ ਆਪਣੇ ਰਾਜ ਦੇ ਵਿੱਚ ਇਹਨਾਂ ਚੀਜ਼ਾਂ ਤੋਂ ਬਚਾਂਗੇ। ਇਕਾਨਮੀ ਵੈਸੇ ਵੀ ਆਪਾਂ ਜੇ ਵੇਖੀਏ ਪੰਜਾਬ ਦੀ ਦੂਜੀਆਂ ਸਟੇਟਾਂ ਨਾਲੋਂ ਬੈਟਰ ਇਕਾਨਮੀ ਹੈ। ਹੁਣ ਹਿੰਦੁਸਤਾਨ ਦੀਆਂ ਬਾਕੀ ਸਟੇਟਾਂ ਪੰਜਾਬ ਜਿੰਨੀ ਮਰਜ਼ੀ ਤਰੱਕੀ ਕਰਨੀ ਚਾਹੇ, ਜਦੋਂ ਇੰਜਣ ਇੱਕ ਹੈ, ਕੋਈ ਡੱਬਾ ਜਿੰਨਾ ਮਰਜ਼ੀ ਵਧੀਆ ਉਹ ਤਾਂ ਅੱਗੇ ਤਾਂ ਲੰਘ ਜੂਗਾ ਟ੍ਰੇਨ ਦੇ। ਸੋ ਪੰਜਾਬ ਸਫ਼ਰ ਕਰ ਰਿਹਾ, ਸਾਊਥ ਇੰਡੀਅਨ ਸਟੇਟ ਸਫ਼ਰ ਕਰ ਰਹੀਆਂ ਇੱਕ ਹਿੰਦੀ ਬੈਲਟ ਦੇ ਕਰਕੇ, ਜਿੱਥੇ ਪਾਪੂਲੇਸ਼ਨ ਵੀ ਐਕਸਟ੍ਰੀਮ ਹੈ, ਜਿਹੜੀ ਗੌਰਮੈਂਟ ਡਿਸਾਈਡ ਕਰਦੀ ਹੈ। ਹਿੰਦੁਸਤਾਨ ਦਾ ਸਿਸਟਮ ਇੱਦਾਂ ਦਾ ਹੈ ਵੀ ਤਿੰਨ ਸਟੇਟਾਂ ਮਿਲ ਕੇ ਹਿੰਦੁਸਤਾਨ ਦੀ ਗੌਰਮੈਂਟ ਨੂੰ ਫਾਰਮ ਕਰਦੀਆਂ, ਬਾਕੀਆਂ ਦੀ ਪੰਜਾਬ ਦੇ 13 MP ਨੇ ਗਿਣਤੀ ਦੇ, ਉਹ ਬਾਕੀ ਸਟੇਟਾਂ ਦੇ ਇੱਕ ਦੋ ਸਟੇਟਾਂ ਨੇ, ਉਹਨਾਂ ਦੀ 110-120 MP ਨੇ। ਸੋ ਇਸ ਕਰਕੇ ਜਿਹੜੀਆਂ ਉਹ ਸਟੇਟਾਂ ਨੇ ਨਾ, ਉਹ ਉਨੀਆਂ ਪੂਰ ਸਟੇਟਸ ਨੇ। ਸਾਨੂੰ ਇਹ ਸਮਝਣਾ ਚਾਹੀਦਾ ਵੀ ਜਿਹੜਾ ਪੰਜਾਬ ਹੈ ਉਹ 'ਚ ਪੋਟੈਂਸ਼ਲ ਹੈ, ਪੰਜਾਬ ਦੇ ਲੋਕਾਂ 'ਚ ਪੋਟੈਂਸ਼ਲ ਹੈਗਾ, ਉਹ ਬਾਹਰ ਜਾ ਕੇ ਦਿਖਾਉਂਦੇ ਨੇ, ਏਡੇ ਵੱਡੇ ਕਾਰੋਬਾਰ, ਏਡੇ ਬਿਜ਼ਨਸ, ਸਾਰਾ ਕੁਝ ਕਰਦੇ ਨੇ, ਪਰ ਪੰਜਾਬ ਦੇ ਵਿੱਚ ਉਹਨਾਂ ਨੂੰ ਸਪੇਸ ਨਹੀਂ ਮਿਲਦੀ। ਸੋ ਸਾਨੂੰ ਇਹ ਇੱਕ ਜਿਹੜਾ ਨਾ ਕਿਹਾ ਜਾਂਦਾ ਵਾ ਵੀ ਇਹਦਾ ਰੋਡ ਮੈਪ ਕੀ ਹੋਊਗਾ, ਇਹ ਤੁਸੀਂ ਕਿੱਦਾਂ ਕਰੋਗੇ ਇਕੋਨਮੀ ਨੂੰ, ਇਹ ਗੱਲਾਂ ਪਹਿਲੀ ਗੱਲ ਤਾਂ ਓਫੈਂਸਿਵ ਹੋਣੀਆਂ ਚਾਹੀਦੀਆਂ ਨੇ ਸਾਡੇ ਲਈ। ਜੇ ਸਾਨੂੰ ਕੋਈ ਪੁੱਛੇ ਵੀ ਤੁਸੀਂ ਖਾਲਿਸਤਾਨ ਕਿੱਦਾਂ ਬਣਾਓਗੇ, ਸਾਨੂੰ ਉਹਨੂੰ ਓਫੈਂਸਿਵ ਰੂਪ 'ਚ ਲੈਣਾ ਚਾਹੀਦਾ। ਸਾਨੂੰ ਅੱਗੇ ਡਿਫੈਂਸਿਵ ਹੋ ਕੇ ਜਵਾਬ ਨਹੀਂ ਦੇਣੇ ਸ਼ੁਰੂ ਕਰ ਦੇਣੇ ਚਾਹੀਦੇ ਵੀ ਹਾਂਜੀ ਵੀ ਅਸੀਂ ਇੱਦਾਂ ਕਰਾਂਗੇ ਉੱਦਾਂ ਕਰਾਂਗੇ। ਸਾਨੂੰ ਇਹ ਕਹਿਣਾ ਚਾਹੀਦਾ ਵੀ ਇਹ ਸਵਾਲ ਪੁੱਛਣ ਲੱਗਿਆਂ ਤੁਹਾਨੂੰ ਸ਼ਰਮ ਨਹੀਂ ਆਈ? ਤੁਸੀਂ ਕਿਸੇ ਗੁਲਾਮ ਕੌਮ ਨੂੰ ਇਹ ਪੁੱਛ ਰਹੇ ਜੋ ਵੀ ਤੁਸੀਂ ਆਜ਼ਾਦ ਕਿੱਦਾਂ ਹੋਵੋਗੇ, ਬਸ਼ਰਤੇ ਤੁਸੀਂ ਸਾਡੇ ਨਾਲ ਸਿੰਪਥੀ ਸ਼ੋਅ ਕਰੋ, ਕੋਈ ਐਮਪਥੀ ਦਿਖਾਓ, ਕੋਈ ਸਾਡੇ ਨਾਲ ਤੁਸੀਂ ਕੋਈ ਸਨੇਹ ਦਿਖਾਓ, ਸਾਡੀ ਕੋਈ ਹੈਲਪ ਕਰੋ, ਮਦਦ ਕਰੋ। ਉਹਦੀ ਬਜਾਏ ਤੁਸੀਂ ਸਾਡਾ ਇੱਕ ਟੈਸਟ ਲੈ ਰਹੇ ਜੋ, ਉਹ ਵੀ ਐਸਾ ਟੈਸਟ ਜਿਹਦੇ 'ਚ ਸਾਡੇ ਕੋਈ ਬਲੂ ਪ੍ਰਿੰਟ ਹੋ ਨਹੀਂ ਸਕਦਾ। ਦੁਨੀਆ ਦੀ ਕਿਹੜੀ ਸੰਘਰਸ਼ ਆਜ਼ਾਦੀ ਦਾ ਜਿਹ 'ਚ ਕੋਈ ਬਲੂ ਪ੍ਰਿੰਟ ਹੈਗਾ ਸੀ? ਹਿੰਦੁਸਤਾਨ ਜਦੋਂ ਆਜ਼ਾਦ ਹੋਇਆ ਕਿਹੜਾ ਬਲੂ ਪ੍ਰਿੰਟ ਸੀ, ਕੋਈ ਦਿਖਾ ਦੇ। ਕਿੰਨਿਆਂ ਲੋਕਾਂ ਨੂੰ ਫਾਂਸੀ ਲੱਗ ਗਈ, ਉਹਨਾਂ ਕੋਲ ਬਲੂ ਪ੍ਰਿੰਟ ਸੀ ਵੀ ਸਾਡੀ ਫਾਂਸੀ ਤੋਂ ਬਾਅਦ ਆਜ਼ਾਦੀ ਆਜੂਗੀ? ਨਹੀਂ, ਇੱਦਾਂ ਨਹੀਂ ਹੋਇਆ। ਐਕਚੁਅਲ 'ਚ ਵਰਲਡ ਵਾਰ ਜਦੋਂ 2 ਹੋਈ ਹੈ, ਬ੍ਰਿਟੇਨ ਕਮਜ਼ੋਰ ਹੋਇਆ, ਇੱਥੋਂ ਉਹਨਾਂ ਨੂੰ ਛੱਡ ਕੇ ਜਾਣਾ ਪਿਆ ਕਲੋਨੀ 'ਚੋਂ, ਉਹਨੂੰ ਆਜ਼ਾਦੀ ਤਰ੍ਹਾਂ ਸੈਲੀਬ੍ਰੇਟ ਕੀਤਾ ਗਿਆ। ਪਰ ਜੇ ਵਰਲਡ ਵਾਰ 2 ਲੱਗਦੀ ਨਾ ਤਾਂ ਫਿਰ ਇਹ ਕਲੋਨੀ ਬਣੀ ਰਹਿਣੀ ਸੀ, ਕਲੋਨੀ ਜਿਹੜੀ ਅੰਗਰੇਜ਼ਾਂ ਨੇ ਬਣਾਈ ਸੀ। ਸੋ ਇਹ ਜਿਹੜੀ ਚੀਜ਼ ਹੈ ਨਾ ਵੀ ਰੋਡ ਮੈਪ ਕੀ ਹੋਏਗਾ, ਇੱਕ ਜ਼ਰੂਰੀ ਚੀਜ਼ ਹੈ ਤੁਹਾਡੀ ਸਟਰਗਲ, ਦੂਜਾ ਟਾਈਮ। ਟਾਈਮ ਹਰ ਕੌਮ ਦਾ ਹੁੰਦਾ, ਸਟਰਗਲ ਤੁਹਾਨੂੰ ਜਾਰੀ ਰੱਖਣੀ ਪੈਣੀ ਹੈ। ਜੇ ਤੁਸੀਂ ਟਾਈਮ ਦੀ ਜਸਟੀਫਿਕੇਸ਼ਨ ਦੇ ਕੇ ਸਟਰਗਲ ਬੰਦ ਕਰ ਦਿਓ ਤਾਂ ਫਿਰ ਆਜ਼ਾਦੀ ਤਾਂ ਇੱਕ ਸੁਪਨਾ ਹੀ ਹੈ, ਹੋਰ ਕੁਛ ਨਹੀਂ ਹੋ ਸਕਦਾ। ਜਿਸ ਡਰ ਦੀ ਤੁਸੀਂ ਗੱਲ ਕੀਤੀ ਹੈ, ਜਦੋਂ ਤੁਸੀਂ ਉਸ ਮੁਲਕ ਤੋਂ ਪੰਜਾਬ ਪਰਤੇ ਹੋ ਤਾਂ ਤੁਹਾਡੇ ਮਨ 'ਚੋਂ ਡਰ ਨਹੀਂ ਆਇਆ ਕਿ ਉੱਥੇ ਜਾਵਾਂਗੇ, ਸੰਘਰਸ਼ ਕਰਨਾ, ਦਿੱਕਤਾਂ ਆ ਸਕਦੀਆਂ ਨੇ, ਏਜੰਸੀਆਂ ਕਈ ਹੋਰ ਤਰ੍ਹਾਂ ਦੀਆਂ ਦਿੱਕਤਾਂ ਨੇ, ਚੱਕ ਲਿਆ ਜਾਂਦਾ ਆ, ਬਹੁਤ ਕੁਛ ਆ, ਉਹ ਡਰ ਮਨ 'ਚ ਨਹੀਂ ਆਇਆ? ਨਹੀਂ, ਦੇਖੋ ਡਰ ਹਰ ਇੱਕ ਬੰਦੇ ਨੂੰ ਲੱਗਦਾ, ਪਰ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਹੈ ਵੀ ਤੁਹਾਨੂੰ ਜ਼ਿਆਦਾ ਡਰ ਕਿਤੋਂ ਲੱਗਦਾ। ਮੈਨੂੰ ਜ਼ਿਆਦਾ ਡਰ ਇਸ ਗੱਲ ਤੋਂ ਲੱਗਦਾ ਵੀ ਜੇ ਸਾਡੀ ਜਿਹੜੀ ਜਾਨ ਹੈ ਉਹ ਕਿਤੇ ਐਵੇਂ ਬੈੱਡ 'ਤੇ ਪਿਆ, ਕਿਤੇ ਗੱਡੀ 'ਚ ਜਾਂਦਿਆਂ, ਕਿਤੇ ਹੋਰ ਕਿਸੇ ਮੁਲਕ 'ਚ ਬੈਠਿਆਂ ਐਵੇਂ ਅਜਾਈ ਚੱਲ ਗਈ, ਉਹਦੇ ਨਾਲੋਂ ਚੰਗਾ ਵੀ ਅਸੀਂ ਸੰਘਰਸ਼ 'ਚ ਆਪਣਾ ਜੋ ਕੁਛ ਹੈ ਉਹ ਨਿਸ਼ਾਵਰ ਕਰੀਏ। ਅਤੇ ਡਰਨਾ, ਜਿਹੜਾ ਸਿੱਖ ਹੈ, ਸਿੱਖ ਕਿਸੇ ਤੋਂ ਨਹੀਂ ਡਰਦਾ, ਸਿਰਫ ਅਕਾਲ ਪੁਰਖ ਦਾ ਭੈ ਸਿੱਖ ਨੂੰ ਹੁੰਦਾ, ਉਹ ਤੋਂ ਇਲਾਵਾ ਕਿਸੇ ਹਕੂਮਤ ਦਾ, ਕਿਸੇ ਰਾਜੇ ਦਾ, ਕਿਸੇ ਸਰਕਾਰ ਦਾ। ਜੇ ਸਿੱਖ ਭੈ ਮੰਨੂਗਾ ਤਾਂ ਫਿਰ ਗੁਰੂ ਦਾ ਸਿੱਖ ਨਹੀਂ ਬਣ ਸਕਦਾ। ਸੋ ਅਸੀਂ ਤਾਂ ਇਹ ਗੁਰੂ ਸਾਹਿਬ ਕੋ ਅਰਦਾਸ ਦੀ ਬੇਨਤੀ ਦੇ ਵਿੱਚ ਵੀ ਇਹ ਕਰਦੇ ਹਾਂ ਵੀ ਜਿਹੜਾ ਭੈ ਤੋਂ ਮੁਕਤੀ ਸਾਨੂੰ ਮਿਲੇ, ਅਸੀਂ ਅਕਾਲ ਪੁਰਖ ਦੇ ਗੁਣ ਧਾਰਨ ਕਰਨੇ, ਨਿਰਭਉ ਬਣਨਾ ਹੈ। ਸੋ ਜੇ ਨਿਰਭਉ ਅਸੀਂ ਤਾਂ ਹੀ ਬਣਾਂਗੇ ਜੇ ਅਸੀਂ ਅੱਜ ਜ਼ਾਲਮ ਹਕੂਮਤਾਂ ਨਾਲ ਜੇ ਲੜਨਾ ਹੈ ਤਾਂ ਫਿਰ ਡਰ 'ਤੇ ਰੱਖਿਆ ਨਹੀਂ ਜਾ ਸਕਦਾ। ਪੰਜਾਬ ਦੇ ਨੌਜਵਾਨ ਬਹੁਤ ਬਹਾਦਰ ਨੇ, ਡਰਦਾ ਨਹੀਂ ਕੋਈ ਵੀ ਇੱਥੇ। ਪ੍ਰੋਬਲਮ ਪੰਜਾਬ ਦੇ ਵਿੱਚ ਇਹ ਹੈ ਵੀ ਪੰਜਾਬ ਦੇ ਨੌਜਵਾਨਾਂ ਨੂੰ ਦਿਸ਼ਾ ਨਹੀਂ ਮਿਲਦੀ, ਉਹਨਾਂ ਨੇ ਕੀ ਕਰਨਾ ਹੈ। ਸੋ ਇਹ ਸਾਨੂੰ ਪਤਾ ਹੈ ਹਕੂਮਤਾਂ ਕੀ ਕਰਦੀਆਂ ਨੇ, ਨੌਜਵਾਨਾਂ ਨੂੰ ਚੱਕ ਕੇ ਜਿਹਨਾਂ 'ਚ ਦੇ ਦੇਣਾ, ਇਹ ਇੱਕ ਉਹਨਾਂ ਦਾ ਪੈਟਰਨ ਬਣ ਗਿਆ। ਇਹ ਵੀ ਇੱਕ ਫੀਅਰ ਸਾਈਕੋਸਿਸ ਕ੍ਰੀਏਟ ਕੀਤਾ ਜਾਂਦਾ, ਐਗਜ਼ਾਮਪਲ ਖੜੀ ਕਰਦੇ ਨੇ। ਇੱਦਾਂ ਪਹਿਲਾਂ ਹੁੰਦਾ ਰਿਹਾ, ਪਹਿਲਾਂ ਰਾਜੇ ਜਦੋਂ ਕਿਸੇ
ਉਹ ਸ਼ਹਿਰ ਦੇ 10-20 ਬੰਦੇ ਨੂੰ ਮਾਰ ਕੇ ਉਹਨਾਂ ਦੇ ਸਿਰ ਵੱਢ ਕੇ ਸ਼ਹਿਰ ਦੇ ਬਾਹਰ ਚੌਂਕ 'ਚ ਰੱਖ ਦਿੰਦੇ। ਸ਼ਹਿਰ ਦਾ ਬਾਕੀ ਹਰ ਜਿਉਂਦਾ ਮਰਦ ਡਰ ਦੇ ਵਿੱਚ ਚੁੱਪ ਕਰਕੇ ਬਹਿ ਜਾਂਦਾ ਹੈ। ਹਾਲਾਂਕਿ ਰਾਜੇ ਦੀ ਫੌਜ ਤੋਂ ਉਹਨਾਂ ਮਰਦਾਂ ਦੀ ਗਿਣਤੀ ਕਈ ਗੁਣਾ ਜ਼ਿਆਦਾ ਹੁੰਦੀ ਸੀ, ਪਰ ਜਿਹੜਾ ਫੀਅਰ ਸਾਈਕੋਸਿਸ ਹੈ ਉਹ ਬੰਦੇ ਨੂੰ ਕਮਜ਼ੋਰ ਕਰ ਦਿੰਦਾ। ਸਟੇਟ ਕੋਲ ਇੰਨੀ ਪਾਵਰ ਕਦੇ ਨਹੀਂ ਹੁੰਦੀ ਵੀ ਉਹ ਸਾਰੀ ਕੌਮ ਨੂੰ ਸਪਰੈਸ ਕਰ ਦੇ, ਪਰ ਉਹ ਸਟੇਟ ਜਦੋਂ ਇੱਕ ਅੱਧੇ ਬੰਦੇ ਨੂੰ ਸਪਰੈਸ ਕਰਦੀ ਹੈ ਤਾਂ ਕੌਮ ਚੁੱਪ ਕਰਕੇ ਤਮਾਸ਼ਾ ਦੇਖਦੀ ਹੈ, ਉਦੋਂ ਕੌਮ ਮਾਰੀ ਜਾਂਦੀ। ਫਿਰ ਕੌਮ ਕਦੇ ਇਕੱਠੀ ਆਊਗੀ? ਦੇਖੋ ਇਹ ਤਾਂ ਮਹਾਰਾਜ ਦੇ ਹੱਥ ਵੱਸ ਹੈ, ਹਰ ਇੱਕ ਬੰਦੇ ਨੂੰ ਆਪਣਾ ਜੋ ਮਹਾਰਾਜ ਦਾ ਹੁਕਮ ਹੈ ਉਹਦੇ ਹਿਸਾਬ ਨਾਲ ਸੰਘਰਸ਼ ਕਰਨਾ ਚਾਹੀਦਾ। ਕੌਮ ਨੇ ਇਕੱਠੇ ਆਉਣ ਨਾ ਆਉਣ, ਪਰ ਇੱਕ ਆਈਡੀਆ ਤਾਂ ਕੌਮ ਨੂੰ ਇਕੱਠੇ ਹੋਣਾ ਪੈਣਾ, ਅੱਜ ਹੋ ਜਾਣਾ ਤਾਂ ਕੱਲ੍ਹ ਹੋ ਜਾਣਾ। ਉਹ ਆਈਡੀਆ ਹੈ ਵੀ ਪੰਜਾਬ ਦੀ ਆਜ਼ਾਦੀ ਜਿਹੜੀ ਹੈ ਇਹ ਇਕੱਲਾ ਸਾਡਾ ਖਿਆਲ ਨਹੀਂ ਹੈਗਾ ਜਾਂ ਸਾਡਾ ਚਾਹ ਨਹੀਂ, ਇਹ ਨੈਸੈਸਿਟੀ ਬਣ ਗਈ ਹੈ। ਮਤਲਬ ਜਿਵੇਂ ਸਾਹ ਆਕਸੀਜਨ ਇੱਕ ਲੋੜ ਹੁੰਦੀ ਹੈ ਨਾ, ਆਕਸੀਜਨ ਹੁਣ ਐਸੀ ਚੀਜ਼ ਹੈ ਜੇ ਤੁਹਾਨੂੰ ਲੋੜ ਹੈ ਤੁਸੀਂ ਚਾਹੋ ਨਾ ਚਾਹੋ ਮੈਟਰ ਨਹੀਂ ਕਰਦਾ। ਹੁਣ ਤੁਸੀਂ ਸਵੇਰੇ ਉੱਠ ਕੇ ਕਹੋ ਮੈਨੂੰ ਆਕਸੀਜਨ ਚੰਗੀ ਨਹੀਂ ਲੱਗਦੀ, ਇਹ ਗੱਲ ਮੈਟਰ ਹੀ ਨਹੀਂ ਕਰਦੀ, ਤੁਸੀਂ ਇਨਹੇਲ ਕਰੋਗੇ ਉਹਨੂੰ। ਇੱਦਾਂ ਹੀ ਆਜ਼ਾਦੀ ਜਿਹੜੀ ਆ ਉਹ ਨੈਸੈਸਿਟੀ ਹੈ। ਕੋਈ ਪੰਜਾਬ ਦੇ ਬੰਦੇ ਉੱਠ ਕੇ, ਕੋਈ ਸਕਾਲਰ ਉੱਠ ਕੇ ਮੂਰਖਾਂ ਨੂੰ ਕਹਿਣ ਲੱਗ ਪਏ ਨਹੀਂ ਜੀ ਇਹ ਬੜਾ ਵੇਗ ਆਈਡੀਆ ਹੈ, ਖਾਲਿਸਤਾਨ ਦਾ ਆਈਡੀਆ ਨਹੀਂ ਸਹੀ ਹੈਗਾ, ਇਹ ਇਹਨਾਂ ਦੀ ਕਰੰਸੀ ਕੀ ਹੋਊਗੀ, ਇਹਨਾਂ ਦੀ ਇਕੋਨਮੀ ਕਿੱਥੋਂ ਚੱਲੂਗੀ, ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਨੈਸੈਸਿਟੀ ਦੀ ਦੇ ਪੈਰਾਮੀਟਰ 'ਚ ਨਹੀਂ ਆਉਂਦੀਆਂ। ਇਹ ਗੱਲਾਂ ਤਾਂ ਇਹ ਆ ਵੀ ਤੁਹਾਡੇ ਕੋਲ ਇੱਕ ਆਪਸ਼ਨ ਹੋਣੀ ਚਾਹੀਦੀ ਖਾਲਸਾ, ਇੱਦਾਂ ਨਹੀਂ ਹੈਗਾ ਸਾਡੇ ਕੋਲ ਇੱਕੋ ਹੀ ਆਪਸ਼ਨ ਹੈ, ਦੈਟਸ ਖਾਲਿਸਤਾਨ। ਸਾਡੇ ਕੋਲ ਦੋ ਆਪਸ਼ਨਾਂ ਨਹੀਂ ਹੈਗੀਆਂ ਵੀ ਅਸੀਂ ਜਾਂ ਖਾਲਿਸਤਾਨ ਬਣਾ ਲਈਏ ਜਾਂ ਨਾ ਬਣਾਈਏ। ਸਟੇਟ ਦੇ ਵੱਧ ਅਧਿਕਾਰ ਆਪਸ਼ਨ ਹੋ ਸਕਦੀ ਆ? ਸਟੇਟ ਦੇ ਵੱਧ ਅਧਿਕਾਰ ਆਪਸ਼ਨ ਕਿਵੇਂ ਹੋ ਸਕਦੀ ਹੈ? ਦੇਖੋ ਕਸ਼ਮੀਰ ਕੋਲ ਵੱਧ ਅਧਿਕਾਰ ਹੈਗੇ ਸੀ, ਆਰਟੀਕਲ ਜਿਹੜਾ 370 ਹੈ ਕਸ਼ਮੀਰ ਨੂੰ ਇੱਕ ਸਟੇਟ ਨੂੰ ਵੱਧ ਅਧਿਕਾਰ ਦਿੰਦਾ ਸੀ, ਬਿਲਕੁਲ ਉਹਨਾਂ ਰਾਤੋਂ ਰਾਤ ਰਿਮੂਵ ਕਰਤਾ। ਕੀ ਹੋ ਗਿਆ? ਲੈਂਡ ਲੋਕ ਕਰਕੇ ਕਸ਼ਮੀਰ ਨੂੰ ਜੇਲ੍ਹ ਦੇ ਵਿੱਚ ਤਬਦੀਲ ਕਰਕੇ ਹਕੂਮਤ ਨੇ ਉਹਨਾਂ ਦਾ ਅਧਿਕਾਰ ਖੋਲਿਆ। ਅਸੀਂ ਹੁਣ 10 ਸਾਲ ਲਾ ਕੇ ਸੰਘਰਸ਼ ਕਰਕੇ ਅਤੇ ਇਹ ਅਧਿਕਾਰ ਲਈਏ ਅਤੇ ਹਕੂਮਤ ਆ ਕੇ ਫਿਰ ਕਰਜ਼ੇ ਅਤੇ ਫਿਰ ਕਿੱਥੇ ਜਾਵਾਂਗੇ? ਸੋ ਜਿਹੜੀ ਜਿਹੜੀ ਕੰਪਲੀਟ ਸੋਵਰਨਟੀ ਹੈ, ਜਿਹੜੀ ਪੂਰਨ ਆਜ਼ਾਦੀ ਹੈ, ਪੂਰਨ ਆਜ਼ਾਦੀ ਤੋਂ ਬਿਨਾਂ ਕੋਈ ਵੀ ਜਿਹੜਾ ਹੱਲ ਹੈ ਜੀ ਪੰਜਾਬ ਦਾ ਨਹੀਂ ਹੈਗਾ। ਇਹ ਗੱਲ ਸਿੱਖ ਅੱਜ ਸਮਝ ਲੈਣ, ਅੱਜ ਤੋਂ 50 ਸਾਲ ਬਾਅਦ ਸਮਝ ਲੈਣ, 100 ਸਾਲ ਬਾਅਦ ਸਮਝ ਲੈਣ, ਇਹ ਡਿਪੈਂਡ ਕਰਦਾ ਵੀ ਉਹਨਾਂ ਜਿੱਦਣ ਸਮਝੇ ਤੁਸੀਂ ਉੱਦਣ ਪ੍ਰੋਬਲਮ ਹੱਲ ਨਹੀਂ ਹੋ ਜਾਣੀ, ਉੱਦਣ ਤੁਹਾਡੀ ਸਟਰਗਲ ਸ਼ੁਰੂ ਹੋਣੀ ਹੈ। ਉਹ ਸਟਰਗਲ ਨੇ ਵੀ ਕਈ ਸਾਲ ਲੈ ਕੇ ਜਾਣੇ, ਕਈ ਦਹਾਕੇ ਲੰਘ ਜਾਂਦੇ ਹੁੰਦੇ ਕੌਮਾਂ ਨੂੰ ਸਟਰਗਲ ਦੇ ਵਿੱਚ, ਪਰ ਅਸੀਂ ਸਟਰਗਲ 'ਚ ਨਹੀਂ ਪੈ ਰਹੇ। ਅਸੀਂ ਇਸ ਚੀਜ਼ 'ਤੇ ਡਿਸੀਜਨ ਮੇਕਿੰਗ 'ਚ ਪਏ ਹੋਏ ਹਾਂ ਵੀ ਇਹ ਚਾਹੀਦਾ ਕਿ ਨਹੀਂ ਚਾਹੀਦਾ। ਸੋ ਸਾਨੂੰ ਇਹ ਜਿਹੜੀ ਹੈਗੀ ਨਾ ਬਾਈਨਰੀ ਵੀ ਯੈਸ ਔਰ ਨੋ, ਇਹ 'ਚੋਂ ਬਾਹਰ ਆਣ ਕੇ ਇਹੋ ਕਹਿਣਾ ਚਾਹੀਦਾ ਵੀ ਇਹ ਚਾਹੀਦਾ, ਅਚੀਵ ਕਿਵੇਂ ਕਰਨਾ ਫਿਰ ਸੋਚੋ। ਮੈਂ ਤਾਂ ਨਹੀਂ ਕਹਿੰਦਾ ਵੀ ਸਾਰਾ ਆਈਡੀਆ ਮੇਰੇ ਕੋਲ ਹੋ ਸਕਦਾ, ਪਰ ਜੇ ਸਾਰੀ ਕੌਮ ਸੋਚੇਗੀ ਤਾਂ ਕਿੱਦਾਂ ਨਹੀਂ ਪੋਸੀਬਲ ਹੈਗਾ? ਕੌਮ ਦੀ ਮੈਜੋਰਿਟੀ ਜੇ ਸੋਚੂਗੀ ਵੀ ਸਾਡੀ ਇਹ ਨੈਸੈਸਿਟੀ ਬਣ ਗਈ ਹੈ, ਲੋੜ ਕਾਢ ਦੀ ਮਾਂ ਹੈ, ਇਹ ਕਹਾਵਤ ਹੈ, ਬਿਲਕੁਲ ਜਿੱਥੇ ਲੋੜ ਹੁੰਦੀ ਹੈ ਜਿੱਥੇ ਨੀਡ ਹੁੰਦੀ ਹੈ ਉੱਥੇ ਸਾਰਾ ਕੁਝ ਹੋ ਜਾਂਦਾ ਜੀ। ਸੋ ਆਪਾਂ ਨੂੰ ਇਹ ਗੱਲ ਜ਼ਰੂਰ ਸਮਝ ਲੈਣੀ ਚਾਹੀਦੀ ਹੈ ਵੀ ਅੱਜ ਜੇ ਅਸੀਂ ਮਹਿਸੂਸ ਕਰਦੇ ਹਾਂ, ਗੁਲਾਮੀ ਸੰਤ ਭਿੰਡਰ ਵਾਲੇ ਇਹ ਗੱਲ ਕਹਿੰਦੇ ਸੀ ਨਾ, ਗੁਲਾਮੀ ਨੂੰ ਮਹਿਸੂਸ ਕਰੋ। ਜੇ ਕਿਸੇ ਇੱਕ ਸਿੱਖ ਦੀ ਪੱਗ ਸ਼ਰੇ ਬਾਜ਼ਾਰ ਲੱਥਦੀ ਹੈ ਤਾਂ ਇਹ ਮਹਿਸੂਸ ਕਰੋ ਤੁਹਾਡੀ ਵੀ ਲੱਥੀ ਹੋਈ ਹੈ। ਜੇ ਕਿਸੇ ਦੀ ਧੀ ਭੈਣ ਨੂੰ ਕੋਈ ਹੱਥ ਪਾਉਂਦਾ ਤਾਂ ਸਮਝ ਲਓ ਤੁਹਾਡੀ ਧੀ ਭੈਣ ਨੂੰ ਹੱਥ ਪਿਆ, ਅਤੇ ਤੁਸੀਂ ਆਪ ਸੋਚੋ ਵੀ ਤੁਹਾਡੀ ਜਾਂ ਤੁਹਾਡੇ ਪਿਓ ਦੀ ਕਿਸੇ ਦੀ ਪੱਗ ਲੱਥੀ ਹੋਵੇ ਤਾਂ ਕਿੱਦਾਂ ਮਹਿਸੂਸ ਹੁੰਦਾ? ਬਹੁਤ ਸਾਰੇ ਲੋਕ ਇਹ ਸੋਚਦੇ ਨੇ, ਉਹਨਾਂ ਵਿੱਚ ਸਿੱਖ ਵੀ ਵੱਡੀ ਗਿਣਤੀ ਦੇ ਵਿੱਚ ਨੇ, ਕਿ ਹੱਕ ਲੈ ਲਓ, ਅਧਿਕਾਰ ਲੈ ਲਓ, ਇਨਸਾਫ ਲੈ ਲਓ, ਪਰ ਖਾਲਿਸਤਾਨ ਦੀ ਗੱਲ ਨਾ ਕਰੋ। ਜਦੋਂ ਸਾਨੂੰ ਸਾਡੇ ਸਾਰੇ ਅਧਿਕਾਰ ਮਿਲ ਜਾਣਗੇ, ਹੱਕ ਮਿਲ ਜਾਣਗੇ, ਜੋ ਬੇਇਨਸਾਫੀਆਂ ਹੋਈਆਂ ਨੇ, 84 ਹੈ ਉਸਦਾ ਇਨਸਾਫ ਮਿਲ ਜੂਗਾ, ਦਿੱਲੀ ਕਤਲੇਆਮ ਹੈ ਜਾਂ ਅਕਾਲ ਤਖ਼ਤ ਸਾਹਿਬ ਢਾਏ ਜਾਣਦੇ ਆ, ਜੋ ਹੋਰ ਸਿੱਖਾਂ ਦੇ ਨਾਲ ਬੇਇਨਸਾਫੀਆਂ ਹੁੰਦੀਆਂ ਨੇ, ਜਾਂ ਕਿਰਪਾਨ ਦਾ ਮਸਲਾ ਉੱਠ ਖੜਦਾ, ਕਦੇ ਸਿੱਖਾਂ ਦੀ ਦਸਤਾਰਾਂ ਨੂੰ ਲੈ ਕੇ ਉਹਨਾਂ ਨੂੰ ਸਵਾਲਾਂ ਦੇ ਕਟਹਿਰੇ ਦੇ ਵਿੱਚ ਖੜਾ ਕੀਤਾ ਜਾਂਦਾ, ਜਦੋਂ ਇਹ ਇਨਸਾਫ ਮਿਲ ਜੂਗਾ, ਉਹ ਕਹਿੰਦੇ ਫਿਰ ਉਸ ਤੋਂ ਬਾਅਦ ਖਾਲਿਸਤਾਨ ਦੀ ਮੰਗ ਕੀ ਲੋੜ ਰਹਿ ਜਾਣੀ ਹੈ, ਜਦੋਂ ਇਸ ਦੇਸ਼ ਦੇ ਵਿੱਚ ਫਿਰ ਆਜ਼ਾਦੀ ਨਾਲ ਜੀਆ ਜਾ ਸਕਦਾ? ਮੈਂ ਉਹਨਾਂ ਬੰਦਿਆਂ ਨੂੰ ਬੇਵਕੂਫ ਕਹੂੰਗਾ ਜਿਹੜੇ ਗੱਲ ਕਰਦੇ ਨੇ। ਰਿਐਲਿਟੀ ਕੀ ਹੈ? ਤੁਸੀਂ ਇਨਸਾਫ ਕਿਹਨਾਂ ਕੋਲ ਮੰਗਣਾ? ਤੁਸੀਂ ਇੱਕ ਕੌਮ ਕੋ ਮਜੋਰਿਟੀ ਕੋ ਇਨਸਾਫ ਮੰਗੋਗੇ, ਉਹ ਤੁਹਾਨੂੰ ਦੇ ਦੇਣਗੇ, ਕੱਲ੍ਹ ਨੂੰ ਇਨਸਾਫ ਵਾਪਸ ਲੈ ਲੈਣਗੇ, ਫਿਰ ਕੀ ਕਰੋਗੇ? ਮਤਲਬ ਪ੍ਰੋਬਲਮ ਇਹ ਨਹੀਂ ਹੈਗੀ ਵੀ ਇਨਸਾਫ ਹੋ ਰਿਹਾ ਕਿ ਨਹੀਂ ਹੋ ਰਿਹਾ, ਪ੍ਰੋਬਲਮ ਹੈ ਤੁਹਾਡੇ ਕੋਲ ਪਾਵਰ ਨਹੀਂ ਹੈਗੀ ਇਨਸਾਫ ਕਰਨ ਦੀ। ਜਿਹੜੀ ਪਾਵਰ ਦੀ ਡੈਫੀਨੇਸ਼ਨ ਹੈ, ਤੁਸੀਂ ਅੱਜ ਪਾਣੀ ਦਾ ਹੱਕ ਲੈ ਲਓ ਸੰਘਰਸ਼ ਕਰਕੇ, ਕੱਲ੍ਹ ਨੂੰ ਤੁਹਾਡਾ ਹੱਕ ਖੋਇਆ ਜਾਵੇ ਜੀ। ਜਿਹੜਾ ਸਿਮਟਮਸ ਦੀ ਲੜਾਈ ਹੈ ਨਾ, ਇਹ ਲੜਾਈ ਬਹੁਤ ਲਿਮਿਟਡ ਹੈ। ਸਿਮਟਮਸ ਦੀ ਲੜਾਈ ਕੀ ਹੈ? ਪਾਣੀ ਪੰਜਾਬ ਦਾ ਕਿਉਂ ਲੁੱਟਿਆ ਜਾ ਰਿਹਾ? ਪਾਣੀ ਇਸ ਕਰਕੇ ਲੁੱਟਿਆ ਜਾ ਰਿਹਾ ਹਿੰਦੁਸਤਾਨ ਕੋਲ ਪਾਣੀ ਨਹੀਂ ਹੈਗਾ। ਹਿੰਦੁਸਤਾਨ ਦੇ ਵਿੱਚ ਨਦੀ ਵਗਦੀ ਹੈ ਗੰਗਾ, 400 ਮਿਲੀਅਨ ਕਿਊਬਿਕ ਫਿੱਟ ਪਾਣੀ ਹਰ ਸਾਲ ਉਹਦਾ ਸਮੁੰਦਰ 'ਚ ਡਿੱਗਦਾ ਬਿਨਾਂ ਵਰਤਿਆ। ਪੰਜਾਬ ਦੇ ਸਾਰੇ ਦਰਿਆਵਾਂ ਦਾ ਮਿਲਾ ਕੇ ਪਾਣੀ ਉਹਨਾਂ ਨਹੀਂ ਹੈਗਾ, ਪਰ ਗੰਗਾ ਉੱਚੇ ਲੈਟੀਟਿਊਡ 'ਤੇ ਵੀ ਹੈ, ਉੱਥੋਂ ਪਾਣੀ ਡਿਵਰਟ ਕਰਕੇ ਪੰਜਾਬ ਨੂੰ, ਹਰਿਆਣੇ ਨੂੰ, ਰਾਜਸਥਾਨ ਨੂੰ ਦਿੱਤਾ ਜਾ ਸਕਦਾ, ਪਰ ਨਹੀਂ ਦਿੱਤਾ ਜਾਂਦਾ। ਪੰਜਾਬ ਦਾ ਪਾਣੀ ਲੁੱਟਣ ਪਿੱਛੇ ਇੱਕੋ ਮਕਸਦ ਹੈ ਵੀ ਇੱਥੋਂ ਦੇ ਕਲਚਰ ਨੂੰ, ਇੱਥੋਂ ਦੇ ਧਰਮ ਨੂੰ ਤਬਾਹ ਕਰਨਾ ਹੈ। ਅਸੀਂ ਕੀ ਸਮਝਦੇ ਹਾਂ ਵੀ ਅਸੀਂ ਸਮਝਦੇ ਹਾਂ ਪੰਜਾਬ ਦਾ ਪਾਣੀ ਇਕੋਨਮੀ ਕਰਕੇ ਲੁੱਟਿਆ ਜਾ ਰਿਹਾ, ਇਹ ਪੈਸੇ ਦੀ ਖੇਡ ਹੈ।
ਹਕੂਮਤਾਂ ਨੂੰ ਪੈਸੇ ਤੋਂ ਵੱਡੀਆਂ ਚੀਜ਼ਾਂ ਨਜ਼ਰ ਆਉਂਦੀਆਂ ਨੇ, ਸਾਨੂੰ ਨਹੀਂ ਆਉਂਦੀਆਂ। ਸੋ ਸਾਡਾ ਜਿਹੜਾ ਸੰਘਰਸ਼ ਹੈ, ਜੇ ਕਿਸਾਨੀ ਮੋਰਚੇ 'ਚ ਅਸੀਂ ਬਹਿ ਜਾਂਦੇ ਹਾਂ, ਇੱਥੇ ਹੋਰ ਕੋਈ ਗੱਲਾਂ ਕਰੋ ਜੀ, ਉਹਦਾ ਕੀ ਨਤੀਜਾ ਨਿਕਲਿਆ? ਬਿੱਲ ਵਾਪਸ ਹੋ ਗਏ, ਹੁਣ ਕਿਸਾਨੀ ਠੀਕ ਹੋ ਗਈ ਹੈ? ਜਿਹੜੀ ਪ੍ਰੋਬਲਮ ਹੈ ਨਹੀਂ ਸੀ, ਜਿਸ ਨਹੀਂ ਸੀ ਕਰਦੀ, ਉਹਨੂੰ ਐਲੀਮੀਨੇਟ ਕਰਨ ਲਈ ਜਾਂ ਟੈਂਪਰੇਰੀ ਟਾਲਣ ਲਈ ਅਸੀਂ ਏਡਾ ਵੱਡਾ ਇਕੱਠ ਸੀ, ਉਹਨੂੰ ਮੈਂ ਕਹਿੰਦਾ ਵੇਸਟ ਕਰ ਦਿੱਤਾ। ਉਹ 'ਚੋਂ ਕਈ ਕੁਛ ਨਿਕਲ ਸਕਦਾ ਸੀ। ਰੈਵੋਲਿਊਸ਼ਨ ਰੋਜ਼ ਥੋੜ੍ਹੀ ਵਾਪਰਦੇ ਆ, ਲੋਕ ਰੋਜ਼ ਨਹੀਂ ਇਕੱਠੇ ਹੁੰਦੇ, ਪਰ ਉੱਥੇ ਜਿਹੜੀ ਮਾਰਕਸ ਕਾਮਰੇਡ ਲੀਡਰਸ਼ਿਪ ਸੀ, ਲੈਫਟ ਦੀ ਲੀਡਰਸ਼ਿਪ ਸੀ, ਇਹਨਾਂ ਨੇ ਐਂਟੀ ਰਿਲੀਜੀਅਸ ਆਈਡੀਆ ਜਿਹੜਾ ਇਹਨਾਂ ਦਾ ਹੈਗਾ, ਉਹਨੂੰ ਇੰਪਲੀਮੈਂਟ ਕਰਨ ਦੇ ਚੱਕਰ ਦੇ ਵਿੱਚ ਏਡਾ ਵੱਡਾ ਮੋਰਚਾ ਤਬਾਹ ਕਰਕੇ ਪਰੇ ਮਾਰਿਆ। ਹੁਣ ਤੁਸੀਂ ਅੱਜ ਪੁੱਛੋ ਉਹਨਾਂ ਨੇ ਲੀਡਰਾਂ ਨੂੰ ਵੀ ਕਿੱਥੇ ਆ ਕਿਸਾਨੀ ਦੀ ਪੁਜੀਸ਼ਨ, ਅੱਜ ਫਿਰ ਥਾਂ ਥਾਂ 'ਤੇ ਧਰਨੇ ਲਾਉਣੇ ਪੈ ਰਹੇ। ਸੋ ਇਹ ਇਹਦੀ ਜਵਾਬਦੇਹੀ ਕੌਣ ਦਊਗਾ ਵੀ ਜਿਹੜਾ ਆਪਾਂ ਹੱਕਾਂ ਦੀ ਗੱਲ ਕਰਦੇ ਹਾਂ, ਕਿੰਨਾ ਚਿਰ ਲੜਨੀ, ਕਿੰਨੀਆਂ ਸਦੀਆਂ? ਤੁਸੀਂ ਦੇਖੋ, ਬੈਗਰਸ ਕਾਂਟ ਬੀ ਚੂਜ਼ਰਸ, ਇਹ ਕਹਾਵਤ ਅੰਗਰੇਜ਼ੀ ਦੀ, ਮੰਗਤੇ ਨੂੰ ਜਿਹੜੀ ਮੂੰਹ ਮੰਗੀ ਭੀਖ ਨਹੀਂ ਮਿਲਦੀ, ਉਹਨੂੰ ਉਹ ਮਿਲਦਾ ਜੋ ਅਗਲਾ ਦੇਣਾ ਚਾਹੁੰਦਾ। ਹੁਣ ਤੁਸੀਂ ਵੇਖੋ ਵੀ ਜਿਹੜਾ ਸਿਮਟਮਸ ਦੀ ਲੜਾਈ ਲੜਨੀ ਹੈ ਕਿ ਪਾਵਰ ਡੈਫੀਨੇਸ਼ਨ, ਪਾਵਰ ਆਪਣੇ ਕੋਲ ਲੈ ਕੇ ਆਉਣੀ ਹੈ। ਪਾਵਰ ਦੇ ਵਿੱਚ ਤੁਸੀਂ ਚੰਗਾ ਕਰੋ ਮਾੜਾ ਕਰੋ ਤੁਹਾਡਾ, ਹਰ ਕੌਮ ਦੇ ਕੋਲ ਅਧਿਕਾਰ ਹੋਣਾ ਚਾਹੀਦਾ ਨਾ ਕਿ ਉਹ ਆਪਣੀ ਹੋਣੀ ਦੀ ਆਪ ਮਾਲਕ ਬਣੇ। ਜੇ ਹੁਣ ਆਪਾਂ ਕਹੀਏ ਵੀ ਮੈਨੂੰ ਬਹੁਤ ਵਧੀਆ ਆਜ਼ਾਦੀ ਹੈ, ਪਿੰਜਰੇ 'ਚ ਪਏ ਸ਼ੇਰ ਨੂੰ ਵਧੀਆ ਖਾਣਾ ਮਿਲਦਾ ਹੋਵੇ, ਉਹਨੂੰ ਸ਼ਿਕਾਰ ਕਰਨ ਦੀ ਕੋਈ ਲੋੜ ਨਹੀਂ, ਉਹ ਵਿਹਲਾ ਬੈਠਾ, ਉਹਨੂੰ ਖਾਣਾ ਮਿਲਦਾ ਵਧੀਆ ਜੀ, ਕੀ ਉਹ ਆਜ਼ਾਦ ਹੈ? ਆਜ਼ਾਦੀ ਦੇ ਮਾਇਨੇ ਇਹਨਾਂ ਚੀਜ਼ਾਂ ਨੂੰ ਵੱਡੇ ਨੇ ਵੀ ਤੁਹਾਨੂੰ ਹੱਕ ਮਿਲਦੇ ਕਿ ਨਹੀਂ ਮਿਲਦੇ। ਆਜ਼ਾਦੀ ਇਹ ਹੈ ਵੀ ਤੁਹਾਡੇ ਕੋਲ ਹੱਕ ਮੰਗਣ ਦੀ ਲੋੜ ਨਹੀਂ ਪੈਂਦੀ ਤੁਹਾਨੂੰ। ਤੁਸੀਂ ਸੁਣਿਆ ਕਦੀ ਵੀ ਹਿੰਦੀ ਬੋਲੀ ਲਾਗੂ ਕਰਾਉਣ ਵਾਸਤੇ ਕਿਸੇ ਬੰਦੇ ਨੇ ਕੋਈ ਸੰਘਰਸ਼ ਕੀਤਾ ਹੋਵੇ, ਇੱਕ ਧਰਨਾ ਤੁਸੀਂ ਸੁਣਿਆ ਅੱਜ ਤੱਕ? ਅਤੇ ਅਸੀਂ ਧਰਨੇ ਲਾ ਲਾ ਕੇ ਪੰਜਾਬੀ ਨਹੀਂ ਬਚਾ ਸਕਦੇ? ਸੋ ਜਿਹੜਾ ਸਿਸਟਮ ਹੁੰਦਾ ਹੈ ਨਾ, ਸਿਸਟਮ ਇੱਕ ਤਰੀਕੇ ਨਾਲ ਵਰਕ ਕਰਦਾ। ਜੇ ਤਾਂ ਤੁਹਾਡਾ ਸਿਸਟਮ ਹੈ ਤੁਹਾਡੇ ਫੇਵਰ 'ਚ ਕਰੂਗਾ, ਜੇ ਤੁਹਾਡਾ ਨਹੀਂ ਹੈਗਾ ਤੁਹਾਡੇ ਉਲਟ ਕਰੂਗਾ। ਜਿੰਨਾ ਮਰਜ਼ੀ ਹੱਕਾਂ ਦਾ ਜ਼ੋਰ ਲਾ ਲਓ ਉੱਥੇ, ਇਹ ਰਾਗ ਲਾਪੀ ਜਾਓ ਬੈਠ ਕੇ ਸਾਰਾ ਦਿਨ ਵੀ ਅਸੀਂ ਹੱਕਾਂ ਦੀ ਲੜਾਈ ਲੜਨੀ ਹੈ ਜੀ, ਕਿਹੜੇ ਹੱਕਾਂ ਦੀ ਲੜਾਈ ਲੜੋਗੇ ਤੁਸੀਂ? ਸੋ ਜਿਹੜਾ ਸੋਵਰਨਟੀ ਦਾ ਆਈਡੀਆ, ਬਾਈ ਦੀਪ ਨੇ ਗੱਲ ਕਹੀ ਸੀ, ਇਹ ਪਵਿੱਤਰ ਆਈਡੀਆ, ਇਹ ਬੜਾ ਸੀਕਰਡ ਆਈਡੀਆ। ਕਿਉਂਕਿ ਦੇਖੋ, ਇਹ ਤੋਂ ਵੱਡੀ ਖੂਬਸੂਰਤੀ ਕੀ ਹੋਊਗੀ ਵੀ ਇੱਕ ਕੌਮ ਆਪਣੀ ਇਹ ਗੱਲ ਨੂੰ ਪਛਾਣ ਲਏ ਵੀ ਅਸੀਂ ਗੁਲਾਮ ਹਾਂ ਅਤੇ ਅਸੀਂ ਇਹ 'ਚੋਂ ਆਜ਼ਾਦ ਹੋਣਾ। ਇਹ ਤੋਂ ਵੱਡਾ ਦੁਨੀਆ ਦੇ ਉੱਤੇ ਕੁਛ ਖੂਬਸੂਰਤ ਨਹੀਂ ਹੈਗਾ, ਨਾ ਕੋਈ ਇਨਕਲਾਬ ਹੈ ਨਾ ਕੁਛ। ਸੋ ਅਸੀਂ ਇਹ ਸਮਝ ਲਈਏ ਵੀ ਜਿਹੜਾ ਸੋਵਰਨਟੀ ਦਾ ਆਈਡੀਆ ਹੈ ਉਹਨੂੰ ਪ੍ਰੋਟੈਕਟ ਵੀ ਕਰਨਾ, ਉਹਨੂੰ ਅਸੀਂ ਸਪਰੈਡ ਵੀ ਕਰਨਾ, ਅਤੇ ਸਿੱਖਾਂ ਦੇ ਵਿੱਚੋਂ ਇਹ ਗਿਲਟ ਕੱਢਣੀ ਹੈ ਵੀ ਖੁਦ ਨੂੰ ਆਜ਼ਾਦ ਕਹਿਣਾ। ਸਾਡੇ 'ਚ ਇੱਕ ਸਮੇਂ ਗਿਲਟ ਸੀ ਪੰਜਾਬੀ ਸੂਬਾ ਜਿੰਦਾਬਾਦ ਕਹਿਣ ਦੀ, ਹੈਗੀ ਸੀ ਨਾ, ਅਸੀਂ ਪੰਜਾਬੀ ਸੂਬਾ ਜਿੰਦਾਬਾਦ ਕਹਿੰਦੇ ਸੀ ਅਤੇ ਇਹ ਝੱਕਦੇ ਕਹਿੰਦੇ ਸੀ ਵੀ ਯਾਰ ਕੋਈ ਨਾਰਾਜ਼ ਨਾ ਹੋ ਜੇ। ਅੱਜ ਜਿਹੜੇ ਬੰਦੇ ਨਾਰਾਜ਼ ਸੀ ਉਹ ਕਹਿੰਦੇ ਪੰਜਾਬ ਨੂੰ ਸਿੱਖਾਂ ਨੇ ਅੱਗ ਲਾ ਦੇਣੀ, ਫਿਰ ਜਿਹੜੇ ਬੰਦੇ ਪੰਜਾਬ ਦੀ ਹੋਣੀ ਹੋਂਦ ਨੂੰ ਬਣਨ ਹੀ ਨਹੀਂ ਦੇਣਾ ਚਾਹੁੰਦੇ ਉਹ ਕਹਿੰਦੇ ਵੀ ਪੰਜਾਬ ਨੂੰ ਸਿੱਖਾਂ ਨੇ ਤਬਾਹ ਕਰ ਦੇਣਾ। ਸੋ ਮਤਲਬ ਇਹ ਹੈ ਵੀ ਇੱਕ ਆਈਡੀਆ ਸਮੇਂ ਤੋਂ ਪਹਿਲਾਂ ਜਾਂ ਉਹਦੀ ਸਕਸੈਸ ਤੋਂ ਪਹਿਲਾਂ ਹਮੇਸ਼ਾ ਟੈਬੂ ਹੁੰਦਾ, ਖਾਸ ਕਰ ਸੋਵਰਨਟੀ ਦਾ ਆਈਡੀਆ। ਪਾਵਰ ਸ਼ਿਫਟ ਹੁੰਦੀ ਹੈ, ਸਾਰਾ ਕੁਛ ਚੇਂਜ ਹੋ ਜਾਂਦਾ। ਤਾਲਿਬਾਨ ਹੈ, ਅੱਜ ਤੋਂ ਪਹਿਲਾਂ ਟੈਰਿਸਟ ਆਰਗਨਾਈਜੇਸ਼ਨ ਮੰਨੀ ਜਾਂਦੀ ਸੀ, ਹੁਣ ਲੜਾਕੇ ਵੀ। ਹੁਣ ਗੌਰਮੈਂਟ ਆਫੀਸ਼ਲਸ ਉਹਨਾਂ ਨੇ ਮੀਟਿੰਗਾਂ ਕਰ ਰਹੇ ਹਨ, ਜਾ ਕੇ ਉਹ ਮੀਟਿੰਗ 'ਚ ਬੈਠੇ ਨੇ, ਕੀ ਫਰਕ ਪਿਆ? ਸਿਰਫ ਪਾਵਰ 'ਤੇ ਉਹ ਆ ਗਏ ਨੇ। ਸੋ ਪਾਵਰ ਡਿਫਾਈਨ ਕਰਦੀ ਹੈ ਤੁਸੀਂ ਕੀ ਹੋ, ਪਾਵਰ ਤੋਂ ਬਿਨਾਂ ਕੁਛ ਨਹੀਂ ਹੈਗਾ। ਮਤਲਬ ਇਹ ਨਹੀਂ ਮੈਂ ਕਹਿੰਦਾ ਵੀ ਪਾਵਰ ਲੈਣ ਦੇ ਇੱਕੋ ਤਰੀਕਾ ਵਾ ਵੀ ਤੁਸੀਂ ਆਮ ਸਟਰਗਲ ਲੜੋ ਜਾਂ ਕੁਛ ਇੱਦਾਂ ਦੀ ਗੱਲ ਹੈ। ਪਹਿਲੀ ਗੱਲ ਤਾਂ ਜਿਹੜੀ ਗਿਲਟ ਟ੍ਰਿਪ 'ਚੋਂ ਨਿਕਲਣਾ ਬਾਹਰ, ਜਿਹੜੀ ਕਮਿਊਨਿਟੀ ਲੈਵਲ ਦੀ ਗਿਲਟ ਹੈ ਸਾਡੇ ਅੰਦਰ ਵੀ ਅਸੀਂ ਜਿਹੜਾ ਸਾਡੇ ਨਾਲ ਵਾਇਲੈਂਸ ਹੁੰਦੀ ਹੈ ਉਹ ਸ਼ਾਇਦ ਕਿਸੇ ਦਾ ਰਿਐਕਸ਼ਨ ਹੈ, ਇਹ ਸਮਝਣਾ ਕਿਸੇ ਵੀ ਕੌਮ ਵਾਸਤੇ ਘਾਤਕ ਹੈ। ਜਿਹੜੇ ਬੰਦੇ ਕੋਲ ਤੁਹਾਡਾ ਜੈਨੋਸਾਈਡ ਕਰਨ ਦਾ ਪਾਵਰ ਹੈਗੀ ਹੈ, ਜਿਹੜੀ ਕੌਮ ਕੋਲੋਂ, ਜਿਹੜੇ ਬੰਦੇ ਕੋਲ, ਜਿਹੜੀ ਸਟੇਟ ਕੋਲੋਂ ਪੋਟੈਂਸ਼ੀਅਲ ਹੈਗਾ, ਰੀਜ਼ਨਸ ਹੈਗੇ ਆ, ਤੁਸੀਂ ਜਿੰਨਾ ਚਿਰ ਮਰਜ਼ੀ ਅਵੋਇਡ ਕਰੀ ਜਾਓ ਉਹ ਹੋਊਗੀ ਹੋਊਗੀ ਤੁਹਾਡੇ ਨਾਲ। ਤੁਸੀਂ ਗੁੱਸਾ ਨਾ ਵੀ ਚੜਾਓ ਅਗਲੇ ਨੂੰ। ਲਾਲ ਕਿਲੇ 'ਤੇ ਆਪਾਂ ਨਿਸ਼ਾਨ ਸਾਹਿਬ ਚੜਾਇਆ ਸੀ, ਕੀ ਕੀਤਾ ਸੀ? ਥ੍ਰੈਟ ਮਿਲੇ ਸਾਨੂੰ, ਮੋਦੀ ਦੀ ਗੱਡੀ ਰੁਕਦੀ ਹੈ ਪੁਲ 'ਤੇ ਆ ਕੇ, ਸਾਨੂੰ ਥ੍ਰੈਟ ਮਿਲਦੇ ਵੀ ਤੁਹਾਡੇ ਨਾਲ 84 ਦਰਾ ਦੇਣਗੇ। ਕਿਉਂ, ਇਹ ਕਿਉਂ ਹੁੰਦਾ? ਹੋਰ ਕਿਸੇ ਕੌਮ ਨਾਲ ਕਿਉਂ ਨਹੀਂ ਹੋ ਜਾਂਦਾ? ਸਿੱਖ ਉਲਟਾ ਕਿਸੇ ਨੂੰ ਥ੍ਰੈਟ ਕਿਉਂ ਨਹੀਂ ਕਰਦੇ? ਇਹ ਜਿਹੜੀ ਇੰਬੈਲੈਂਸ ਹੈ ਨਾ ਪਾਵਰ ਦਾ, ਇਹ ਨਾ ਵੇਖੋ ਵੀ ਸਿੱਖ ਫਲਾਣੀ ਪੋਸਟ 'ਤੇ ਬੈਠਾ ਹੈ ਜੀ, ਸਿੱਖ ਵੀ ਅਫਸਰ ਲੱਗ ਸਕਦੇ ਨੇ, ਸਿੱਖ ਬੈਂਕ ਦਾ ਮੈਨੇਜਰ ਲੱਗ ਸਕਦਾ, ਸਿੱਖ ਪ੍ਰਧਾਨ ਮੰਤਰੀ ਬਣ ਸਕਦਾ, ਸਿੱਖ ਪ੍ਰਧਾਨ ਮੰਤਰੀ ਬਣ ਕੇ ਸਿੱਖਾਂ ਨੂੰ ਨਿਆਂ ਦਵਾ ਸਕਦਾ, ਨਹੀਂ ਦਵਾ ਸਕਦਾ। ਜਿਹੜਾ ਇਹ ਹੁੰਦਾ, ਇਹ ਟੋਕਨ ਇੱਦਾਂ ਵਰਤੇ ਜਾਂਦੇ ਨੇ ਕੌਮਾਂ 'ਤੇ। ਅਮਰੀਕਾ ਦੇ ਵਿੱਚ ਬਰਾਕ ਓਬਾਮਾ ਬਣਿਆ, ਉਹ ਤੋਂ ਬਾਅਦ ਕਾਲਿਆਂ ਦੀ ਦਿਸ਼ਾ ਠੀਕ ਹੋ ਗਈ। ਸੋ ਅਸੀਂ ਜਿਹੜਾ ਆਈਡੀਆ ਹੈ ਨਾ ਕੋਈ ਵੀ, ਉਹਨੂੰ ਐਕਸਪਲੋਰ ਕਰੀਏ, ਉਹਨੂੰ ਵੇਖੀਏ ਵੀ ਇਹਦੇ 'ਚ ਹੈ ਕੀ। ਐਵੇਂ ਹੀ
ਅੰਨੇਵਾਹ ਜਿਹੜਾ ਕਹਿ ਦੇਣਾ ਵੀ ਨਹੀਂ ਜੀ ਦੇਖੋ ਬਾਕੀ ਵੀ ਤਾਂ ਲੋਕ ਕਰ ਰਹੀ ਨੇ ਸਰਵਾਈਵ, ਇਹ ਵੀ ਬੜਾ ਮੈਨੂੰ ਸਟੂਪਿਡ ਸਟੇਟਮੈਂਟ ਲੱਗਦੀ ਹੈ। ਜੇ ਬਾਕੀ ਲੋਕਾਂ ਦੇ ਵਾਂਗੂ ਤੁਸੀਂ ਕਾਪੀ ਪੇਸਟ ਕਰਨਾ ਆਪਣੇ ਆਪਣੇ, ਤੁਸੀਂ ਕੋਈ ਸਿਧਾਂਤ ਨਹੀਂ ਹੈਗਾ ਤੁਹਾਡਾ, ਅਤੇ ਮੇਰੇ ਖਿਆਲ ਦੇ ਨਾਲ ਫਿਰ ਤੁਸੀਂ ਵੱਖ ਆਈਡੈਂਟੀ ਦੇ ਹੋਣ ਦੀ ਗੱਲ ਹੀ ਕਿਉਂ ਕਰਦੇ। ਅਕਸਰ ਕੌਮਾਂ ਦੇ ਰਿਐਕਸ਼ਨ ਵੱਖਰੇ ਹੁੰਦੇ ਨੇ, ਹਰ ਕੌਮ ਡਿਫਰੈਂਟ ਤਰੀਕੇ ਨਾਲ ਰਿਐਕਟ ਕਰਦੀ ਹੈ। ਹੋ ਸਕਦਾ ਹਿੰਦੁਸਤਾਨ ਦਾ ਜਿਹੜਾ ਮੁਸਲਮਾਨ ਹੈ ਉਹ ਤਿਰੰਗਾ ਚਲਾ ਲਿਆ ਆਪਣੀ ਮਸਜਿਦ ਅਤੇ ਵਾਇਲੈਂਸ ਸਹੀ ਜਾਵੇ, ਸਿੱਖ ਨਹੀਂ ਸਹਿ ਸਕਦਾ। ਜਿਹੜਾ ਸਾਡਾ ਸੋਵਰਨਟੀ ਹੈ ਗੁਰਦੁਆਰਿਆਂ ਦੀ ਉਹਨੂੰ ਮੇਨਟੇਨ ਕਰਨ ਲਈ ਸਾਡੇ ਲਈ ਸਾਰਾ ਕੁਝ ਉਹ ਹੈ। ਸੋ ਆਪਾਂ ਇਹ ਨਾ ਵੇਖ, ਇਹ ਸਾਡੇ ਨਾਲ ਕਾਮਰੇਡ ਕਰਦੇ ਕੀ ਹੈ ਵੀ ਇਹ ਦੂਜੀਆਂ ਕੌਮ ਦੀਆਂ ਐਗਜ਼ਾਮਪਲਸ ਨੂੰ ਸਾਡੇ 'ਤੇ ਥੋਪਦੇ ਨੇ, ਸਾਡੀ ਸਿਚੁਏਸ਼ਨ ਬਹੁਤ ਡਿਫਰੈਂਟ ਹੈ। ਇਹ ਚਾਹੁੰਦੇ ਅਸੀਂ ਪਰਫੈਕਟ ਵਿਕਟਮ ਬਣੀਏ ਇਹਨਾਂ ਦੇ। ਇਹ ਲੈਫਟ ਦਾ ਇੱਕ ਬੜਾ ਆਈਡੀਆ ਹੈ, ਉਹ ਕਹਿੰਦੇ ਜਿੰਨਾ ਚਿਰ ਤੁਸੀਂ ਪਰਫੈਕਟ ਵਿਕਟਮ ਬਣ ਕੇ ਗੋਡਿਆਂ ਪਰ ਨਹੀਂ ਹੋ ਕੇ ਮਾਰਕਸਿਜ਼ਮ ਦੇ ਅੱਗੇ ਹੱਥ ਨਹੀਂ ਖੜੇ ਕਰਦੇ। ਸਾਰੇ ਸਿਆਸੀ ਕੈਦੀ ਰਿਹਾ ਕਰੋ, ਇਹ ਨਹੀਂ ਕਹਿੰਦੇ ਕਿ ਬੰਦੀ ਸਿੰਘ ਰਿਹਾ ਕਰੋ, ਉਹਦੀ ਜਗ੍ਹਾ 'ਤੇ ਸ਼ਬਦ ਸਿਆਸੀ ਕੈਦੀ ਵਰਤਦੇ ਨੇ ਸਾਰੇ। ਨਹੀਂ ਉਹ ਉਹਨਾਂ ਨੇ ਦੇਖੋ, ਉਹਨਾਂ ਦੀ ਪ੍ਰੋਬਲਮ ਲੈਂਗੁਏਜ ਦੀ ਸਭ ਤੋਂ ਵੱਡੀ ਇਹ ਹੈ ਕਿ ਧਰਮ ਨਾਲ ਇੰਨੀ ਉਹਨਾਂ ਨੂੰ ਨਫ਼ਰਤ ਹੈ, ਉਹ ਬੰਦੀ ਸਿੰਘ ਵੀ ਮਜਬੂਰੀ 'ਚ ਕਹਿੰਦੇ ਨੇ ਵੀ ਬਾਕੀ ਕੈਦੀ ਰਿਹਾ ਹੋ ਜਾਣ। ਉਗਰਾਹਾਂ ਨੇ ਕਿਸਾਨੀ ਮੋਰਚੇ ਦੇ ਵਿੱਚ ਜਿਹੜੇ ਨਕਸਲੀ ਗ੍ਰਿਫਤਾਰ ਹੋਏ ਸੀ ਸਕੋਲਰ, ਉਹਨਾਂ ਦੇ ਪੋਸਟਰ ਫੜੇ ਸੀ, ਇੱਕ ਸਿੱਖ ਦਾ ਨਹੀਂ ਸੀ ਹੈਗਾ ਵਿੱਚ ਉਹਦੇ, ਅਤੇ ਗੱਲਾਂ ਇਹ ਕੀਤੀਆਂ ਜਾਂਦੀਆਂ ਸੀ ਵੀ ਸਿੱਖਾਂ ਇਸ ਧਰਮ ਦਾ ਰੰਗ ਨਾ ਦਿਓ ਇਹਨੂੰ। ਇਹ ਮਤਲਬ ਇਹ ਹੈ ਵੀ ਸਿਰਫ ਸਿੱਖੀ ਨਾਲ ਨਫ਼ਰਤ ਹੈ, ਹੋਰ ਕਿਸੇ ਨਾਲ ਨਹੀਂ। ਉੱਥੇ ਨਮਾਜ਼ ਪੜ੍ਹਾਈ ਗਈ ਲਿਆ ਕੇ ਸਟੇਜਾਂ ਦੇ ਉੱਤੇ, ਸਟੇਜਾਂ ਦੇ ਉੱਤੇ, ਅਤੇ ਸਿੱਖਾਂ ਨੂੰ ਕਹਿੰਦੇ ਸੀ ਧਰਮ ਦੂਰ ਲੈ ਜਾਓ ਆਪਣਾ ਇੱਥੋਂ। ਸੋ ਇਹ ਇਹ ਜਿਹੜੀ ਇਹਨਾਂ ਦੀ ਨਫ਼ਰਤ ਬੜੀ ਸਪੈਸੀਫਿਕ ਹੈ ਲੈਫਟ ਦੀ ਸਿੱਖਾਂ ਪ੍ਰਤੀ, ਉਹ ਕਿਉਂ ਆ? ਸਿੱਖ ਵਿਕਟਮ ਨਹੀਂ ਬਣਦੇ, ਸਿੱਖ ਪਰਫੈਕਟ ਵਿਕਟਮ ਨਹੀਂ ਹੈਗੇ, ਸਿੱਖ ਛਿੱਤਰ ਖਾ ਖਾ ਕੇ ਅਤੇ ਚੁੱਪ ਕਰਕੇ ਬਹਿੰਦੇ ਨੇ। ਹੁਣ ਇਹ ਕੀ ਆ, ਇਹ ਕਹਿੰਦੇ ਵੀ ਇੱਕ ਕੌਮ ਛਿੱਤਰ ਖਾ ਖਾ ਕੇ ਅਤੇ ਇੰਨੀ ਨਿਡਾਲ ਹੋ ਜੇ ਅਤੇ ਅਸੀਂ ਉਹਦੇ ਰਾਖੇ ਬਣ ਕੇ ਜਾਈਏ, ਉੱਥੇ ਅਸੀਂ ਦੱਸੀਏ ਵੀ ਲੈਫਟ ਕਿਵੇਂ ਲੋਕਾਂ ਨੂੰ ਜਿਉਂਦੇ ਕਰਦਾ। ਇਹਨਾਂ ਆਦਿਵਾਸੀਆਂ ਨੇ ਸਾਰਿਆਂ ਨੇ ਇੱਦਾਂ ਹੀ ਕੀਤਾ, ਉਹਨਾਂ ਦੀ ਸਟਰਗਲ ਦਾ ਬੇੜਾ ਗਰ ਕਰਕੇ ਰੱਖ ਦਿੱਤਾ। ਕੀ ਖੱਟਿਆ ਕਿਸੇ ਨੇ ਅੱਜ ਤੱਕ? ਕੁਛ ਵੀ ਨਹੀਂ ਖੱਟਿਆ। ਸੋ ਸਿੱਖਾਂ ਨੂੰ ਆਪਣਾ ਜਿਹੜਾ ਸੋਵਰਨਟੀ ਦਾ ਆਈਡੀਆ ਹੈ ਉਹ ਕਿਸੇ ਲੈਫਟ ਰਾਈਟ ਤੋਂ ਲੈਣ ਦੀ ਲੋੜ ਨਹੀਂ ਹੈ। ਬਾਇਨਰੀ ਤੋਂ ਬਾਹਰ ਜਾ ਕੇ ਜਿਹੜਾ ਸੋਵਰਨਟੀ ਦਾ ਸਿੱਖ ਸੋਵਰਨਟੀ ਦਾ ਆਈਡੀਆ ਉਹ ਗੁਰੂ ਦੇ ਸਿਧਾਂਤ 'ਚੋਂ ਨਿਕਲਦਾ, ਅਤੇ ਗੁਰੂ ਦਾ ਸਿਧਾਂਤ ਇਹ ਨਹੀਂ ਹੈਗਾ ਵੀ ਅੱਜ ਹੋਰ ਹੈ ਅਤੇ ਕੱਲ੍ਹ ਹੋਰ ਹੈ, ਉਹ ਸਮੇਂ ਦੀ ਸੀਮਾ ਤੋਂ ਬਾਹਰ ਹੈ। ਅਕਾਲ ਆਪਾਂ ਤਾਂ ਹੀ ਕਹਿੰਦੇ ਹਾਂ ਨਾ, ਕਾਲ ਤੋਂ ਬਾਹਰ ਹੈ। ਸੋ ਆਪਾਂ ਇਹ ਚੀਜ਼ ਨੂੰ ਅੰਡਰਸਟੈਂਡ ਕਰੀਏ, ਇਹਦੇ 'ਤੇ ਹੋਰ ਡਿਸਕਸ਼ਨ ਹੋਵੇ, ਇਹਦੇ ਅਸੀਂ ਤਾਂ ਖੁੱਲ੍ਹਾ ਚੈਲੰਜ ਕਰਦੇ ਹਾਂ। ਜਿੰਨੇ ਵੀ ਕਮਿਊਨਿਸਟ, ਜਿੰਨੇ ਵੀ ਲੈਫਟਿਸਟ ਮਾਰਕਸਿਸਟ ਹੈਗੇ ਨੇ, ਆ ਜਾਓ ਬੈਠੋ। ਅਸੀਂ ਇਹ ਤਾਂ, ਤੁਸੀਂ ਇਹ ਤਾਂ ਮੰਨੋ ਵੀ ਤੁਹਾਡੇ ਆਈਡੀਆ 'ਚ ਤਾਂ ਫੰਡਾਮੈਂਟਲ ਪ੍ਰੋਬਲਮ ਹੈ। ਇੱਕ ਪੰਜਾਬ ਦੇ ਵਿੱਚ ਇੱਕ ਵਰਗ ਅਜਿਹਾ ਵੀ ਹੈ ਜਿਹੜਾ ਪੰਜਾਬ ਦੀ ਗੱਲ ਕਰਦਾ, ਉਹ ਤੁਹਾਡੇ ਅਕੋਰਡਿੰਗ ਧਰਮ ਦੀ ਗੱਲ ਨਹੀਂ ਕਰਦਾ। ਉਹ ਉਸ ਵਰਗ ਨੂੰ ਤੁਸੀਂ ਕਿਵੇਂ ਦੇਖਦੇ ਹੋ? ਚਾਹੇ ਉਹਦੇ ਵਿੱਚ ਕਈ ਕਿਸਾਨ ਆਗੂ ਆ ਜਾਣ, ਚਾਹੇ ਕੁਝ ਨੌਜਵਾਨ ਆਗੂ ਜਿਵੇਂ ਲੱਖੇ ਹੋਣੀ ਹੋਏ ਜਾਂ ਹੋਰ ਹੋਏ, ਉਹ ਪੰਜਾਬ ਦੀ ਗੱਲ ਤਾਂ ਕਰਦੇ ਨੇ, ਪਰ ਉਸ ਤੋਂ ਬਾਅਦ ਕਈ ਥਾਵਾਂ ਦੇ ਉੱਤੇ ਧਰਮ ਤੋਂ ਜਿਹੜੇ ਉਹ ਪੈਰ ਪਿੱਛੇ ਖਿੱਚਦੇ ਨਜ਼ਰ ਘੁੰਡ ਕੱਢ ਕੇ ਨੱਚਣਾ ਉਹਨੂੰ ਕਹਿੰਦੇ ਆ। ਉਹ ਘੁੰਡ ਕੱਢ ਕੇ ਨੱਚਣ ਦਾ ਮਤਲਬ ਇਹ ਹੈ ਪ੍ਰੋਬਲਮ ਨੂੰ ਸਮਝਣਾ, ਅੰਡਰਸਟੈਂਡ ਕਰਨਾ, ਸਲਿਊਸ਼ਨ ਵੱਲ ਨਹੀਂ ਜਾਣਾ, ਇੰਡੀਵਿਜੁਅਲ ਪ੍ਰੋਬਲਮਸ 'ਤੇ ਫੋਕਸ ਕਰਕੇ। ਇਹ ਗੱਲ ਕਹਿਣ ਲੱਗਿਆਂ ਕਿਉਂ ਆਪਾਂ ਝੱਕਦੇ ਹਾਂ ਵੀ ਪ੍ਰੋਬਲਮ ਪੰਜਾਬ ਦੀ ਇਹੋ ਹੀ ਆ ਵੀ ਇੱਥੇ ਸਿੱਖਾਂ ਨੂੰ ਉਜਾੜਨਾ ਚਾਹੁੰਦੀ ਹੈ ਸਰਕਾਰ ਹਕੂਮਤ, ਤਾਂ ਕਰਕੇ ਪੰਜਾਬ ਦੇ ਉੱਤੇ ਹਰ ਸੰਤਾਪ ਹੰਢਾਇਆ ਜਾ ਰਿਹਾ, ਪਾਇਆ ਜਾ ਰਿਹਾ। ਇਹ ਗੱਲ ਉਹ ਕਹਿੰਦੇ ਨਹੀਂ ਗੇ, ਕਿਉਂਕਿ ਜੇ ਉਹ ਕਹਿਣ ਸਿੱਖ ਆਈ ਫਿਰ ਸਿੱਖ ਸੋਮਟੀ ਦਾ ਆਈਡੀਆ ਕਿੱਦਾਂ ਡਿਨਾਈ ਕਰਨਗੇ? ਸੋ ਉਹ ਕੀ ਕਹਿੰਦੇ ਆ ਵੀ ਤੁਸੀਂ ਸਿੰਪਟਮਸ ਦੀ ਲੜਾਈ ਲੜਦੇ ਰਹੋ ਸਾਰੀ ਉਮਰ। ਤੁਸੀਂ ਕਹੋ ਵੀ ਪਾਣੀ ਲੁੱਟਿਆ ਜਾ ਰਿਹਾ, ਤੁਸੀਂ ਕਹੋ ਪੰਜਾਬ ਦਾ ਆਰਥਿਕ ਨੁਕਸਾਨ ਹੋ ਰਿਹਾ ਪਾਣੀ ਲੁੱਟਿਆ ਜਾਣ ਦਾ ਕਰਕੇ, ਪਰ ਤੁਸੀਂ ਕਦੀ ਨਾ ਮੰਨੋ ਵੀ ਪੰਜਾਬ ਦਾ ਪਾਣੀ ਕਿਸੇ ਇਕੋਨਮੀ ਕਰਕੇ ਨਹੀਂ ਲੁੱਟਿਆ ਜਾ ਰਿਹਾ, ਪੰਜਾਬ ਦਾ ਪਾਣੀ ਇੱਕ ਜੈਨੋਸਾਈਡਲ ਪੋਲਿਸੀ ਕਰਕੇ ਲੁੱਟਿਆ ਜਾ ਰਿਹਾ। ਹੁਣ ਇਹ ਗੱਲ ਉਹ ਮੰਨਣ ਨੂੰ ਤਿਆਰ ਨਹੀਂ। ਉਹ ਜੇ ਨੱਚਣਾ ਹੈ ਨਾ ਕਿਤੇ ਤਾਂ ਫਿਰ ਘੁੰਡ ਚੁੱਕ ਕੇ ਨੱਚਣਾ ਚਾਹੀਦਾ। ਇੱਦਾਂ ਨਹੀਂ ਹੈਗਾ ਵੀ ਤੁਸੀਂ ਪਿਕ ਐਂਡ ਚੂਜ਼ ਕਰ ਲਿਆ ਵੀ ਆਹ ਸੀ ਚੀਜ਼ ਸਾਨੂੰ ਚੰਗੀ ਲੱਗਦੀ ਹੈ, ਆਹ ਧਰਮ ਦੀ ਲੈ ਲਈ, ਆਹ ਰੱਖ ਦਈ। ਧਰਮ ਸੰਪੂਰਨ ਹੈ, ਮਹਾਰਾਜ ਦੀ ਜਿਹੜੀ ਬਚਨ ਨੇ ਉਹ ਸੰਪੂਰਨ ਨੇ। ਇਹ ਇੱਥੇ ਪੰਜਾਬ ਦੇ ਵਿੱਚ ਜੋ ਕੁਛ ਹੈ ਸਿੱਖੀ ਹੈ, ਤੁਸੀਂ 500 ਸਾਲ ਦਾ ਇਤਿਹਾਸ ਕੱਢੋ ਪੰਜਾਬ ਦਾ। ਜੇ ਫਿਰ ਅੱਜ ਵੀ ਤੁਸੀਂ ਪੰਜਾਬੀ ਅਤੇ ਦੂਜੇ ਤੀਜੇ ਟਰਮ ਲੈ ਕੇ ਆਉਣੇ ਨੇ, ਠੀਕ ਹੈ, ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ, ਪਰ ਦੂਜੀਆਂ ਕੌਮਾਂ ਕਿਉਂ ਚੁੱਪ ਨੇ ਇਸ ਗੱਲ ਦੇ ਉੱਤੇ? ਛਿੱਤਰਖਾਨ ਸਿੱਖ, ਮਰਨ ਸਿੱਖ, ਜੇਲ੍ਹਾਂ 'ਚ ਸਿੱਖ ਜਾਣ, ਫਾਂਸੀਆਂ 'ਤੇ ਸਿੱਖ ਟੰਗੇ ਜਾਣ, ਅਤੇ ਆ ਜਾ ਕੇ ਫਿਰ ਜਦੋਂ ਸਿੱਖ ਆਪਣੀ ਸੋਵਰਨਟੀ ਦੀ ਗੱਲ ਕਰਨ ਅਤੇ ਇਹਨਾਂ ਨੂੰ ਫਿਰਕੂ ਦੱਸਿਆ ਜਾਵੇ ਵੀ ਇਹ ਇਕੱਲੇ ਸਿੱਖਾਂ ਦੀ ਗੱਲ ਕਰਦੇ? ਮਤਲਬ ਜਿਹੜੀ ਤੁਸੀਂ ਕਦੇ ਸੁਣਿਆ ਵੀ ਇੱਕ ਇੱਕ ਜਿਹਨੀ ਜਿਹੜੀ ਧਿਰ ਨੇ ਸਭ ਤੋਂ ਵੱਧ ਕੰਟਰੀਬਿਊਟ ਕੀਤਾ ਕਿਸੇ ਵੀ ਚੀਜ਼ 'ਚ, ਉਹਨੂੰ ਉਹਨੂੰ ਫਾਸਿਸਟ ਦੱਸਿਆ ਜਾਂਦਾ ਵੀ ਕਿਉਂਕਿ ਉਹ ਦੂਜਿਆਂ ਨੂੰ ਇਨਵੋਲਵ ਨਹੀਂ ਕਰਦੇ। ਇਹ ਦੂਜਿਆਂ ਦੀ ਪ੍ਰੋਬਲਮ ਹੋਣੀ ਚਾਹੀਦੀ ਹੈ ਨਾ, ਜੇ ਗਿਲਟ ਹੈ ਤਾਂ ਦੂਜੀਆਂ ਕੌਮਾਂ ਨੂੰ ਹੋਵੇ ਵੀ ਅਸੀਂ ਕੁਛ ਨਹੀਂ ਕਰ ਰਹੇ ਪੰਜਾਬ ਲਈ, ਅਸੀਂ ਕਾਹਦੀ ਗਿਲਟ ਲਈ ਫਿਰੀਏ? ਸਾਡੀਆਂ ਤਾਂ ਨਸਲਾਂ ਤਬਾਹ ਹੋ ਗਈਆਂ,
लहिंदे पंजाब दे उत्ते सिखां दा जिहड़ा दावा है वह बिल्कुल खत्म हो चुका, गिणती नहीं रही हैगी। मौजूदा जो समाज है वो गिणती के आधार पर ज़्यादातर दावे पेश किए जाते हैं कि खालिस्तान की जिहड़ी विजन है वह महाराजा रणजीत सिंह वाले राज का विजन है या मौजूदा पंजाब का विजन है। नहीं देखो, खड़े होने जगह बनानी चाहिए है, बदलमा पै जाना होंगे। एक्सपेंशन जोड़ा है किसी भी चीज़ का एक्सपेंशन है एग्जिस्टेंस तो पहला नहीं आता। खालसा ने तो ब्रह्मांड से राज करना है, पर राज कितो शुरू तो होगा ना। सो असी जिते संघर्ष कर रहे हैं, जिन्होंने साढ़े ना झूठे वादे किए हैं 47 तो बाद असी 47 उजाड़ा चल के इस मुल्क वसे हैं ना। असी इस मुल्क तो अड होने की गल नहीं की। सानू जराइम पेशा तो कई कुछ कहा गया, फिर सानू पंजाबी बोली दे संघर्ष सूबे दे संघर्ष करने पे। 84 जो लकीर खिंची गई है 84 दे विच, हुण सानू जिहड़ा वा इन्हां लोकां ने साडे नाल दगा कीती है, असीं हुण राज इत्थे स्थापित करांगे ना अपना, फिर असीं एक्सपेंड करांगे। एक्सपेंशन तो हर राज दा एक हिंदुस्तान भी एक्सपेंड करता ही है ना। जदों हिंदुस्तान आजाद होया सी किन्ने आजाद राज इन्हां ने अपने आप च मिलाए ने, जां ते मुकर जाण भी असीं इह काम नहीं कीता। जिहड़ा मैनूं हुण नाम नहीं उहदा, जद कश्मीर सी होर कई राज सी जिहड़े आजाद राजां दे कोल सी, हैदराबाद सी, हैदराबाद सी है, हैदराबाद दे निजाम उत्ते फौज चाढ़ के इन्हां ने उहनूं कब्जे च लिया सी। सो इह सारा कुछ जिहड़ा है हिंदुस्तान ने किया एक्सपेंशन वास्ते किया। चीन एक्सपेंड कर रहा अपने राज, हिंदुस्तान की टैरिटरी मान लेंदा, कश्मीर की एक टैरिटरी पिछले पाकिस्तान से हिंदुस्तान लड़ रहे हैं। एक्सपेंशन दी चीज तैयारियां ने सारियां, ते तुसी राज बना के चुप करके थोड़ी बह जाना। तुसी अपने पुरखियां के इतिहासक स्थानां नू अपने घट्टो घट एक्सैसेबल तो रखोगे ना। फर्ज करो जे असी राज नहीं करते लाहौर से, पर सानू लाहौर जाण की आजादी हो सकती है ना। असी ननकाणा साहब तो जाइए, सानू ये तो ना हो ननकाणा साहब जाने लगे सानू मतलब ऐ वेख्या जाए भी ये पता नहीं कितने जा चले। साढ़े पहले पातशाह का प्रकाश स्थान है वो, जिते उन्होंने प्रकाश धारिया संसार, उस स्थान पर जाने सू कि पापड़ वेलने पेंदे ने। सो ये चीज़ समझिए भी जिहड़ा जो पावर हो, पावर नाल सब कुछ हो जाता है, पावर नाल तुहाडे रिलेशन बैटर हो जाते हैं। सो पावर जरूरी है किसी भी चीज़ को एस्टैबलिश कर ली। एक्सपेंशन बाज की खेड होंगी है कि तुम किधर एक्सपेंड करना है। वो तो महाराजा रणजीत सिंह ने लाहौर का राज जितया पेल्ला, पंजाब से राज नहीं पेल्ला वह, फिर उन्हें एक्सपेंड किया सारे पासों, सतलुज तक हद इधर गई, उधर काबल कंधार तक जी हद सी खालसे राज की जी। एक रात च नहीं हो गया ये, हौली हौली सब कुछ लग गया, पावर बढ़ती है राज के नाल। तुहाडे कोल सॉवरनटी, सॉवरनटी एड्डी खूबसूरत चीज़ है ना। जदों सॉवरन होंगे तुसीं फिर सोचते हो भी साडा होर पोटेंशियल भी हैगा साडे च। स्लेव माइंड्स की करते ने, वह अपने सर्वाइवल लिए लड़न जोगे नहीं होंगे। सॉवरन माइंड जिहड़े लोग कम्यूनिटीज ने सॉवरन, उन्होंने मन च फुरने आते हैं भी असीं एक्सपेंड करिए। असीं तो पंजाबी बोलते इलाकों की गल करना बंद कर चुके हैं, एक्सपेंशन की दूर की गल है। सो ये जरूरी है भी इन तरीके अंडरस्टैंड किया। जो विदेश बैठे सिख ने अक्सर उन्होंने उत्ते इस सवाल खड़े किए हैं कि विदेशों में बह के गल करनी सौखी है, पंजाब आके देखो। हुण जिहड़े जिवें हुण तुसीं पंजाब आए हो, तो तुसीं पंजाब आके गल कर रहे हो, तो तुसीं पंजाब किन्ने समय लिए आए हो, तो वापस जाण दा जां भारत दे विच पंजाब दे विच विचर के की प्लैन है। नहीं देखो, जिहड़े विदेशों सिख बैठे ने बहुत कम कर रहे हैं। मैनूं इह लगदा भी सिखां नूं एक दूजे नूं मेड़े मारने बंद करने चाहिए। मैं गल इत्थे आके कह रहा, बाहर बैठी नहीं मैं कीती। मैं तां कहिंदा वां भी हर सिख जिहड़ा जिथे भी बैठा है वो अपने दिल से जे अपने राज भाग की अपनी कौम ना होए धक्कियां दी दर्द समोई बैठा है तो वह बहुत कुछ कर रहा है। जे अपने बच्चों नूं वो सिक्खी नाल जोड़ रहा है तो बहुत कुछ कर रहा है। जो पंजाब दे विच दूजे गरीब सिखां दी मदद कर रहा है तो बहुत कुछ कर सकता है। सो ये कोई जरूरी नहीं हुंदा भी इत्थे आउणा ही है सारिया ने। ये मेहणे सिर्फ बहानेबाजी है। जिहड़े कल मेहणे मारदे सी मैनूं पंजाब आ के गल करो, अज उहनां कहिणा मेरे नाल खड़ जाणा है। मैदान च भजदे ने, मैदान चो भजन की गल नहीं होंगी। गल होंगी है भी इहदी खांदे की दाढ़ी हल्दी, मैं नहीं इहदे नाल वसणा। जिहड़े बंदियां दा मकसद यह भी नुक्स कढ़ने कढ़ना, उहनां कढ़ देना जी। सो आपां उहनां तों उम्मीद नहीं रखणी जी। वह बंदियां दा एक जीवन का एक मकसद बन चुका है भी असी डिनायल च रहना है, असी लोगों नूं जिहड़े आजादी के राह तोरना चाहते हैं उन्होंने जलील करना। वो कभी बाहर दियां दा बहाना ला लेंदे ने। जो कोई इत्थे जो बाई दीप सिद्धू इत्थे सी उदों किन्ने क लोगों ने यह कहता भी हाँ भाई ठीक है, किस किस्म की करतारकुशी उहदी कीती गई। सो मेरे ख्याल दे नाल मैं नहीं किसी बाहर दे बंदे नूं कहूँगा, मैं कहूँगा भी जिथे भी तुसीं हैगे जो अपने अपने
अपने आप नाल जुड़े रहो, गुरु साहब की जो सिक्ख्या वो जुड़े रहो, राजभाग के नाल जुड़े रहो। दरबार साहब और अकाल तख्त साहब जाके आए हो, जो तुहाडा नाम है अमृत, उस नाम के धारनी होने बारे सोच रहे हो गए, उस नाम के धारनी होया जाए? देखो जिहड़ा अमृत की दात है ये महाराज बख्शते ने, कोई बंदा दावा नहीं करता इतने। सो महाराज की जिदन सानू बख्शिश होगी उदन असी साढ़े वालों तैयारी है। असी ये ना एक ऐसा फनोमेना है भी जिथे तुसी किसी वेले तैयार भी होंगे जो महाराज तुहानू बुलाउण च देरी भी कर देंगे ने, क्योंकि उन्हें भी परख करनी होंगी हर मौके के उत्ते। जदों तुसी एयरपोर्ट तो उतरे हो उदों तुहाडियां जिहड़ियां तस्वीरां वायरल होईयां, वीडियोज़ गईयां, बहुत सारिया सोशल मीडिया के उत्ते तस्वीर ने, कितने शेर लिखा जा रहा है, कितने कौम का आगू लिखा जा रहा है, बहुत सारे नौजवान तुहानू अगवाई देने वास्ते तैयार ने, सोशल मीडिया ये कह रहे हैं, तुसीं की सोचते हो अगवाई लैण नूं तैयार हो जे कौम दिंदी आ? देखो मैं किसी का आगू नहीं बनना चाहुंदा, मैं तो चाहुंदा भी सारे मेरे भरा ने इहदे इत्थे 100,000 बंदे जिहड़े ने कौम की गल करन वाले चाहिए ने। सो आपां किसी भी कल्ले बंदे दे उत्ते कोई जिहड़ा बोझ पाउण की लोड़ नहीं हुंदी, बंदा बंदा हुंदा अक्सर। आपां इह करिए महाराज को इहो ही मंगीए भी सारे ही जिन्ने भैण भरा रल मिल के जिन्नी एक कौम की सेवा कर सकते हो करनी चाहिए। अखीर दे विच मेरे कुछ सवाल ने कि एक ना कौम या पंजाबी नौजवान जिहड़े तुहाडे नाल जुड़े हुए ने जां जिहड़े वारिस पंजाब जत्थेबंदी नाल जुड़े, वह दो चित्ती दे विच ने कि वारिस पंजाब जत्थेबंदी दे कई भाग बन चुके हैं, खास तौर दे उत्ते दो भाग ने, कि उहनां नूं तुसीं एक करन की कोशिश करोगे, एक प्लेटफॉर्म ते लैके आउण की कोशिश करोगे? असीं इह नहीं पुछदे कि तुहाडे जिहड़े विच फर्क ने वह किवें पए ने, पर की इहनां नूं भरन की कोशिश होगी? नहीं देखो मैं उत्थे गल नहीं सी कीती, पर मैं इत्थे कहिंदा वी जत्थेबंदियां की है, मैं कहना भी समा आएगा जथेबंदियां सब भंग करनी पै जाएगी, पंथ नूं एक झंडे थले कट्ठे होना पऊ, करे कुछ बंदा जरूरत पहल, मैं तैयार हाँ। तैयारी शर्त यह है पंथक भावना अगे रख के सारा कुछ करो। मेरे जथेबंदियां मैं उन्होंने खिलाफ ही नहीं अज तक बोलिया, जो दूजा भाग बन गया जां तीजा बन गया, ये मैं उन्होंने बंद चो नहीं है भी जो मैं किसी की किरदार कुछ करने से उतर आवा। पर सवाल यह है भी जिहड़ा दूजा भाग या तीजा भाग बनया चंगा काम करन, असी इन्हों यो कहें ना। हुण प्रॉब्लम की है भी जे उन्हों का सारा फोकस इस गल्ल ते होवे असी की कर रहे हैं, फिर तो दूजा भाग नहीं गा, फिर तो फॉलोअप कर रहे हैं, नहीं तो दो जथेबंदियां जे आप एक आइडिया मन भी लईए भी दो वक्री जथेबंदियां स्टैबलिश हो गई, वो दोवें अपना काम भी कर सकदियां ने, वखरा वखरा काम उन्हों का फील्ड वखरा हो सकता, कितने वो सिमिलर काम भी कर सकती है। मैनू ये आइडिया ही नहीं ठीक लगता भी एक जथेबंदी जी है, जथेबंदी तुहाडी क्रेडिबिलिटी से चलती है जी। मैं सवेरे मुकर जावा है, मैं सवेरे झूठा पै जावा, मैं सवेरे मतलब डर जावा भज जावा, तो जथेबंदी की कीमत रहूगी? सो ये तो क्रेडिबिलिटी जी तुम जरूरी है, होर कुछ नहीं जरूरी है। जथेबंदियां पंथ तो वड्डियां नहीं होंदियां कोई भी, हाँ ये जरूर है जथेबंदे को होना जरूरी है, जथेबंदियां रिसोर्सिस एक जगह से लैके आउंदियां ने, जथेबंदियां नौजवानों नूं कट्ठे जथेबंद का अर्थ ही है। मैं एक गल देखी है कि सिख कौम के आगू एक हो जो गल तो करते हैं, वो गल सिर्फ स्टेजा के उत्ते ही है, बरगाड़ी मोर्चा के भी दो मोर्चे उत्थे लगे हुए, उत्थे भी एक होने की गल हुंदी है, किते भी कोई धार्मिक प्रोग्राम जां कोई पंथक इकट्ठ हुंदा है उत्थे सारे एक आगू हुक्का दिंदे ने कि एक हो जो साडा घाण कीता जा रहा, सानू मारिया जा रहा है, पर उस स्टेज तो उतरदी सारो भुल जांदे ने कि असीं स्टेज ते की कह के आए आ। देखो महाराज दा वचन है गल्लीं असीं चंगीआं चारी बुरीआं, इह सारिआं ते साडे ते भी लागू हुंदा है, गल्लां करनीआं जिहड़ीआं ने उह सौखीआं ने ते चंगीआं करनीआं कोई टैक्स नहीं लगदा, जिन्नीआं मर्जी करी जाओ उहनां गल्लां नूं अपणे ते लागू करना औखा हुंदा है। सो जिहड़े बंदे स्टेजां ते चढ़ के एकता दा नारा लाउंदे ने उही बंदे ने जिहड़े दीप दी किरदार कुछ करन च सब तों अग्गे सी। पर इह तां नौजवानां दी वरतों होगी ना, पर नौजवान की करन इत्थे हुण? नहीं देखो मैं कहिंदा वां भी आइडिया दे उत्ते इक होया जा सकदा, सॉवरनिटी दा आइडिया लैके आओ, जिहड़ियां जथेबंदियां सॉवरनिटी दे आइडिया ते लड़ रहीआं ने अपने तरीके वक्खरे हो सकदे उहनां दे, इक होया जा सकदा है, उहनां नाल बैठिया जा सकदा है, नौजवानां नूं जिहड़ा वा आपसी उलझण तों बचाया जा सकदा है, ये बैठना चाहिए सिर जोड़ के जथेबंदियों आपस के कोलेशन तो बिल्ड की जा सकती है ना, जो मर्ज नहीं होना आप एक दूजे के घट्टो घट कोलेशन तो बिल्ड की जा सकती है। बंदी सिंह का मुद्दा है, उस मुद्दे पर 50 जथेबंदियां कट्ठी काम कर सकती हैं। सो ये सिखा दे प्रॉब्लम अज की डेट से यही है भी सिख जे एक दूजे को थले सीखना चाहते हैं, ये हैबिट डिवेलप होगी 150-200 साल की गुलामी के भी उन्होंने
सिखां नूं एक ऐसा जिहड़ा एक आदत पाती है वी जिहड़ा सिखां दे विचों ही कोई नौजवान उठदा है उहनूं थल्ले सुट्टण लई पहलां सिखां दी जथेबंदियां दूजियां खड़ियां हो जांदियां इहो ही वर्तारा वापरदा जो किसानी अंदोलन दीप सिद्धू ने गल की सी कि किसान आगुओं की गल अंदर खाते चल रही है पैसों की गल विक चुकी है उही गल हुण बहुत सारे किसान आगू किसान अंदोलन खत्म होए तो बाद भी कह रहे हैं उन्होंने एक धड़ा भी वक्रा बनाया एस के एम गैर राजनीतिक वो उन्हों तो वक्रे हो गए वो कह रहे हैं कि सानू उस वेले सारा कुछ पता सी पर असी अंदोलन बचाने बारे नहीं किया जे वो धड़ा तुहाडे नाल आउंदा है जां जिन्होंने अंदोलन नूं वेचण दी कोशिश नहीं की वो आउंदे ने कि उन्हां नूं नाल लेके चलिया जाऊगा जां उन्हां नूं भी दूसरी कतार च रखा जाऊगा नहीं वो आउणे की कातों फिर बिल माफ कराउण जां कोई बिल लागू कराउण आउणगे उन्हां नूं इस गल दा अजे तक अंदाजा नहीं होया पंजाब दी प्रॉब्लम गुलामी है ते जे उन्हां ने फिर वो पाणी जमदाणी पाउणी है ते जिथे मर्जी पालण बह के साडा ते समां ना खराब करन घट्टो घट्ट आउणा कोई भी जे विजन देखो के आवे जिन्हें आउणा पहला प्रॉब्लम ते अंडरस्टैंड करे मतलब प्रॉब्लम ये नहीं हैगी भी इतने करप्शन है प्रॉब्लम यह है भी करप्शन टूल है जेनोसाइड का जिन्हों एलीमीनेट नहीं किया जा सकता फ्रीडम तो बिना सोसाइटी पैराडाइम शिफ्ट की लड़ है सब कुछ उथल पुथल करने की लड़ है ये नवे स्ट्रक्चर खड़े करने की लड़ है तो तुम मरम्मत करते लगे हो स्ट्रक्चर जो मारद पूरा पोलीटल स्ट्रक्चर शिफ्ट की लड़ है पोलीटल स्ट्रक्चर की भी शिफ्ट की लड़ है सारा स्ट्रक्चर सोशल स्ट्रक्चर की भी लड़ शिफ्ट की पै गई है सोसाइटी भी बड़े नकार चल गई है ना मतलब सोसाइटी की कर रही है अज की डेट के तुम वेखो ना की कुछ बन चुक है मतलब कितने सीरीयसनैस नहीं हैगी बंदे हर गल नूं लैके मजाक कर रहे हैं तुम कौम की घटती पापूलेशन जथेदार साहब ने चिंता जताई से लोगों मजाक किए टीचर कीतिया हूँ बुते ने कहा उसके जो राष्ट्रपति है भी दस बच्चे जमो वह इनाम दिता दस बच्चे जमण से जी औरत ग्यारहवें बच्चे जमदी उन्होंने किन्ने हज़ार डालर का इनाम है उत्थे वो क्यों आ क्योंकि ये अंडरसटैंड करना चाहिए भी जी कौम ने कई बंदे अपने बेवकूफी देोजे गल कर जाते हैं भी बच्चे पंजाब ही जम लो गए जे कोई अकल ना हुई किसी देखो घट्टो घट पंजावें बच्चों चो पांच बच्चे चौवें बच्चों चो रेशो तो होगी ना भी एक अकलमद निकल आऊगा तीन बेवकूफ निकलोंगे जो हो ही एक फिर की करोगे तुम अज माझे की धरती से वेखो तू मावा को चार चार पुत से दो लिखे लाते कौम के अज एक है तो वो लुकादियाँ फिर बुकल के सो ये नहीं हैगा भी ये कोई औरत के जुल्म वाली गल है यह औरत के बंदे की सांझी लड़ाई है कौम की आबादी घटती दोवे की चिंता का विषय है सो सानू जे सारे मसले ने सारे मसले अंडरसटैंड करना पैना उदा तो प्रॉब्लम जी बहुत डीप है अंत में पंजाब की कोई मुश्किल तुम मैं दस दौ इतने हमने बोल के वो जुड़ती गुलामी ना जाके कोई एक मुश्किल ऐसी दसो पंजाब की जी पंजाब की गुलामी ना नहीं जुड़ी तो फिर जो सारा कुछ उसकी तार उत्थे जाती है तो उत्थे उन्हें चेंज करने की लड़ है कि उत्ते सारा कुछ करी जाइए तो थले उ रहे सप्लाई बंद करना पैंता ना लीकेज रोकण वास्ते जी लीकेज उत्ते स्टिकर लाते फिर देते हो सो जी जथेबंदियां कर रही ने काम ये मरम्मत भी नहीं कर रही सही तरीके उच्च भी करप्शन इन्हों आखिरी सवाल है कि सिमरजीत सिंह मान बारे की सोचते हैं देखो सिमरजीत सिंह मान कौम के वो लीडर ने जिन्होंने सिख सॉवर्टी का आइडिया इन्ने साल जीवते रखिया हिमिलेशन चली अपने लोगों को मजाक सहे उन्होंने अपना मतलब जिमें करतारकुशी भी उन्होंने उन्होंने लोगों ने उन्होंने की किन्ने मौके से सारी दुनिया बदल गई वह भी बदल जाती मौजूदा बयान सहमत उन्होंने सारे ना हाँ जी सहमत देखो असं ये गल कहने बयान जोड़ा है जे तो तत्थों के आधार पर गलत है फिर तो सहमति जताई जा सकती है जे वैसे लोगों को गलत लग रहा है तो सच्चे बंदे का तो यो फर्ज है ना भी चाहे सारी दुनिया झूठ में सच कह लग पे उन्हें सच में सच ही कहना सो साडा तो मेरे ख्याल में कोई असहमति नहीं गई जिन्हें मान साहब सिद्धांत चलते हैं जिन्हें चलने साड़ी कभी सहमति हो सकती जिमें दीप सिद्धू उन्होंने मिल के चोन प्रचार उन्होंने वास्ते किया चलोंगे ना उस तरह असं चलोंगे जी देखो संगरूर के जो होया वारस पंजाब की जथेबंदी ने पूरा भाग लिया उस मौजूद नहीं इतने कोई होर पार्टी तो उम्मीद नहीं रखते अकाली दल बादल तो आम आदमी पार्टी तो आम आदमी पार्टी कह रही है कि इनकलाब लैके आवेंगे बिजली सस्ती करती या ये मसले नहीं आम आदमी पार्टी या किसी भी नैशनल पार्टी ज वो पार्टियां जड़िया नैशन जो नेशन के नाल जी कैपीटल के नाल दिल्ली के अलायंस करना चाहदियां ने गुजा ज गुप्त रूप जो मतलब शरेआम उन्होंने साड़ी नहीं बन सकती पंजाब की प्रॉब्लम बड़ी यूनीक है पंजाब की प्रॉब्लम वो बंदा समझ सकता जो पंजाब अंडरस्टैंड करता है हुण अपने सामने भगवंत मान की एग्जाम्पल हैगी है
ਤੁਹਾਨੂੰ ਤੁਸੀਂ ਦੱਸੋ ਵੀ ਜਿਹੜਾ ਕੁਛ ਹੋਇਆ ਸੀ 4-5 ਮਹੀਨਿਆਂ ਦੇ ਵਿੱਚ ਹੋਇਆ 6 ਮਹੀਨਿਆਂ ਦੀ ਸਰਕਾਰ ਦੇ ਵਿੱਚ ਬਦਲਾਅ, ਲੋਕ ਬਦਲਾਅ ਦੀ ਉਮੀਦ ਕਰਦੇ ਸੀ ਕਿ ਆਇਆ, ਕੁਛ ਵੀ ਨਹੀਂ ਆਇਆ। 3 ਮਹੀਨੇ ਬਾਅਦ ਸਰਦਾਰ ਸਿੰਘ ਜੀ ਸਿੰਘ ਮਾਨ ਜਿੱਤਿਆ ਉਸੇ ਸੀਟ ਤੋਂ ਜਿਹੜੀ ਸੀਟ ਇਹਨਾਂ ਦੀ ਪਾਰਟੀ ਨੇ ਛੱਡੀ ਸੀ। ਇਹ ਕਦੀ ਵਾਪਰਿਆ ਕਿਸੇ ਗੌਰਮੈਂਟ ਦੇ ਨਾਲ ਵੀ ਮੌਜੂਦਾ ਸਰਕਾਰ ਹੋਵੇ? ਸੋ ਇਹ ਕਿਉਂ ਵਾਪਰਿਆ? ਇਹ ਇੱਦਾਂ ਹੋਣਾ, ਜਿਹੜੀ ਸੁਸਾਇਟੀ ਆ ਇੰਪੇਸ਼ੈਂਟ ਹੋ ਗਈ ਹੈ। ਸੁਸਾਇਟੀ ਕਿਸੇ ਨੂੰ ਵੀ ਸਮਾਂ ਨਹੀਂ ਦਿੰਦੀ ਬਹੁਤਾ, ਕੋਈ ਵੀ ਹੋਵੇ, ਡਿਸਪਾਈਟ ਕੋਈ ਵੀ ਬੰਦਾ ਹੋਵੇ। ਉਹ ਤੁਹਾਡਾ ਟੈਸਟਿੰਗ ਪੀਰੀਅਡ ਬਹੁਤ ਛੋਟਾ, ਜੇ ਤੁਸੀਂ ਉਹ 'ਚ ਫੇਲ ਹੁੰਦੇ ਜੋ ਦੂਜਾ ਮੌਕਾ ਨਹੀਂ ਮਿਲਦਾ। ਇੱਥੇ ਸਿੱਖਾਂ ਦਾ ਭਵਿੱਖ ਕਿਵੇਂ ਦਾ? ਸਿੱਖਾਂ ਦਾ ਭਵਿੱਖ ਦੀ ਮਹਾਰਾਜ ਦੇ ਹੱਥ ਹੈ, ਸਭ ਕੁਛ ਚੜ੍ਹਦੀ ਕਲਾ 'ਚ। ਜੈਨੋਸਾਈਡ ਦਾ ਨੈਰੇਟਿਵ ਕ੍ਰੀਏਟ ਕੀਤਾ ਜਾ ਰਿਹਾ ਲੱਗਦਾ ਤੁਹਾਨੂੰ? ਉਹ ਆਲਰੇਡੀ ਹੈਗਾ, ਉਹਨਾਂ ਨੂੰ ਕ੍ਰੀਏਟ ਕਰਨ ਦੀ ਲੋੜ ਨਹੀਂ। ਜਦੋਂ ਬਾਲਣ ਪਿਆ ਹੋਵੇ ਉਹਨੂੰ ਸਿਰਫ ਅੱਗ ਲਾਉਣ ਦੀ ਲੋੜ ਹੁੰਦੀ, ਬਾਲਣ ਇਕੱਠਾ ਕਰਨ ਦੀ ਲੋੜ ਨਹੀਂ। ਸਿੱਖ ਬਰੂਦ ਦੇ ਢੇਰ 'ਤੇ ਬੈਠੇ ਨੇ, ਸਿੱਖਾਂ ਨੂੰ ਰੋਜ਼ ਧਮਕਾਇਆ ਜਾਂਦਾ। ਕਿਤੇ ਪੰਜਾਬ ਤੋਂ ਬਾਹਰ ਸਿੱਖ ਦੀ ਐਵੇਂ ਕਿਸੇ ਨਾਲ ਲੜਾਈ ਹੋ ਜਾਵੇ, ਉਹ 'ਚ ਵੀ ਉਹਨੂੰ 84 ਦੀ ਧਮਕੀ ਦਿੱਤੀ ਜਾਂਦੀ। ਸੋ ਜਿਹੜੀ ਜੈਨੋਸਾਈਡਲ ਪਲਸਿਸ ਹੈ ਉਹ ਬੈਠੀ ਹੈ ਉਹਨਾਂ ਦੇ ਅੰਦਰ, ਇੰਬੈਡਡ ਹੈ, ਜਾ ਨਹੀਂ ਸਕਦੀ। ਸਿਰਸਾ ਸਾਹਿਬ ਉਹਨਾਂ ਨੇ ਦਿੱਲੀ ਦੇ ਵਿੱਚ ਤਿਰੰਗਾ ਯਾਤਰਾ ਕੱਢੀ, ਉਹਦੇ ਥੱਲੇ ਕਮੈਂਟ ਆਏ ਕਿ ਟਾਇਰਸ ਆਰ ਸਟਿਲ ਵਰਕਿੰਗ ਆਫਟਰ 30-34 ਈਅਰਸ। ਦੇਖੋ ਇਹ ਤਾਂ ਹੁਣ ਸਿਰਸਾ ਸਾਹਿਬ ਨੂੰ ਚਾਹੀਦਾ ਘੱਟੋ ਘੱਟ ਦਿੱਲੀ 'ਚ ਇਹ ਕੰਮ ਨਾ ਕਰਦੇ। ਕਿਉਂ ਨਾ ਕਰਦੇ? ਵੀ ਦਿੱਲੀ 'ਚ ਜਿਹੜੇ ਸਿੱਖ ਤਿਰੰਗੇ ਵਾਲੇ ਸੀ ਉਹਨਾਂ ਦਾ ਵੀ ਨਸਲ ਕੁਛ ਹੋਈ, ਜਿਹੜੇ ਨਹੀਂ ਸੀ ਉਹਨਾਂ ਦੀ ਵੀ ਹੋਈ, ਅਤੇ ਇਸ ਤਰੀਕੇ ਨਾਲ ਧੀਆਂ ਭੈਣਾਂ ਦੀ ਬੇਪਤੀ ਇਸ ਕਦਰ ਹੋਈ ਵੀ ਜਿਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਸੋ ਮੇਰੇ ਖਿਆਲ ਦੇ ਨਾਲ ਜਦੋਂ ਬੰਦਾ ਖੁਸ਼ਾਮਦੀ ਬਣ ਜਾਂਦਾ, ਜਦੋਂ ਬੰਦਾ ਕਿਸੇ ਬੰਦੇ ਨੂੰ ਮਤਲਬ ਆਪਣੇ ਧਰਮ ਨੂੰ ਆਪਣੇ ਕੀਦ ਨੂੰ ਛੱਡ ਕੇ ਕਿਸੇ ਬੰਦੇ ਦਾ ਜਾਂ ਕਿਸੇ ਪਾਰਟੀ ਦਾ ਖੁਸ਼ਾਮਦੀ ਬਣ ਜਾਂਦਾ, ਉਹ ਫਿਰ ਗਿਰਦਾ। ਅੱਜ ਤਿਰੰਗਾ ਯਾਤਰਾ ਕਰੀ, ਕੱਲ੍ਹ ਨੂੰ ਹੋ ਸਕਦਾ ਹੋਰ ਕੋਈ ਯਾਤਰਾ ਕਰਨ ਤੁਰ ਪੈਣ ਜੀ। ਸੋ ਉੱਥੇ ਵਿਧਵਾ ਕਲੋਨੀ ਹੈ, ਉੱਥੇ ਕੱਢ ਲੈਂਦੇ ਤਿਰੰਗਾ ਯਾਤਰਾ, ਪਤਾ ਲੱਗਦਾ। ਮਤਲਬ ਤਿਰੰਗੇ ਨਾਂ 'ਤੇ ਜਿਹੜਾ ਮੈਂ ਇਹ ਗੱਲ ਕਹਿੰਦਾ ਵੀ ਜਿਹੜਾ ਸਿੱਖਾਂ ਦੇ ਤਨ ਜਿਹੜੇ ਉਹ ਨਹੀਂ, ਜਿਹੜਾ ਬੇਪੱਤ ਹੋਇਆ ਉਹ ਨਹੀਂ ਢੱਕਿਆ ਜਾ ਸਕਦਾ। ਸਿਰਸਾ ਸਾਹਿਬ ਜੇ ਕੁਛ ਕਰਨਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਇਹ ਕਰਨਾ ਚਾਹੀਦਾ ਵੀ ਉਹ ਜੇ ਸਰਕਾਰ ਅਤੇ ਭਾਈਵਾਲ ਨੇ ਤਾਂ ਉਹ ਇਹਨਾਂ ਨੂੰ ਫਾਂਸੀ ਦਵਾਉਣ, ਉਹ ਇਹਨਾਂ ਨੂੰ ਫਾਹੇ ਟੰਗਣ ਜਿਨ੍ਹਾਂ ਨੇ ਸਿੱਖਾਂ ਦੀਆਂ ਧੀਆਂ ਭੈਣਾਂ ਨੇ ਬੇਪਤੀ ਕੀਤੀ ਹੈ। ਹੋ ਉਲਟਾ ਰਿਹਾ, ਸਿੱਖ ਸਜ਼ਾ ਕੱਟ ਕੇ ਜੇਲ੍ਹਾਂ 'ਚ ਨੇ, ਬਲਾਤਕਾਰ ਦੇ ਦੋਸ਼ੀ ਛੱਡੇ ਜਾ ਰਹੇ ਨੇ। ਸੋ ਇਹ ਆਪਾਂ ਵੇਖ ਲਿਆ ਵੀ ਜਦੋਂ ਇਹ ਉਮੀਦ ਛੱਡ ਦਿਓ, ਬਾਦਲਾਂ ਨੇ ਇਹ ਕੰਮ ਕੀਤਾ, ਹੋਰਨਾਂ ਪਾਰਟੀਆਂ ਨੇ ਇਹ ਕੰਮ ਕੀਤਾ, ਕਿਉਂਕਿ ਇਹਨਾਂ 'ਚ ਕਿਸੇ ਨਾ ਕਿਸੇ ਦਾ ਨਿੱਜ ਆ ਜਾਂਦਾ ਇਹਨਾਂ ਦਾ। ਆਪਾਂ ਸਾਨੂੰ ਉਮੀਦ ਉਸ ਬੰਦੇ ਤੋਂ ਹੈ ਜਿਹੜਾ ਬੰਦਾ ਸੋਵਰਨ ਹੈ, ਜਿਹੜਾ ਬੰਦਾ ਕਿਸੇ ਨਾਲ ਅਲਾਇੰਸ ਨਹੀਂ ਕਰਦਾ, ਜਿਹੜਾ ਬੰਦਾ ਆਪਣੇ ਸਿਧਾਂਤ 'ਤੇ ਖੜਾ, ਉਹਦੇ ਤੋਂ ਅਸੀਂ ਉਮੀਦ ਕਰਦੇ ਹਾਂ ਜੀ। ਭਾਈ ਸਾਹਿਬ ਤੁਸੀਂ ਆਪਣਾ ਕੀਮਤੀ ਸਮਾਂ ਦਾ ਤੌਰ ਲਈ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਤਾਂ ਗੱਲਬਾਤ ਕੀਤੀ ਹੈ ਅੰਮ੍ਰਿਤਪਾਲ ਸਿੰਘ ਜੀ ਦੇ ਨਾਲ, ਜਿਨ੍ਹਾਂ ਨੇ ਗੱਲ ਇਹ ਰੱਖੀ ਹੈ ਕਿ ਪੰਜਾਬ ਦੀ ਅਤੇ ਖਾਸ ਤੌਰ ਉੱਤੇ ਸਿੱਖ ਕਮਿਊਨਿਟੀ ਦੀ ਜੋ ਇਸ ਵੇਲੇ ਹਾਲਾਤ ਹੈ ਉਸਦਾ ਇੱਕੋ ਇੱਕ ਕਾਰਨ ਹੈ ਕਿ ਕੌਮ ਗੁਲਾਮ ਆ, ਕੌਮ ਆਪਣੀ ਸੋਵਰੈਂਟੀ ਦੇ ਲਈ ਸੰਘਰਸ਼ ਕਰੇ ਤਾਂ ਇਹ ਸਾਰੇ ਮਸਲੇ ਨੇ ਜਿਹੜੇ ਹੱਲ ਹੋ ਸਕਦੇ ਨੇ। ਸਥਾਈ ਤੌਰ 'ਤੇ ਜੇਕਰ ਇਹਨਾਂ ਮਸਲਿਆਂ ਨੂੰ ਹੱਲ ਕਰਨਾ ਤਾਂ ਸੋਵਰੈਂਟੀ ਲਏ ਬਿਨਾਂ ਇਹਨਾਂ ਮਸਲਿਆਂ ਨੂੰ ਹੱਲ ਨਹੀਂ ਕੀਤਾ ਜਾ ਸਕਦਾ। ਤੁਸੀਂ ਬਣੇ ਰਹੋ ਪੰਜਾਬ KTV ਦੇ ਨਾਲ, ਮੈਨੂੰ ਮਨਦੀਪ ਸਿੰਘ ਨੂੰ ਦਿਓ ਇਜਾਜ਼ਤ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਸੋਵਰਨਟੀ ਦਾ ਆਈਡੀਆ ਹੈ, ਬਾਈ ਦੀਪ ਨੇ ਗੱਲ ਕਹੀ ਸੀ, ਇਹ ਪਵਿੱਤਰ ਆਈਡੀਆ ਹੈ, ਇਹ ਬੜਾ ਸੈਕਰਡ ਆਈਡੀਆ ਹੈ। ਸਾਡੀ ਕੌਮ ਨਹੀਂ ਬਦਲ ਸਕਦੀ, ਸਾਡਾ ਖੂਨ ਨਹੀਂ ਬਦਲ ਸਕਦਾ, ਕਿੱਥੋਂ ਕੱਢੋਗੇ ਵਿੱਚੋਂ ਸਾਡੇ? ਸਾਡੇ ਪੰਤ ਨੂੰ ਸਾਡੇ ਗੁਰੂਆਂ ਨੇ ਦਿੱਤੀਆਂ ਸ਼ਹੀਦੀਆਂ, ਉਹਨਾਂ ਦੀਆਂ ਕੀਤੀਆਂ ਕਮਾਈਆਂ ਨੂੰ ਕਿੱਥੋਂ ਕੱਢੋਗੇ? ਉਹਦਾ ਰਾਤੇ ਰਾਤ ਬੋਲ ਪੈਂਦੀਆਂ, ਆ ਖੜੇ ਆ ਪਤੰਦਰ ਦਿੱਲੀ ਦੀ ਹਿੱਕ ਤੇ ਆ ਕੇ ਚੜ ਗਏ, ਸੁੱਪ ਝੂਲ ਤੇ ਨਿਸ਼ਾਨ ਰਹਿਣ। ਬੈਗਰਸ ਕਾਂਟ ਬੀ ਚੂਜ਼ਰਸ, ਇਹ ਕਹਾਵਤ ਹੈ ਅੰਗਰੇਜ਼ੀ ਦੀ। ਮੰਗਤੇ ਨੂੰ ਜਿਹੜੀ ਮੂੰਹ ਮੰਗੀ ਭੀਖ ਨਹੀਂ ਮਿਲਦੀ, ਉਹਨੂੰ ਉਹ ਮਿਲਦਾ ਜੋ ਅਗਲਾ ਦੇਣਾ ਚਾਹੁੰਦਾ। ਤੁਸੀਂ ਸੁਣਿਆ ਕਦੀ ਵੀ ਹਿੰਦੀ ਬੋਲੀ ਲਾਗੂ ਕਰਾਉਣ ਵਾਸਤੇ ਕਿਸੇ ਬੰਦੇ ਨੇ ਕੋਈ ਸੰਘਰਸ਼ ਕੀਤਾ ਹੋਵੇ, ਇੱਕ ਧਰਨਾ ਤੁਸੀਂ ਸੁਣਿਆ ਅੱਜ ਤੱਕ? ਅਤੇ ਅਸੀਂ ਧਰਨੇ ਲਾ ਲਾ ਕੇ ਪੰਜਾਬੀ ਨਹੀਂ ਬਚਾ ਸਕਦੇ? ਸੋ ਜਿਹੜਾ ਸਿਸਟਮ ਹੁੰਦਾ ਹੈ ਨਾ, ਸਿਸਟਮ ਇੱਕ ਤਰੀਕੇ ਨਾਲ ਵਰਕ ਕਰਦਾ। ਜੇ ਤੁਹਾਡਾ ਸਿਸਟਮ ਹੈ ਤੁਹਾਡੇ ਫੇਵਰ 'ਚ ਕਰੂਗਾ, ਜੇ ਤੁਹਾਡਾ ਨਹੀਂ ਹੈਗਾ ਤੁਹਾਡੇ ਉਲਟ ਕਰੂਗਾ, ਜਿੰਨਾ ਮਰਜ਼ੀ ਹੱਕਾਂ ਦਾ ਜ਼ੋਰ ਲਾ ਦਿਓ। ਲਾਲ ਕਿਲੇ 'ਤੇ ਆਪਾਂ ਨਿਸ਼ਾਨ ਸਾਹਿਬ ਚੜਾਇਆ ਸੀ, ਕੀ ਕੀਤਾ? ਥ੍ਰੈਟ ਮਿਲਿਆ ਸਾਨੂੰ, ਮੋਦੀ ਦੀ ਗੱਡੀ ਰੁਕਦੀ ਹੈ ਪੁਲ 'ਤੇ ਆ ਕੇ, ਸਾਨੂੰ ਥ੍ਰੈਟ ਮਿਲਦੇ ਵੀ ਤੁਹਾਡੇ ਨਾਲ 84 ਦਰਾ ਦੇਣਗੇ। ਕਿਉਂ ਇਹ ਕਿਉਂ ਹੁੰਦਾ? ਹੋਰ ਕਿਸੇ ਕੌਮ ਨਾਲ ਕਿਉਂ ਨਹੀਂ ਹੋ ਜਾਂਦਾ? ਸਾਰੇ ਸਿਆਸੀ ਕੈਦੀ ਰਿਹਾ ਕਰੋ, ਇਹ ਨਹੀਂ ਕਹਿੰਦੇ ਕਿ ਬੰਦੀ ਸਿੰਘ ਰਿਹਾ ਕਰੋ, ਉਹਦੀ ਜਗ੍ਹਾ 'ਤੇ ਸ਼ਬਦ ਸਿਆਸੀ ਕੈਦੀ ਵਰਤਦੇ ਨੇ ਸਾਰੇ। ਉਗਰਾਹਾਂ ਨੇ ਕਿਸਾਨੀ ਮੋਰਚੇ ਦੇ ਵਿੱਚ
ਜਿਹੜੇ ਨਕਸਲੀ ਗ੍ਰਿਫਤਾਰ ਹੋਏ ਸੀ ਸਕੂਲ ਦਾ, ਉਹਨਾਂ ਦੇ ਪੋਸਟਰ ਫੜੇ ਸੀ, ਇੱਕ ਸਿੱਖ ਦਾ ਨਹੀਂ ਸੀ ਹੈਗਾ ਵਿੱਚ ਉਹਦੇ, ਅਤੇ ਗੱਲਾਂ ਇਹ ਕੀਤੀਆਂ ਜਾਂਦੀਆਂ ਸੀ ਵੀ ਸਿੱਖਾਂ ਦੇ ਧਰਮ ਦਾ ਰੰਗ ਨਾ ਦਿਓ ਇਹਨੂੰ। ਇਹ ਗੱਲ ਕਹਿਣ ਲੱਗਿਆਂ ਕਿਉਂ ਆਪਾਂ ਝੱਕਦੇ ਹਾਂ ਵੀ ਪ੍ਰੋਬਲਮ ਪੰਜਾਬ ਦੀ ਇਹੋ ਹੀ ਆ ਵੀ ਇੱਥੇ ਸਿੱਖਾਂ ਨੂੰ ਉਜਾੜਨਾ ਚਾਹੁੰਦੀ ਹੈ ਸਰਕਾਰ ਹਕੂਮਤ। ਜੇ ਸਾਨੂੰ ਕੋਈ ਪੁੱਛੇ ਵੀ ਤੁਸੀਂ ਖਾਲਿਸਤਾਨ ਕਿੱਦਾਂ ਬਣਾਓਗੇ, ਸਾਨੂੰ ਉਹਨੂੰ ਓਫੈਂਸਿਵ ਰੂਪ 'ਚ ਲੈਣਾ ਚਾਹੀਦਾ, ਸਾਨੂੰ ਅੱਗੇ ਇਹ ਡਿਫੈਂਸਿਵ ਹੋ ਕੇ ਜਵਾਬ ਨਹੀਂ ਦੇਣੇ ਸ਼ੁਰੂ ਕਰ ਦੇਣੇ ਚਾਹੀਦੇ ਵੀ ਹਾਂਜੀ ਵੀ ਅਸੀਂ ਇੱਦਾਂ ਕਰਾਂਗੇ ਉੱਦਾਂ ਕਰਾਂਗੇ, ਸਾਨੂੰ ਇਹ ਕਹਿਣਾ ਚਾਹੀਦਾ ਵੀ ਇਹ ਸਵਾਲ ਪੁੱਛਣ ਲੱਗਿਆਂ ਤੁਹਾਨੂੰ ਸ਼ਰਮ ਨਹੀਂ ਆਈ, ਤੁਸੀਂ ਕਿਸੇ ਗੁਲਾਮ ਕੌਮ ਨੂੰ ਇਹ ਪੁੱਛ ਰਹੇ ਜੋ ਵੀ ਤੁਸੀਂ ਆਜ਼ਾਦ ਕਿੱਦਾਂ ਹੋਵੋਗੇ। ਯਾਨੀ ਕਿ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਜਿਸ ਤਰ੍ਹਾਂ ਦੇ ਸਵਾਲ ਕੀਤੇ ਜਾਂਦੇ ਨੇ ਕਿ ਖਾਲਿਸਤਾਨ ਕਿਵੇਂ ਬਣੂ, ਮੁੱਖ ਮੰਤਰੀ, ਪ੍ਰਧਾਨ ਮੰਤਰੀ ਕਿਉਂ, ਇਹ ਬਾਅਦ ਦੀਆਂ ਗੱਲਾਂ ਨੇ, ਪਹਿਲਾਂ ਇਹ ਹੈ ਕਿ ਤੁਸੀਂ ਕੌਮੀ ਘਰ ਨੂੰ ਲੈਣਾ ਚਾਹੁੰਦੇ ਹੋ। ਛਿੱਤਰ ਖਾਣ ਸਿੱਖ, ਮਰਨ ਸਿੱਖ, ਜੇਲ੍ਹਾਂ 'ਚ ਸਿੱਖ ਜਾਣ, ਫਾਂਸੀਆਂ 'ਤੇ ਸਿੱਖ ਟੰਗੇ ਜਾਣ, ਅਤੇ ਆ ਜਾ ਕੇ ਫਿਰ ਜਦੋਂ ਸਿੱਖ ਆਪਣੀ ਸੋਵਰਨਟੀ ਦੀ ਗੱਲ ਕਰਨ ਅਤੇ ਇਹਨਾਂ ਨੂੰ ਫਿਰਕੂ ਦੱਸਿਆ ਜਾਵੇ ਵੀ ਇਹ ਇਕੱਲੇ ਸਿੱਖਾਂ ਦੀ ਗੱਲ ਕਰਦੇ। ਖਾਲਿਸਤਾਨ ਦੀ ਜਿਹੜੀ ਵਿਜ਼ਨ ਹੈ ਉਹ ਮਹਾਰਾਜਾ ਰਣਜੀਤ ਸਿੰਘ ਵਾਲੇ ਰਾਜ ਦਾ ਵਿਜ਼ਨ ਆ ਜਾਂ ਮੌਜੂਦਾ ਪੰਜਾਬ ਦਾ ਵਿਜ਼ਨ ਹੈ? ਖਾਲਸੇ ਨੇ ਤਾਂ ਬ੍ਰਹਿਮੰਡ 'ਤੇ ਰਾਜ ਕਰਨਾ, ਪਰ ਰਾਜ ਕਿਤੋਂ ਸ਼ੁਰੂ 'ਤੇ ਹੋਊਗਾ ਨਾ? ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਦਾ ਰਾਜ ਜਿੱਤਿਆ ਸੀ ਪਹਿਲਾਂ, ਪੰਜਾਬ 'ਤੇ ਰਾਜ ਨਹੀਂ ਸੀ ਪਹਿਲਾਂ ਉਹਦਾ, ਫਿਰ ਉਹਨੇ ਐਕਸਪੈਂਡ ਕੀਤਾ ਸਾਰੇ ਪਾਸੇ ਨੂੰ, ਸਤਲੁਜ ਤੱਕ ਹੱਦ ਇੱਧਰ ਨੂੰ ਗਈ, ਉੱਧਰ ਕਾਬਲ ਕਧਾਰ ਤੱਕ ਜਿਹੜੀ ਸੀ ਹੱਦ ਸੀ ਰਾ ਖਾਲਸੇ ਰਾਜ ਦੀ ਜੀ। ਇੱਕ ਰਾਤ 'ਚ ਨਹੀਂ ਹੋ ਗਿਆ, ਇਹ ਹੌਲੀ ਹੌਲੀ ਸਭ ਕੁਛ ਲੱਗਦਾ, ਪਾਵਰ ਵੱਧਦੀ ਹੈ ਰਾਜ ਦੇ ਨਾਲ, ਤੁਹਾਡੇ ਕੋਲ ਸੋਵਰਨਟੀ, ਸੋਵਰਨਟੀ ਇੰਨੀ ਖੂਬਸੂਰਤ ਚੀਜ਼ ਹੈ ਨਾ, ਜਦੋਂ ਸੋਵਰਨ ਹੁੰਦੇ ਹੋ ਤੁਸੀਂ ਫਿਰ ਸੋਚਦੇ ਹੋ ਵੀ ਸਾਡਾ ਹੋਰ ਪੋਟੈਂਸ਼ੀਅਲ ਵੀ ਹੈਗਾ ਸਾਡੇ 'ਚ। ਉਸ ਵਰਗ ਨੂੰ ਤੁਸੀਂ ਕਿਵੇਂ ਦੇਖਦੇ ਹੋ, ਚਾਹੇ ਉਹਦੇ ਵਿੱਚ ਕਈ ਕਿਸਾਨ ਆਗੂ ਆ ਜਾਣ, ਚਾਹੇ ਕੁਝ ਨੌਜਵਾਨ ਆਗੂ ਜਿਵੇਂ ਲੱਖੇ ਹੋਣੀ ਹੋਏ ਜਾਂ ਹੋਰ ਹੋਏ, ਉਹ ਪੰਜਾਬ ਦੀ ਗੱਲ ਤਾਂ ਕਰਦੇ ਨੇ ਪਰ ਉਸ ਤੋਂ ਬਾਅਦ ਕਈ ਥਾਵਾਂ ਦੇ ਉੱਤੇ ਧਰਮ ਤੋਂ ਜਿਹੜੇ ਉਹ ਪੈਰ ਪਿੱਛੇ ਖਿੱਚਦੇ ਨੇ, ਘੁੰਡ ਕੱਢ ਕੇ ਨੱਚਣਾ ਉਹਨੂੰ ਕਹਿੰਦੇ ਆ। ਜੇ ਨੱਚਣਾ ਆ ਨਾ ਕਿਤੇ ਤਾਂ ਫਿਰ ਘੁੰਡ ਚੁੱਕ ਕੇ ਨੱਚਣਾ ਚਾਹੀਦਾ, ਇੱਦਾਂ ਨਹੀਂ ਹੈਗਾ ਵੀ ਤੁਸੀਂ ਪਿਕ ਐਂਡ ਚੂਜ਼ ਕਰ ਲਿਆ ਵੀ ਆਹ ਸੀ ਚੀਜ਼ ਸਾਨੂੰ ਚੰਗੀ ਲੱਗਦੀ ਆ, ਧਰਮ ਦੀ ਲੈ ਲਈ ਆ ਰੱਖ ਦਈਏ। ਧਰਮ ਸੰਪੂਰਨ ਹੈ, ਕਿਤੇ ਵੀ ਕੋਈ ਧਾਰਮਿਕ ਪ੍ਰੋਗਰਾਮ ਜਾਂ ਕੋਈ ਪੰਥ ਇਕੱਠ ਹੁੰਦਾ ਹੈ ਉੱਥੇ ਸਾਰੇ ਇੱਕ ਆਗੂ ਹੋਕਾ ਦਿੰਦੇ ਨੇ ਕਿ ਇੱਕ ਹੋ ਜਾਓ, ਸਾਡਾ ਘਾਣ ਕੀਤਾ ਜਾ ਰਿਹਾ, ਸਾਨੂੰ ਮਾਰਿਆ ਜਾ ਰਿਹਾ। ਸੋ ਜਿਹੜੇ ਬੰਦੇ ਸਟੇਜਾਂ 'ਤੇ ਚੜ੍ਹ ਕੇ ਏਕਤਾ ਦਾ ਨਾਰਾ ਲਾਉਂਦੇ ਨੇ ਉਹ ਹੀ ਬੰਦੇ ਨੇ ਜਿਹੜੇ ਦੀਪ ਦੀ ਕਿਰਦਾਰ ਕੁਛ ਕਰਨ 'ਚ ਸਭ ਤੋਂ ਅੱਗੇ। ਤੁਸੀਂ ਇਸਦੇ ਲਈ ਕਸੂਰਵਾਰ ਸਿੱਖਾਂ ਨੂੰ ਮੰਨਦੇ ਹੋ ਕਿ ਜੇਕਰ ਕੋਈ ਇੱਕ ਖੂਹ ਦੇ ਵਿੱਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦਾ, ਦੂਆ ਲੱਤ ਫੜ ਕੇ ਅੰਦਰ ਸਿੱਟ ਲੈਂਦਾ? ਜਿਹੜੀ ਕੰਪਲੀਟ ਸੋਵਰਨਟੀ ਹੈ, ਜਿਹੜੀ ਪੂਰਨ ਆਜ਼ਾਦੀ ਹੈ, ਪੂਰਨ ਆਜ਼ਾਦੀ ਤੋਂ ਬਿਨਾਂ ਕੋਈ ਵੀ ਜਿਹੜਾ ਹੱਲ ਹੈ ਜੀ ਪੰਜਾਬ ਦਾ ਨਹੀਂ ਹੈਗਾ। ਜੇ ਕਿਸੇ ਇੱਕ ਸਿੱਖ ਦੀ ਪੱਗ ਸ਼ਰੇ ਬਾਜ਼ਾਰ ਲੱਤ ਦੀ ਤਾਂ ਇਹ ਮਹਿਸੂਸ ਕਰੋ ਤੁਹਾਡੀ ਵੀ ਲੁੱਤੀ ਹੋਈ ਹੈ। ਜੇ ਕਿਸੇ ਦੀ ਧੀ ਭੈਣ ਨੂੰ ਕੋਈ ਹੱਥ ਪਾਉਂਦਾ ਤਾਂ ਸਮਝ ਲਓ ਤੁਹਾਡੀ ਧੀ ਭੈਣ ਨੂੰ ਹੱਥ ਪਿਆ, ਅਤੇ ਤੁਸੀਂ ਆਪ ਸੋਚੋ ਵੀ ਤੁਹਾਡੀ ਜਾਂ ਤੁਹਾਡੇ ਪਿਓ ਦੀ ਕਿਸੇ ਦੀ ਪੱਗ ਲੁੱਤੀ ਹੋਵੇ ਕਿੱਦਾਂ ਮਹਿਸੂਸ ਹੁੰਦਾ? ਜਿਸ ਡਰ ਦੀ ਤੁਸੀਂ ਗੱਲ ਕੀਤੀ ਹੈ, ਜਦੋਂ ਤੁਸੀਂ ਉਸ ਮੁਲਕ ਤੋਂ ਪੰਜਾਬ ਪਰਤੇ ਹੋ ਤਾਂ ਤੁਹਾਡੇ ਮਨ 'ਚੋਂ ਡਰ ਨਹੀਂ ਆਇਆ ਕਿ ਉੱਥੇ ਜਾਵਾਂਗੇ, ਸੰਘਰਸ਼ ਕਰਨਾ, ਦਿੱਕਤਾਂ ਆ ਸਕਦੀਆਂ ਨੇ, ਏਜੰਸੀਆਂ ਕਈ ਹੋਰ ਤਰ੍ਹਾਂ ਦੀਆਂ ਦਿੱਕਤਾਂ ਨੇ, ਚੱਕ ਲਿਆ ਜਾਂਦਾ ਆ, ਬਹੁਤ ਕੁਛ ਆ? ਡਰ ਹਰ ਇੱਕ ਬੰਦੇ ਨੂੰ ਲੱਗਦਾ ਹੈ, ਪਰ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਹੈ ਵੀ ਤੁਹਾਨੂੰ ਜ਼ਿਆਦਾ ਡਰ ਕਿਤੋਂ ਲੱਗਦਾ? ਮੈਨੂੰ ਜ਼ਿਆਦਾ ਡਰ ਇਸ ਗੱਲ ਤੋਂ ਲੱਗਦਾ ਵੀ ਜੇ ਸਾਡੀ ਜਿਹੜੀ ਜਾਨ ਹੈ ਉਹ ਕਿਤੇ ਐਵੇਂ ਬੈੱਡ 'ਤੇ ਪਿਆ, ਕਿਤੇ ਗੱਡੀ 'ਤੇ ਜਾਂਦੇ ਹਾਂ, ਕਿਤੇ ਹੋਰ ਕਿਸੇ ਮੁਲਕ 'ਚ ਬੈਠੇ ਹਾਂ, ਐਵੇਂ ਅਜਾਈ ਚੱਲ ਗਈ, ਉਹਦੇ ਨਾਲੋਂ ਚੰਗਾ ਵੀ ਅਸੀਂ ਸੰਘਰਸ਼ 'ਚ ਆਪਣਾ ਜੋ ਕੁਛ ਹੈ ਉਹ ਨਿਸ਼ਾਵਰ ਕਰੀਏ। ਇੱਕ ਜ਼ਰੂਰੀ ਚੀਜ਼ ਹੈ ਤੁਹਾਡੀ ਸਟਰਗਲ, ਦੂਜਾ ਟਾਈਮ, ਟਾਈਮ ਹਰ ਕੌਮ ਦਾ ਆਉਂਦਾ, ਸਟਰਗਲ ਤੁਹਾਨੂੰ ਜਾਰੀ ਰੱਖਣੀ ਪੈਣੀ। ਜੇ ਤੁਸੀਂ ਟਾਈਮ ਦੀ ਜਸਟੀਫਿਕੇਸ਼ਨ ਦੇ ਕੇ ਸਟਰਗਲ ਬੰਦ ਕਰ ਦਿਓ ਤਾਂ ਫਿਰ ਆਜ਼ਾਦੀ ਤਾਂ ਇੱਕ ਸੁਪਨਾ ਹੀ ਹੈ, ਹੋਰ ਕੁਛ ਨਹੀਂ ਹੋ ਸਕਦਾ। ਪੰਜਾਬ ਕੇ ਟੀ ਵੀ ਦੇਖ ਰਹੇ ਹੋ, ਮੈਂ ਮਨਦੀਪ ਸਿੰਘ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦੀ ਸਿਆਸਤ ਦੇ ਵਿੱਚ ਪਿਛਲੇ 2-3 ਸਾਲਾਂ ਦੇ ਵਿੱਚ ਇੱਕ ਨਾਮ ਤੂਫਾਨ ਦੀ ਤਰ੍ਹਾਂ ਆਇਆ ਜਿਸਨੇ ਪੰਜਾਬ ਦੇ ਸਿਆਸੀ, ਸਮਾਜਿਕ ਅਤੇ ਨੌਜਵਾਨੀ ਨੂੰ ਬਦਲ ਕੇ ਰੱਖ ਦਿੱਤਾ। ਪਰ ਇੱਕ ਹਨੇਰੀ ਰਾਤ ਦੇ ਵਿੱਚ ਉਹ ਨਾਮ ਦੀਪ ਸਿੱਧੂ ਇਸ ਫਾਨੀ ਸੰਸਾਰ ਤੋਂ ਚਲੇ ਗਏ। ਪਰ ਉਹਨਾਂ ਦੇ ਜਾਣ ਤੋਂ ਬਾਅਦ ਉਸ ਨੌਜਵਾਨੀ ਨੂੰ ਸੇਧ ਦੇਣ ਦੇ ਲਈ ਅਤੇ ਉਸ ਜਥੇਬੰਦੀ ਜਿਨ੍ਹਾਂ ਨੂੰ ਦੀਪ ਸਿੱਧੂ ਨੇ ਸਾਜਿਆ ਜਾਂ ਦੀਪ ਸਿੱਧੂ ਨੇ ਜਿਹੜੀ ਜਥੇਬੰਦੀ ਖੜੀ ਕੀਤੀ, ਉਹਨਾਂ ਦੀ ਜ਼ਿੰਮੇਵਾਰੀ ਅੰਮ੍ਰਿਤਪਾਲ ਸਿੰਘ ਦੇ ਉੱਤੇ ਪਈ। ਅਤੇ ਅੱਜ ਅੰਮ੍ਰਿਤਪਾਲ ਸਿੰਘ ਸਾਡੇ ਨਾਲ ਹਾਜ਼ਰ ਨੇ, ਪੰਜਾਬ ਦੀ ਧਰਤੀ ਉੱਤੇ ਆਏ ਨੇ। ਉਹਨਾਂ ਦੇ ਨਾਲ ਜਥੇਬੰਦੀ ਬਾਰੇ, ਉਹਨਾਂ ਦੇ ਪੰਜਾਬ ਨੂੰ ਲੈ ਕੇ ਵਿਜ਼ਨ ਬਾਰੇ ਗੱਲਬਾਤ ਕਰਾਂਗੇ। ਆਓ ਉਹਨਾਂ ਦਾ ਸਵਾਗਤ ਕਰੀਏ। ਬਾਈ ਜੀ ਸਵਾਗਤ ਕਰਦੇ ਹਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਈ ਜੀ ਸਭ ਤੋਂ ਪਹਿਲਾਂ ਤਾਂ ਇਹੀ ਜਾਣਨਾ ਚਾਹਾਂਗੇ ਕਿ ਪੰਜਾਬ ਦੀ ਧਰਤੀ ਉੱਤੇ ਆਏ ਹੋ, ਵਿਜ਼ਨ ਕੀ ਲੈ ਕੇ ਆਏ ਹੋ ਪੰਜਾਬ ਦੇ ਲਈ? ਦੇਖੋ, ਵਿਜ਼ਨ ਸਾਡਾ ਆਜ਼ਾਦ ਪੰਜਾਬ ਦਾ ਹੈ, ਪੰਜਾਬ ਦੀ ਖੁਦ ਮੁਖਤਿਆਰੀ ਦਾ ਹੈ। ਜਿਵੇਂ ਬਾਈ ਦੀਪ ਨੇ ਕਿਹਾ ਸੀ, ਸਾਡੀ ਲੜਾਈ ਹੋਂਦ ਦੀ ਲੜਾਈ ਹੈ। ਹੋਂਦ ਕਿਸੇ ਵੀ ਕੌਮ ਦੀ ਤਾਂ ਬਚੀ ਰਹਿ ਸਕਦੀ ਹੈ ਜੇ ਉਹ ਗੁਲਾਮੀ ਨੂੰ ਪਛਾਣਨ ਅਤੇ ਗੁਲਾਮੀ ਨੂੰ ਪਛਾਣ ਕੇ ਉਹਦੇ ਖਿਲਾਫ਼ ਸੰਘਰਸ਼ ਕਰਨ। ਸੋ ਸਾਡਾ ਵਿਜ਼ਨ ਇਹ ਵੀ ਆ ਵੀ ਪੰਥਕ ਸਿਆਸਤ ਨੂੰ ਮੁੜ ਸੁਰਜੀਤ ਕਰਨਾ। ਪਿਛਲੀਆਂ ਇਲੈਕਸ਼ਨ ਦੇ ਵਿੱਚ ਜਿਵੇਂ ਸਿਮਰਜੀਤ ਸਿੰਘ ਮਾਨ ਹੋਣਾ ਦੀ ਇੱਕ ਜਿਹੜੀ ਉਹਨਾਂ ਨੂੰ ਜਿੱਤ ਮਿਲੀ ਹੈ ਜੀ, ਉਹ ਵੀ ਪੰਥਕ ਹਲਕਿਆਂ
ਪਤਿਤ ਪੁਣੇ ਦੀ ਲਹਿਰ ਨੂੰ ਜਿਹੜਾ ਉਹ ਰੋਕ ਲਾਉਣੀ ਅਤੇ ਨੌਜਵਾਨਾਂ ਨੂੰ ਪ੍ਰੇਰਿਤ ਕਰਨਾ ਵੀ ਤੁਸੀਂ ਗੁਰੂ ਵਾਲੇ ਬਣੋ ਅੰਮ੍ਰਿਤ ਛਕੋ ਸਿੰਘ ਸਜੋ ਜੀ। ਅਤੇ ਜਦੋਂ ਸਿਮਰਜੀਤ ਸਿੰਘ ਮਾਰ ਹੋਣਾ ਤੁਸੀਂ ਗੱਲ ਕੀਤੀ, ਜਦੋਂ ਇਲੈਕਸ਼ਨ ਜਿੱਤਦੇ ਨੇ ਤਾਂ ਉਹ ਤੋਂ ਬਾਅਦ ਇੱਕ ਗੱਲ ਇਹ ਵੀ ਆਈ ਹੈ ਕਿ ਖਾਲਿਸਤਾਨ ਨੂੰ ਖਾਮੋਸ਼ ਪ੍ਰਵਾਨਗੀ ਮਿਲੀ ਹੈ, ਤੁਸੀਂ ਇਸ ਗੱਲ ਨਾਲ ਸਹਿਮਤ ਹੋ? ਦੇਖੋ ਇਹ ਤਾਂ ਜਦੋਂ ਵੀ ਕਿਸੇ ਤੁਸੀਂ ਇੱਕ ਨੈਰੇਟਿਵ ਦੀ ਵਾਰ ਹੁੰਦੀ ਹੈ ਸਾਰੀ, ਜਦੋਂ ਖਾਲਿਸਤਾਨ ਦਾ ਵਿਰੋਧ ਹੁੰਦਾ ਜੀ, ਆਮ ਲੋਕਾਂ ਦੀ ਸਾਈਕੀ 'ਚ ਇੱਕ ਡਰ ਬਹਿ ਜਾਂਦਾ, ਟੈਬੂ ਬਣ ਜਾਂਦਾ ਸਬਜੈਕਟ ਇੱਕ, ਉਸ ਡਰ ਨੂੰ ਕੱਢਣ ਲਈ ਮਾਸਸ ਨੂੰ ਅਪੀਲ ਕਰਨੀ ਪੈਂਦੀ ਹੈ। ਜਦੋਂ ਖਾਲਿਸਤਾਨ ਨੂੰ ਨੋਰਮਲਾਈਜ਼ ਕਰਾਂਗੇ ਆਪਾਂ ਤਾਂ ਆਪਣੇ ਆਪ ਲੋਕਾਂ ਨੂੰ ਲੱਗੂਗਾ ਵੀ ਖਾਲਿਸਤਾਨ ਕੋਈ ਹਊਆ ਨਹੀਂ ਹੈਗਾ, ਇਹਦੀ ਗੱਲ ਕੀਤੀ ਜਾ ਸਕਦੀ ਹੈ, ਇਹਦੇ ਪ੍ਰਤੀ ਪੋਜ਼ੀਟਿਵ ਸੋਚਿਆ ਜਾ ਸਕਦਾ, ਕੋਈ ਇੱਥੇ ਇੰਟਲੈਕਚੁਅਲ ਡਿਬੇਟ ਹੋ ਸਕਦੀ ਹੈ। ਸੋ ਅਸੀਂ ਤਾਂ ਬੜੇ ਲੰਬੇ ਸਮੇਂ ਦਾ ਕਹਿ ਰਹੇ ਹਾਂ ਵੀ ਖਾਲਿਸਤਾਨ ਜਿਹੜਾ ਹੈ ਇਹਨੂੰ ਟੈਬੂ ਬਣਾ ਕੇ ਜਾਂ ਇਹਨੂੰ ਹਊਆ ਬਣਾ ਕੇ ਪੇਸ਼ ਕਰਨਾ ਇਹ ਹਕੂਮਤ ਦੀ ਚਾਲ ਸੀ। ਹੁਣ ਅੱਜ ਸਿੱਖ ਜਿਹੜੇ ਨੇ ਉਹਨਾਂ ਨੇ ਪਿਛਲੇ ਕੁਛ ਸਾਲਾਂ ਦੇ ਵਿੱਚ ਉਹ ਚਾਲ ਨੂੰ ਬਖੂਬੀ ਪਛਾਣਿਆ ਵੀ ਹੈ ਅਤੇ ਉਹਦੇ ਖਿਲਾਫ ਇੱਕ ਇੰਟਲੈਕਚੁਅਲ ਵਾਰਫੇਅਰ ਵੀ ਚਲਾਈ ਹੈ, ਜਿਹਦੇ ਨਾਲ ਜਿਹਦਾ ਨਤੀਜਾ ਇਹ ਹੈ ਕਿ ਅੱਜ ਨੌਜਵਾਨ ਖਾਲਿਸਤਾਨ ਦੀ ਗੱਲ ਕਰਨ ਲੱਗੇ, ਨਾ ਤਾਂ ਸ਼ਰਮ ਖਾਂਦੇ ਨੇ ਅਤੇ ਨਾ ਉਹਨਾਂ ਨੂੰ ਇਹ ਡਰ ਲੱਗਦਾ ਵੀ ਇਹ ਕੋਈ ਬਹੁਤ ਅਸੀਂ ਮਾੜੀ ਗੱਲ ਕਰ ਰਹੇ ਹਾਂ। ਤਾਂ ਜਿਵੇਂ ਖਾਲਿਸਤਾਨ ਦੀ ਗੱਲ ਆ ਤਾਂ ਉਹਨੂੰ ਇੱਕ ਕ੍ਰਾਈਮ ਦੇ ਤੌਰ 'ਤੇ ਕਿਵੇਂ ਬਣਾ ਦਿੱਤਾ ਗਿਆ ਤੁਹਾਡੇ ਅਨੁਸਾਰ? ਖਾਲਿਸਤਾਨ ਦੀ ਗੱਲ ਨੂੰ ਕ੍ਰਾਈਮ ਕਿਉਂ ਬਣਾਇਆ ਗਿਆ, ਖੁੱਲ੍ਹ ਕੇ ਗੱਲ ਕਿਉਂ ਨਹੀਂ ਹੋ ਸਕਦੀ? ਇਹਦਾ ਇੱਕ ਐਗਜ਼ਾਮਪਲ ਹੈ ਜਿਹੜਾ ਸੋਵਰਨਟੀ ਦਾ ਆਈਡੀਆ ਹੈ, ਜੇ ਉਹਨੂੰ ਕ੍ਰਿਮੀਨਲਾਈਜ਼ ਨਹੀਂ ਕੀਤਾ ਜਾਂਦਾ ਤਾਂ ਕੌਮਾਂ ਸੋਵਰਨਟੀ ਦੀ ਲੜਾਈ ਲੜਦੀਆਂ ਰਹਿੰਦੀਆਂ ਨੇ। ਕੌਮਾਂ ਨੂੰ ਕੋਈ ਹਰਾ ਨਹੀਂ ਸਕਦਾ, ਕੋਈ ਵਾਇਲੈਂਸ, ਕੋਈ ਜਬਰ, ਕੋਈ ਜ਼ੁਲਮ ਨਹੀਂ। ਕੌਮਾਂ ਨੂੰ ਜਦੋਂ ਕੋਈ ਹਰਾਉਂਦਾ ਉਹ ਗਿਲਟ ਹਰਾਉਂਦੀ ਹੈ। ਕਈ ਵਾਰ ਕੌਮਾਂ ਸੰਘਰਸ਼ ਕਰਦੀਆਂ ਕਰਦੀਆਂ ਗਿਲਟ 'ਚ ਚਲੀ ਜਾਂਦੀਆਂ, ਜਿਵੇਂ ਸਿੱਖ ਚਲੇ ਗਏ ਵੀ ਅਸੀਂ ਪਤਾ ਨਹੀਂ ਕੀ ਏਡਾ ਗਲਤ ਕਰਤਾ ਜਿਹੜਾ ਦਰਬਾਰ ਸਾਹਿਬ 'ਤੇ ਹਮਲਾ ਹੋ ਗਿਆ। ਸੋ ਇਹ ਜਿਹੜੀ ਗਿਲਟ ਹੈ ਇਹ ਕੌਮਾਂ ਨੂੰ ਬਰਬਾਦ ਕਰਦੀ ਹੈ। ਜਿਵੇਂ ਪਿੰਜਰੇ 'ਚ ਬੈਠਾ ਕੋਈ ਬੰਦਾ ਪਿੰਜਰਾ ਤੋੜਨ ਦਾ ਯਤਨ ਨਾ ਕਰੇ ਤਾਂ ਉਹ ਪਿੰਜਰੇ ਨੂੰ ਨੁਕਸਾਨ ਪਹੁੰਚਾਉਣ ਦਾ ਹੀ ਦੋਸ਼ੀ ਮੰਨੀ ਜਾਵੇ ਆਪਣੇ ਆਪ ਨੂੰ। ਸੋ ਸਾਨੂੰ ਇਹ ਸਮਝਣਾ ਚਾਹੀਦਾ ਵੀ ਜਿਹੜਾ ਖਾਲਿਸਤਾਨ ਨੂੰ ਹਊਆ ਬਣਾਇਆ ਹੈ ਉਹ ਬੇਸਿਕਲੀ ਸਾਨੂੰ ਪਿੰਜਰੇ 'ਚ ਕੈਦ ਕਰਕੇ ਅਤੇ ਹਕੂਮਤ ਨੇ ਉਸ ਪਿੰਜਰੇ ਨੂੰ ਹਊਆ ਬਣਾ ਤਾ ਵੀ ਇਹਨੂੰ ਜੇ ਤੁਸੀਂ ਛੇੜਿਆ ਛੋਇਆ ਟੋਇਆ ਅਤੇ ਤੁਹਾਡਾ ਇਹਦੇ 'ਚ ਨੁਕਸਾਨ ਹੈ, ਤੁਸੀਂ ਮਾੜਾ ਕੰਮ ਕਰ ਰਹੇ ਹੋ। ਇਹ ਬੜਾ ਸੌਖਾ ਆਈਡੀਆ, ਜਿਨ੍ਹਾਂ ਕੋਲ ਮੀਡੀਆ ਹੈ, ਸਕੂਲ ਨੇ, ਯੂਨੀਵਰਸਿਟੀਆਂ ਨੇ, ਅਖਬਾਰਾਂ ਨੇ, ਤਰ੍ਹਾਂ ਤਰ੍ਹਾਂ ਦੇ ਲੇਖਕ ਨੇ, ਲਿਖਾਰੀ ਨੇ, ਉਹਨਾਂ ਵਾਸਤੇ ਮਿੰਟ ਦੀ ਖੇਡ ਹੈ ਵੀ ਕਿਸੇ ਚੰਗੇ ਭਲੇ ਆਈਡੀਆ ਨੂੰ ਸੱਚ ਨੂੰ ਝੂਠ ਕਰ ਦੇਣਾ, ਝੂਠ ਨੂੰ ਸੱਚ ਕਰ ਦੇਣਾ। ਤੁਸੀਂ ਇਸ ਦੇ ਲਈ ਕਸੂਰਵਾਰ ਸਿੱਖਾਂ ਨੂੰ ਮੰਨਦੇ ਹੋ ਕਿ ਜੇਕਰ ਕੋਈ ਇੱਕ ਖੂਹ ਦੇ ਵਿੱਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦਾ ਦੂਆ ਲੱਤ ਫੜ ਕੇ ਅੰਦਰ ਸਿੱਟ ਲੈਂਦਾ ਜਾਂ ਸਟੇਟ ਦਾ ਨੈਰੇਟਿਵ ਇਹਦੇ ਮਗਰ ਹੈ? ਨਹੀਂ ਦੇਖੋ ਸਿੱਖਾਂ ਨੂੰ ਸਿਰਫ ਵਿਕਟਮ ਕਿਹਾ ਜਾ ਸਕਦਾ ਅੱਜ ਦੀ ਡੇਟ ਦੇ ਵਿੱਚ, ਕਸੂਰਵਾਰ ਕਹਿਣਾ ਕੋਈ ਢੁੱਕਵਾਂ ਸ਼ਬਦ ਨਹੀਂ ਹੋਊਗਾ ਕਿਉਂਕਿ ਕਸੂਰ ਉੱਥੇ ਹੁੰਦਾ ਜਿੱਥੇ ਕੌਮਾਂ ਇੰਟੈਂਸ਼ਨਲੀ ਕੁਛ ਕਰਦੀਆਂ। ਇਹਦੀ ਐਗਜ਼ਾਮਪਲ ਬਾਈ ਦੀਪ ਨੇ ਬਹੁਤ ਬਖੂਬੀ ਦਿੱਤੀ ਸੀ ਬਾਂਦਰਾਂ ਵਾਲੀ, ਸ਼ਾਇਦ ਤੁਸੀਂ ਸੁਣੀ ਹੈ। ਉਹਦੇ 'ਚ ਇਹ ਆ ਵੀ ਜਿਹੜਾ ਟੋਰਚਰ ਹੈ ਉਹ ਤੁਹਾਡੇ ਅੰਦਰ ਇੰਨਾ ਰਚ ਜਾਂਦਾ ਵੀ ਜਿਹੜਾ ਫੀਅਰ ਸਾਈਕੋਸਿਸ ਪੈਦਾ ਹੁੰਦਾ, ਡਰ ਦਾ ਮਾਹੌਲ ਹੈ ਵੀ ਤੁਸੀਂ ਜਦੋਂ ਅਗਲੇ ਨੂੰ ਰੋਕਦੇ ਜੋ ਤੁਸੀਂ ਆਪਣਾ ਫੀਅਰ ਐਕਸਪ੍ਰੈਸ ਕਰ ਰਹੇ ਹੋ ਉਸ ਮੌਕੇ ਦੇ ਉੱਤੇ। ਸੋ ਜਿਹੜੀ ਕੌਮ ਇੱਕੋ ਦਮ ਖਾਲਿਸਤਾਨ ਦੇ ਉੱਤੇ ਜਾਂ ਨੌਜਵਾਨਾਂ ਦੀ ਸੋਵਰਨਟੀ ਦੇ ਆਈਡੀਆ ਦੇ ਉੱਤੇ ਅਟੈਕ ਕਰ ਦਿੰਦੀ ਹੈ ਕਿਸੇ ਵੇਲੇ ਕੌਮ ਦਾ ਕੁਝ ਇੱਕ ਵਰਗ, ਉਹ ਐਕਚੁਅਲ ਦੇ ਵਿੱਚ ਉਹਨਾਂ ਨੂੰ ਉਹਦਾ ਇੱਕ ਡਰ ਸਤਾ ਰਿਹਾ ਹੈ ਵੀ ਸ਼ਾਇਦ ਇਹਦੇ ਰਿਟਰਨ ਦੇ ਵਿੱਚ ਸਟੇਟ ਵਾਇਲੈਂਸ ਕਰੂਗੀ। ਪਰ ਜਿਹੜੀ ਸਟੇਟ ਵਾਇਲੈਂਸ ਹੈ ਉਹਦੇ ਲਈ ਕੇਵਲ ਸਟੇਟ ਹੀ ਜ਼ਿੰਮੇਵਾਰ ਹੁੰਦੀ ਹੈ, ਸਟੇਟ ਵਾਇਲੈਂਸ ਲਈ ਕਦੀ ਕੌਮ ਜ਼ਿੰਮੇਵਾਰ ਨਹੀਂ ਹੋ ਸਕਦੀ ਜਿੱਥੇ ਵਾਇਲੈਂਸ ਹੋਈ ਹੈ। ਇਹ ਦੁਨੀਆ ਭਰ ਦੇ ਉੱਤੇ ਸਾਬਤ ਹੋ ਚੁੱਕਾ ਹੈ, ਬਲੈਕਸ ਦੇ ਉੱਤੇ ਵਾਇਲੈਂਸ ਹੋਈ ਹੈ ਉਹਦੇ ਲਈ ਕਦੀ ਕਾਲੇ ਜ਼ਿੰਮੇਵਾਰ ਨਹੀਂ ਹੋ ਸਕਦੇ, ਉਹ ਜਿਹਨਾਂ ਨੇ ਕੀਤੀ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ। ਫਲਸਤੀਨੀ ਦੇ ਉੱਤੇ ਹੋ ਰਹੀ ਹੈ, ਹੋਰ ਕੌਮਾਂ ਦੇ ਉੱਤੇ ਜਿਹੜੀ ਵਾਇਲੈਂਸ ਹੋ ਰਹੀ ਹੈ ਉਹ ਕੌਮਾਂ ਕਦੇ ਗਿਲਟ ਨਹੀਂ ਲੈਂਦੀਆਂ ਨੇ ਕਰਨ ਦੀ, ਉਹ ਉਹਨਾਂ ਈਵਨ ਦੋ ਵਾਇਲੈਂਟ ਵੀ ਹੁੰਦੀਆਂ ਨੇ ਪਰ ਉਹ ਕਦੇ ਗਿਲਟ 'ਚ ਨਹੀਂ ਜਾਂਦੀਆਂ। ਤੁਸੀਂ ਕਦੇ ਨਹੀਂ ਸੁਣਿਆ ਹੋਊਗਾ ਕਿ ਫਲਸਤੀਨੀ ਕਹਿੰਦਾ ਹੋਊਗਾ ਵੀ ਯਾਰ ਸਾਡੇ ਬੰਦਿਆਂ ਨੇ ਸੰਘਰਸ਼ ਕਰਕੇ ਇੰਨੇ ਬੱਚੇ ਮਰਵਾਤੇ ਸਾਡੇ, ਉਹ ਇਜ਼ਰਾਈਲ 'ਤੇ ਦੋਸ਼ ਦਿੰਦੇ ਨੇ ਵੀ ਇਜ਼ਰਾਈਲ ਨੇ ਸਾਡੇ ਬੱਚੇ। ਸਿੱਖ ਤਾਂ ਕਹਿੰਦੇ ਨੇ ਪਰ ਉਹ ਦੇਖੋ ਗਿਲਟ 'ਚੋਂ ਬਾਹਰ ਆਉਣਾ ਹੈ, ਇਹ ਪੀਰੀਅਡ 'ਚ ਅਸੀਂ ਲੰਘ ਰਹੇ ਹੁਣ, ਨੌਜਵਾਨੀ ਪਛਾਣ ਰਹੀ ਹੈ। ਜਦੋਂ ਅਸੀਂ ਪਿੰਜਰੇ 'ਚ ਪਏ ਹਾਂ ਅਸੀਂ ਉਹ 'ਚੋਂ ਨਿਕਲਣ ਦਾ ਕੋਈ ਵੀ ਯਤਨ ਕਰੀਏ ਉਹ ਜਸਟੀਫਾਈਡ ਹੈ ਸਾਡੇ ਲਈ। ਸਾਡੀ ਪ੍ਰਾਇਓਰਟੀ ਇਹ ਨਹੀਂ ਹੈਗੀ ਵੀ ਸਾਡਾ ਰੋਡ ਮੈਪ ਕੀ ਹੈ, ਬਲੂ ਪ੍ਰਿੰਟ ਕੀ ਹੈ। ਕਈ ਬੰਦੇ ਕਹਿੰਦੇ ਤੁਸੀਂ ਖਾਲਿਸਤਾਨ ਦਾ ਬਲੂ ਪ੍ਰਿੰਟ ਦਿਓ, ਇਹ ਇੱਕ ਨੌਨਸੈਂਸ ਸਵਾਲ ਹੈ ਉਸ ਕੌਮ ਨੂੰ ਜਿਹਦੇ ਕੋਲ ਕੋਈ ਆਪਸ਼ਨ ਨਹੀਂ ਹੈਗੀ। ਤੁਸੀਂ ਕਿਸੇ ਨੂੰ ਬੰਨ ਕੇ ਕਹੋ ਵੀ ਤੂੰ ਖੋਲ੍ਹਣ ਦਾ ਬਲੂ ਪ੍ਰਿੰਟ ਦੱਸ ਆਪਣੇ ਦਾ, ਮਤਲਬ ਉਹਨੇ ਇਹ ਸੋਚਣਾ ਵੀ ਹਾਂ ਮੈਂ ਹੁਣ ਵੱਜਾ ਨਹੀਂ ਰਹਿ ਸਕਦਾ, ਉਹ ਤੋਂ ਬਾਅਦ ਜਿੱਥੇ ਵਿਧ ਬਣਦੀ ਹੈ ਕਿਤੇ ਕਿਸੇ ਵੀ ਤਰੀਕੇ ਬਣ ਸਕਦੀ। ਯਾਨੀ ਕਿ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਜਿਸ ਤਰ੍ਹਾਂ ਦੇ ਸਵਾਲ ਕੀਤੇ ਜਾਂਦੇ ਨੇ ਕਿ ਖਾਲਿਸਤਾਨ ਕਿਵੇਂ ਬਣੂ, ਮੁੱਖ ਮੰਤਰੀ, ਪ੍ਰਧਾਨ ਮੰਤਰੀ ਕਿਉਂ, ਇਹ ਬਾਅਦ ਦੀਆਂ ਗੱਲਾਂ ਨੇ, ਪਹਿਲਾਂ ਇਹ ਹੈ ਕਿ ਤੁਸੀਂ ਕੌਮੀ ਘਰ ਨੂੰ ਲੈਣਾ ਚਾਹੁੰਦੇ ਹੋ। ਦੇਖੋ ਕਿਸੇ ਜਾਨਵਰ ਨੂੰ ਕੈਦ ਕਰਕੇ ਰੱਖੋ ਅਤੇ ਉਹਨੂੰ ਉਹਦੀ ਕੈਦ ਦੀ ਜਸਟੀਫਿਕੇਸ਼ਨ ਇਹ ਦਿਓ ਵੀ ਤੂੰ ਜੰਗਲ 'ਚ ਜਾ ਕੇ ਕਿੱਥੇ ਰਹੇਗਾ, ਕਿਵੇਂ ਸ਼ਿਕਾਰ ਕਰੇਗਾ, ਹੈ ਇਹ ਗੱਲਾਂ ਸਾਰੀਆਂ ਬੇਮਾਇਨੇ ਨੇ। ਆਜ਼ਾਦੀ ਦੀ ਕੀਮਤ ਇਹਨਾਂ ਸਾਰੀ ਚੀਜ਼ਾਂ ਤੋਂ ਵੱਡੀ ਹੈ। ਇਹ ਨਹੀਂ ਹੈਗਾ ਵੀ ਖਾਲਿਸਤਾਨ ਬਣਾ ਕੇ ਅਸੀਂ ਕੋਈ ਸੁਪਰ ਪਾਵਰ ਇਕਾਨਮੀ ਖੜੀ ਕਰਨੀ, ਅਸੀਂ ਸਰਵਾਈਵਲ ਦੇ ਮੋਡ 'ਚੋਂ ਘੱਟੋ ਘੱਟ ਆ ਸਕਦੇ ਹਾਂ ਨਾ, ਅੱਜ ਅਸੀਂ ਸਰਵਾਈਵ ਨਹੀਂ ਕਰ ਪਾ
ਕੋਈ ਡੱਬਾ ਜਿੰਨਾ ਮਰਜ਼ੀ ਵਧੀਆ ਉਹਦੇ ਅੱਗੇ ਤੇ ਲੰਘ ਜੂਗਾ ਟ੍ਰੇਨ ਦੇ। ਸੋ ਪੰਜਾਬ ਸਫ਼ਰ ਕਰ ਰਿਹਾ, ਸਾਊਥ ਇੰਡੀਅਨ ਸਟੇਟ ਸਫ਼ਰ ਕਰ ਰਹੀਆਂ ਇੱਕ ਹਿੰਦੀ ਬੈਲਟ ਦੇ ਕਰਕੇ, ਜਿੱਥੇ ਪਾਪੂਲੇਸ਼ਨ ਵੀ ਐਕਸਟ੍ਰੀਮ ਹੈ, ਜਿਹੜੀ ਗੌਰਮੈਂਟ ਡਿਸਾਈਡ ਕਰਦੀ ਹੈ। ਹਿੰਦੁਸਤਾਨ ਦਾ ਸਿਸਟਮ ਇੱਦਾਂ ਦਾ ਹੈ ਵੀ ਤਿੰਨ ਸਟੇਟਾਂ ਮਿਲ ਕੇ ਹਿੰਦੁਸਤਾਨ ਦੀ ਗੌਰਮੈਂਟ ਨੂੰ ਫਾਰਮ ਕਰਦੀਆਂ, ਬਾਕੀਆਂ ਦੀ ਪੰਜਾਬ ਦੇ 13 MP ਨੇ ਗਿਣਤੀ ਦੇ, ਉਹ ਬਾਕੀ ਸਟੇਟਾਂ ਦੇ ਇੱਕ ਦੋ ਸਟੇਟਾਂ ਨੇ, ਉਹਨਾਂ ਦੀ 110-120 MP ਨੇ। ਸੋ ਇਸ ਕਰਕੇ ਜਿਹੜੀਆਂ ਉਹ ਸਟੇਟਾਂ ਨੇ ਨਾ, ਉਹ ਓਨੀਆਂ ਪੂਰ ਸਟੇਟਸ ਨੇ। ਸਾਨੂੰ ਇਹ ਸਮਝਣਾ ਚਾਹੀਦਾ ਵੀ ਜਿਹੜਾ ਪੰਜਾਬ ਹੈ ਉਹ 'ਚ ਪੋਟੈਂਸ਼ੀਅਲ ਹੈ, ਪੰਜਾਬ ਦੇ ਲੋਕਾਂ 'ਚ ਪੋਟੈਂਸ਼ੀਅਲ ਹੈਗਾ, ਉਹ ਬਾਹਰ ਜਾ ਕੇ ਦਿਖਾਉਂਦੇ ਨੇ, ਏਡੇ ਵੱਡੇ ਕਾਰੋਬਾਰ, ਏਡੇ ਬਿਜ਼ਨਸ, ਸਾਰਾ ਕੁਝ ਕਰਦੇ ਨੇ, ਪਰ ਪੰਜਾਬ ਦੇ ਵਿੱਚ ਉਹਨਾਂ ਨੂੰ ਸਪੇਸ ਨਹੀਂ ਮਿਲਦੀ। ਸੋ ਸਾਨੂੰ ਇਹ ਇੱਕ ਜਿਹੜਾ ਨਾ ਕਿਹਾ ਜਾਂਦਾ ਵਾ ਵੀ ਇਹਦਾ ਰੋਡ ਮੈਪ ਕੀ ਹੋਊਗਾ, ਇਹ ਤੁਸੀਂ ਕਿੱਦਾਂ ਕਰੋਗੇ ਇਕੋਨਮੀ ਨੂੰ, ਇਹ ਗੱਲਾਂ ਪਹਿਲੀ ਗੱਲ ਤਾਂ ਓਫੈਂਸਿਵ ਹੋਣੀਆਂ ਚਾਹੀਦੀਆਂ ਨੇ ਸਾਡੇ ਲਈ। ਜੇ ਸਾਨੂੰ ਕੋਈ ਪੁੱਛੇ ਵੀ ਤੁਸੀਂ ਖਾਲਿਸਤਾਨ ਕਿੱਦਾਂ ਬਣਾਓਗੇ, ਸਾਨੂੰ ਉਹਨੂੰ ਓਫੈਂਸਿਵ ਰੂਪ 'ਚ ਲੈਣਾ ਚਾਹੀਦਾ। ਸਾਨੂੰ ਅੱਗੇ ਡਿਫੈਂਸਿਵ ਹੋ ਕੇ ਜਵਾਬ ਨਹੀਂ ਦੇਣੇ ਸ਼ੁਰੂ ਕਰ ਦੇਣੇ ਚਾਹੀਦੇ ਵੀ ਹਾਂਜੀ ਵੀ ਅਸੀਂ ਇੱਦਾਂ ਕਰਾਂਗੇ ਉੱਦਾਂ ਕਰਾਂਗੇ। ਸਾਨੂੰ ਇਹ ਕਹਿਣਾ ਚਾਹੀਦਾ ਵੀ ਇਹ ਸਵਾਲ ਪੁੱਛਣ ਲੱਗਿਆਂ ਤੁਹਾਨੂੰ ਸ਼ਰਮ ਨਹੀਂ ਆਈ, ਤੁਸੀਂ ਕਿਸੇ ਗੁਲਾਮ ਕੌਮ ਨੂੰ ਇਹ ਪੁੱਛ ਰਹੇ ਜੋ ਵੀ ਤੁਸੀਂ ਆਜ਼ਾਦ ਕਿੱਦਾਂ ਹੋਵੋਗੇ, ਬਸ਼ਰਤੇ ਤੁਸੀਂ ਸਾਡੇ ਨਾਲ ਸਿੰਪਥੀ ਸ਼ੋਅ ਕਰੋ, ਕੋਈ ਐਮਪਥੀ ਦਿਖਾਓ, ਕੋਈ ਸਾਡੇ ਨਾਲ ਤੁਸੀਂ ਕੋਈ ਸਨੇਹ ਦਿਖਾਓ, ਸਾਡੀ ਕੋਈ ਹੈਲਪ ਕਰੋ, ਮਦਦ ਕਰੋ। ਉਹਦੀ ਬਜਾਏ ਤੁਸੀਂ ਸਾਡਾ ਇੱਕ ਟੈਸਟ ਲੈ ਰਹੇ ਜੋ, ਉਹ ਵੀ ਐਸਾ ਟੈਸਟ ਜਿਹਦੇ 'ਚ ਸਾਡੇ ਕੋਈ ਬਲੂ ਪ੍ਰਿੰਟ ਹੋ ਨਹੀਂ ਸਕਦਾ। ਦੁਨੀਆ ਦੀ ਕਿਹੜੀ ਸੰਘਰਸ਼ ਆਜ਼ਾਦੀ ਦਾ ਜੇ 'ਚ ਕੋਈ ਬਲੂ ਪ੍ਰਿੰਟ ਹੈਗਾ ਸੀ? ਹਿੰਦੁਸਤਾਨ ਜਦੋਂ ਆਜ਼ਾਦ ਹੋਇਆ ਕਿਹੜਾ ਬਲੂ ਪ੍ਰਿੰਟ ਸੀ, ਕੋਈ ਦਿਖਾ ਦੇ। ਕਿੰਨਿਆਂ ਲੋਕਾਂ ਨੂੰ ਫਾਂਸੀ ਲੱਗ ਗਈ, ਉਹਨਾਂ ਕੋਲ ਬਲੂ ਪ੍ਰਿੰਟ ਸੀ ਵੀ ਸਾਡੀ ਫਾਂਸੀ ਤੋਂ ਬਾਅਦ ਆਜ਼ਾਦੀ ਆਜੂਗੀ? ਨਹੀਂ, ਇੱਦਾਂ ਨਹੀਂ ਹੋਇਆ। ਐਕਚੁਅਲ 'ਚ ਵਰਲਡ ਵਾਰ ਜਦੋਂ 2 ਹੋਈ ਹੈ, ਬ੍ਰਿਟੇਨ ਕਮਜ਼ੋਰ ਹੋਇਆ, ਇੱਥੋਂ ਉਹਨਾਂ ਨੂੰ ਛੱਡ ਕੇ ਜਾਣਾ ਪਿਆ ਕਲੋਨੀ 'ਚੋਂ, ਉਹਨੂੰ ਆਜ਼ਾਦੀ ਤਰ੍ਹਾਂ ਸੈਲੀਬ੍ਰੇਟ ਕੀਤਾ ਗਿਆ। ਪਰ ਜੇ ਵਰਲਡ ਵਾਰ 2 ਲੱਗਦੀ ਨਾ, ਤਾਂ ਫਿਰ ਇਹ ਕਲੋਨੀ ਬਣੀ ਰਹਿਣੀ ਸੀ, ਕਲੋਨੀ ਜਿਹੜੀ ਅੰਗਰੇਜ਼ਾਂ ਨੇ ਬਣਾਈ ਸੀ। ਸੋ ਇਹ ਜਿਹੜੀ ਚੀਜ਼ ਹੈ ਨਾ, ਵੀ ਰੋਡ ਮੈਪ ਕੀ ਹੋਏਗਾ, ਇੱਕ ਜ਼ਰੂਰੀ ਚੀਜ਼ ਹੈ ਤੁਹਾਡੀ ਸਟਰਗਲ, ਦੂਜਾ ਟਾਈਮ। ਟਾਈਮ ਹਰ ਕੌਮ ਦਾ ਹੁੰਦਾ, ਸਟਰਗਲ ਤੁਹਾਨੂੰ ਜਾਰੀ ਰੱਖਣੀ ਪੈਣੀ ਹੈ। ਜੇ ਤੁਸੀਂ ਟਾਈਮ ਦੀ ਜਸਟੀਫਿਕੇਸ਼ਨ ਦੇ ਕੇ ਸਟਰਗਲ ਬੰਦ ਕਰ ਦਿਓ, ਤਾਂ ਫਿਰ ਆਜ਼ਾਦੀ ਤਾਂ ਇੱਕ ਸੁਪਨਾ ਹੀ ਹੈ, ਹੋਰ ਕੁਛ ਨਹੀਂ ਹੋ ਸਕਦਾ। ਜਿਸ ਡਰ ਦੀ ਤੁਸੀਂ ਗੱਲ ਕੀਤੀ ਹੈ, ਜਦੋਂ ਤੁਸੀਂ ਉਸ ਮੁਲਕ ਤੋਂ ਪੰਜਾਬ ਪਰਤੇ ਹੋ, ਤਾਂ ਤੁਹਾਡੇ ਮਨ 'ਚੋਂ ਡਰ ਨਹੀਂ ਆਇਆ ਕਿ ਉੱਥੇ ਜਾਵਾਂਗੇ, ਸੰਘਰਸ਼ ਕਰਨਾ, ਦਿੱਕਤਾਂ ਆ ਸਕਦੀਆਂ ਨੇ, ਏਜੰਸੀਆਂ, ਕਈ ਹੋਰ ਤਰ੍ਹਾਂ ਦੀਆਂ ਦਿੱਕਤਾਂ ਨੇ, ਚੱਕ ਲਿਆ ਜਾਂਦਾ ਆ, ਬਹੁਤ ਕੁਛ ਆ, ਉਹ ਡਰ ਮਨ 'ਚ ਨਹੀਂ ਆਇਆ? ਨਹੀਂ, ਦੇਖੋ, ਡਰ ਹਰ ਇੱਕ ਬੰਦੇ ਨੂੰ ਲੱਗਦਾ ਹੈ, ਪਰ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਹੈ ਵੀ ਤੁਹਾਨੂੰ ਜ਼ਿਆਦਾ ਡਰ ਕਿਤੋਂ ਲੱਗਦਾ? ਮੈਨੂੰ ਜ਼ਿਆਦਾ ਡਰ ਇਸ ਗੱਲ ਤੋਂ ਲੱਗਦਾ ਵੀ ਜੇ ਸਾਡੀ ਜਿਹੜੀ ਜਾਨ ਹੈ ਉਹ ਕਿਤੇ ਐਵੇਂ ਬੈੱਡ 'ਤੇ ਪਿਆ, ਕਿਤੇ ਗੱਡੀ 'ਚ ਜਾਂਦੇ ਹਾਂ, ਕਿਤੇ ਹੋਰ ਕਿਸੇ ਮੁਲਕ 'ਚ ਬੈਠਿਆਂ, ਐਵੇਂ ਅਜਾਈ ਚੱਲ ਗਈ, ਉਹਦੇ ਨਾਲੋਂ ਚੰਗਾ ਵੀ ਅਸੀਂ ਸੰਘਰਸ਼ 'ਚ ਆਪਣਾ ਜੋ ਕੁਛ ਹੈ ਉਹ ਨਿਸ਼ਾਵਰ ਕਰੀਏ। ਅਤੇ ਡਰਨਾ, ਜਿਹੜਾ ਸਿੱਖ ਹੈ, ਸਿੱਖ ਕਿਸੇ ਤੋਂ ਨਹੀਂ ਡਰਦਾ, ਸਿਰਫ ਅਕਾਲ ਪੁਰਖ ਦਾ ਭੈ ਸਿੱਖ ਨੂੰ ਹੁੰਦਾ, ਉਹ ਤੋਂ ਇਲਾਵਾ ਕਿਸੇ ਹਕੂਮਤ ਦਾ, ਕਿਸੇ ਰਾਜੇ ਦਾ, ਕਿਸੇ ਸਰਕਾਰ ਦਾ। ਜੇ ਸਿੱਖ ਭੈ ਮੰਨੂਗਾ ਤਾਂ ਫਿਰ ਗੁਰੂ ਦਾ ਸਿੱਖ ਨਹੀਂ ਬਣ ਸਕਦਾ। ਸੋ ਅਸੀਂ ਤਾਂ ਇਹ ਗੁਰੂ ਸਾਹਿਬ ਗੁਰੂ ਅਰਦਾਸ ਦੀ ਬੇਨਤੀ ਦੇ ਵਿੱਚ ਵੀ ਇਹ ਕਰਦੇ ਹਾਂ ਵੀ ਜਿਹੜਾ ਭੈ ਤੋਂ ਮੁਕਤੀ ਸਾਨੂੰ ਮਿਲੇ, ਅਸੀਂ ਅਕਾਲ ਪੁਰਖ ਦੇ ਗੁਣ ਧਾਰਨ ਕਰਨੇ, ਨਿਰਭਉ ਬਣਨਾ ਹੈ। ਸੋ ਜੇ ਨਿਰਭਉ ਅਸੀਂ ਤਾਂ ਹੀ ਬਣਾਂਗੇ ਜੇ ਅਸੀਂ ਅੱਜ ਜ਼ਾਲਮ ਹਕੂਮਤਾਂ ਨਾਲ ਜੇ ਲੜਨਾ ਹੈ, ਤਾਂ ਫਿਰ ਡਰ 'ਤੇ ਰੱਖਿਆ ਨਹੀਂ ਜਾ ਸਕਦਾ। ਪੰਜਾਬ ਦੇ ਨੌਜਵਾਨ ਬਹੁਤ ਬਹਾਦਰ ਨੇ, ਡਰਦਾ ਨਹੀਂ ਕੋਈ ਵੀ ਇੱਥੇ। ਪ੍ਰੋਬਲਮ ਪੰਜਾਬ ਦੇ ਵਿੱਚ ਇਹ ਆ ਵੀ ਪੰਜਾਬ ਦੇ ਨੌਜਵਾਨਾਂ ਨੂੰ ਦਿਸ਼ਾ ਨਹੀਂ ਮਿਲਦੀ, ਉਹਨਾਂ ਨੇ ਕੀ ਕਰਨਾ ਹੈ। ਸੋ ਇਹ ਸਾਨੂੰ ਪਤਾ ਹੈ ਹਕੂਮਤਾਂ ਕੀ ਕਰਦੀਆਂ ਨੇ, ਨੌਜਵਾਨਾਂ ਨੂੰ ਚੱਕ ਕੇ ਜੇਲ੍ਹਾਂ 'ਚ ਦੇ ਦੇਣਾ, ਇਹ ਇੱਕ ਉਹਨਾਂ ਦਾ ਪੈਟਰਨ ਬਣ ਗਿਆ। ਇਹ ਵੀ ਇੱਕ ਫੀਅਰ ਸਾਈਕੋਸਿਸ ਕ੍ਰੀਏਟ ਕੀਤਾ ਜਾਂਦਾ, ਐਗਜ਼ਾਮਪਲ ਖੜੀ ਕਰਦੇ ਨੇ। ਇੱਦਾਂ ਪਹਿਲਾਂ ਹੁੰਦਾ ਰਿਹਾ, ਪਹਿਲਾਂ ਰਾਜੇ ਜਦੋਂ ਕਿਸੇ ਸ਼ਹਿਰ 'ਤੇ ਕਬਜ਼ਾ ਕਰਦੇ ਸੀ ਨਾ, ਉਹ ਇਹ ਨਹੀਂ ਵੀ ਸਾਰੇ ਸ਼ਹਿਰ ਦੇ ਬੰਦਿਆਂ ਨੂੰ ਮਾਰ ਦਿੰਦੇ ਸੀ, ਉਹ ਸ਼ਹਿਰ ਦੇ 10-20 ਬੰਦੇ ਨੂੰ ਮਾਰ ਕੇ ਉਹਨਾਂ ਦਾ ਸਿਰ ਵੱਢ ਕੇ ਸ਼ਹਿਰ ਦੇ ਬਾਹਰ ਚੌਂਕ 'ਚ ਰੱਖ ਦਿੰਦੇ। ਸ਼ਹਿਰ ਦਾ ਬਾਕੀ ਹਰ ਜਿਉਂਦਾ ਮਰਦ ਡਰ ਦੇ ਵਿੱਚ ਚੁੱਪ ਕਰਕੇ ਬਹਿ ਜਾਂਦਾ ਹੈ, ਹਾਲਾਂਕਿ ਰਾਜੇ ਦੀ ਫੌਜ ਤੋਂ ਉਹਨਾਂ ਮਰਦਾਂ ਦੀ ਗਿਣਤੀ ਕਈ ਗੁਣਾ ਜ਼ਿਆਦਾ ਹੁੰਦੀ ਸੀ। ਪਰ ਜਿਹੜਾ ਫੀਅਰ ਸਾਈਕੋਸਿਸ ਹੈ ਉਹ ਬੰਦੇ ਨੂੰ ਕਮਜ਼ੋਰ ਕਰ ਦਿੰਦਾ। ਸਟੇਟ ਕੋਲ ਇੰਨੀ ਪਾਵਰ ਕਦੇ ਨਹੀਂ ਹੁੰਦੀ ਵੀ ਉਹ ਸਾਰੀ ਕੌਮ ਨੂੰ ਸਪਰੈਸ ਕਰ ਦੇ, ਪਰ ਉਹ ਸਟੇਟ ਜਦੋਂ ਇੱਕ ਅੱਧੇ ਬੰਦੇ ਨੂੰ ਸਪਰੈਸ ਕਰਦੀ ਹੈ ਤਾਂ ਕੌਮ ਚੁੱਪ ਕਰਕੇ ਤਮਾਸ਼ਾ ਦੇਖਦੀ ਹੈ, ਉਦੋਂ ਕੌਮ ਮਾਰੀ ਜਾਂਦੀ ਹੈ। ਫਿਰ ਕੌਮ ਕਦੇ ਇਕੱਠੀ ਆਊਗੀ? ਦੇਖੋ, ਇਹ ਤਾਂ ਮਹਾਰਾਜ ਦੇ ਹੱਥ ਵੱਸ ਹੈ, ਹਰ ਇੱਕ ਬੰਦੇ ਨੂੰ ਆਪਣਾ ਜੋ ਮਹਾਰਾਜ ਦਾ ਹੁਕਮ ਹੈ ਉਹਦੇ ਹਿਸਾਬ ਨਾਲ ਸੰਘਰਸ਼ ਕਰਨਾ ਚਾਹੀਦਾ। ਕੌਮ ਨੇ ਇਕੱਠੇ ਆਉਣ ਨਾ ਆਉਣ, ਪਰ ਇੱਕ ਆਈਡੀਆ ਤਾਂ ਕੌਮ ਨੂੰ ਇਕੱਠੇ ਹੋਣਾ ਪੈਣਾ, ਅੱਜ ਹੋ ਜਾਣ ਤਾਂ ਕੱਲ੍ਹ ਹੋ ਜਾਣਾ। ਉਹ ਆਈਡੀਆ ਹੈ ਵੀ ਪੰਜਾਬ ਦੀ ਆਜ਼ਾਦੀ ਜਿਹੜੀ ਹੈ ਇਹ ਇਕੱਲਾ ਸਾਡਾ ਖਿਆਲ ਨਹੀਂ ਹੈਗਾ ਜਾਂ ਸਾਡਾ ਚਾਹ ਨਹੀਂ, ਇਹ ਨੈਸੈਸਿਟੀ ਬਣ ਗਈ ਹੈ। ਮਤਲਬ ਜਿਵੇਂ ਸਾਹ ਆਕਸੀਜਨ ਇੱਕ ਲੋੜ ਹੁੰਦੀ ਹੈ ਨਾ, ਆਕਸੀਜਨ ਹੁਣ ਐਸੀ ਚੀਜ਼ ਹੈ ਜੇ ਤੁਹਾਨੂੰ ਲੋੜ ਹੈ ਤੁਸੀਂ ਚਾਹੋ ਨਾ ਚਾਹੋ ਮੈਟਰ ਨਹੀਂ ਕਰਦਾ। ਹੁਣ ਤੁਸੀਂ ਸਵੇਰੇ ਉੱਠ ਕੇ ਕਹੋ ਮੈਨੂੰ ਆਕਸੀਜਨ ਚੰਗੀ ਨਹੀਂ ਲੱਗਦੀ, ਇਹ ਗੱਲ ਮੈਟਰ ਹੀ ਨਹੀਂ ਕਰਦੀ, ਤੁਸੀਂ ਇਨਹੇਲ ਕਰੋਗੇ ਉਹਨੂੰ। ਇੱਦਾਂ ਹੀ ਆਜ਼ਾਦੀ ਜਿਹੜੀ ਆ ਉਹ ਨੈਸੈਸਿਟੀ ਹੈ। ਕੋਈ ਪੰਜਾਬ ਦੇ ਬੰਦੇ ਉੱਠ ਕੇ, ਕੋਈ ਸਕਾਲਰ ਉੱਠ ਕੇ ਮੂਰਖਾਂ ਨੂੰ ਕਹਿਣ ਲੱਗ ਪਏ ਜੀ ਨਹੀਂ ਜੀ ਇਹ ਬੜਾ ਵੇਗ ਆਈਡੀਆ ਹੈ, ਖਾਲਿਸਤਾਨ ਦਾ ਆਈਡੀਆ ਨਹੀਂ ਸਹੀ ਹੈਗਾ, ਇਹ ਇਹਨਾਂ ਦੀ ਕਰੰਸੀ ਕੀ ਹੋਊਗੀ, ਇਹਨਾਂ ਦੀ ਇਕੋਨਮੀ ਕਿੱਥੋਂ ਚੱਲੂਗੀ, ਇਹ ਸਾਰੀਆਂ ਗੱਲਾਂ ਜਿਹੜੀਆਂ
ਇਹ ਗੱਲਾਂ ਤੇ ਆ ਵੀ ਤੁਹਾਡੇ ਕੋਲ ਇੱਕ ਆਪਸ਼ਨ ਹੋਣੀ ਚਾਹੀਦੀ ਖਾਲਸਾ, ਇਦਾਂ ਨਹੀਂ ਹੈਗਾ। ਸਾਡੇ ਕੋਲ ਇੱਕੋ ਹੀ ਆਪਸ਼ਨ ਹੈ, ਦੈਟਸ ਖਾਲਿਸਤਾਨ। ਸਾਡੇ ਕੋਲ ਕੋਈ ਦੋ ਆਪਸ਼ਨ ਨਹੀਂ ਹੈਗੀਆਂ ਵੀ ਅਸੀਂ ਜਾਂ ਖਾਲਿਸਤਾਨ ਬਣਾ ਲਈਏ ਜਾਂ ਨਾ ਬਣਾਈਏ। ਸਟੇਟ ਦੇ ਵੱਧ ਅਧਿਕਾਰ ਆਪਸ਼ਨ ਹੋ ਸਕਦੀ ਆ? ਸਟੇਟ ਦੇ ਵੱਧ ਅਧਿਕਾਰ ਆਪਸ਼ਨ ਕਿਵੇਂ ਹੋ ਸਕਦੀ ਹੈ? ਦੇਖੋ ਕਸ਼ਮੀਰ ਕੋਲ ਵੱਧ ਅਧਿਕਾਰ ਹੈਗੇ ਸੀ, ਆਰਟੀਕਲ ਜਿਹੜਾ 370 ਹੈ ਕਸ਼ਮੀਰ ਨੂੰ ਇੱਕ ਸਟੇਟ ਨੂੰ ਵੱਧ ਅਧਿਕਾਰ ਦਿੰਦਾ ਸੀ। ਬਿਲਕੁਲ, ਉਹਨਾਂ ਰਾਤੋਂ ਰਾਤ ਰਿਮੂਵ ਕਰਤਾ, ਕੀ ਹੋ ਗਿਆ? ਲੈਂਡ ਲੋਕ ਕਰਕੇ ਕਸ਼ਮੀਰ ਨੂੰ ਜੇਲ੍ਹ ਦੇ ਵਿੱਚ ਤਬਦੀਲ ਕਰਕੇ ਹਕੂਮਤ ਨੇ ਉਹਨਾਂ ਦਾ ਅਧਿਕਾਰ ਖੋਲਿਆ। ਅਸੀਂ ਹੁਣ 10 ਸਾਲ ਲਾ ਕੇ ਸੰਘਰਸ਼ ਕਰਕੇ ਅਤੇ ਇਹ ਅਧਿਕਾਰ ਲਈਏ ਅਤੇ ਹਕੂਮਤ ਆ ਕੇ ਫਿਰ ਕਰਜ਼ੇ ਅਤੇ ਫਿਰ ਕਿੱਥੇ ਜਾਵਾਂਗੇ? ਸੋ ਜਿਹੜੀ ਜਿਹੜੀ ਕੰਪਲੀਟ ਸੋਵਰਨਟੀ ਹੈ, ਜਿਹੜੀ ਪੂਰਨ ਆਜ਼ਾਦੀ ਹੈ, ਪੂਰਨ ਆਜ਼ਾਦੀ ਤੋਂ ਬਿਨਾਂ ਕੋਈ ਵੀ ਜਿਹੜਾ ਹੱਲ ਹੈ ਜੀ ਪੰਜਾਬ ਦਾ ਨਹੀਂ ਹੈਗਾ। ਇਹ ਗੱਲ ਸਿੱਖ ਅੱਜ ਸਮਝ ਲੈਣ, ਅੱਜ ਤੋਂ 50 ਸਾਲ ਬਾਅਦ ਸਮਝ ਲੈਣ, 100 ਸਾਲ ਬਾਅਦ ਸਮਝ ਲੈਣ, ਇਹ ਡਿਪੈਂਡ ਕਰਦਾ ਵੀ ਉਹਨਾਂ ਜਿੱਦਣ ਸਮਝੇ ਤੁਸੀਂ ਉਦੋਂ ਪ੍ਰੋਬਲਮ ਹੱਲ ਨਹੀਂ ਹੋ ਜਾਣੀ, ਉਦੋਂ ਤੁਹਾਡੀ ਸਟਰਗਲ ਸ਼ੁਰੂ ਹੋਣੀ ਹੈ। ਉਹ ਸਟਰਗਲ ਨੇ ਵੀ ਕਈ ਸਾਲ ਲੈ ਕੇ ਜਾਣੇ, ਕਈ ਦਹਾਕੇ ਲੰਘ ਜਾਂਦੇ ਹੁੰਦੇ ਕੌਮਾਂ ਨੂੰ ਸਟਰਗਲ ਦੇ ਵਿੱਚ, ਪਰ ਅਸੀਂ ਸਟਰਗਲ 'ਚ ਨਹੀਂ ਪੈ ਰਹੇ। ਅਸੀਂ ਇਸ ਚੀਜ਼ 'ਤੇ ਡਿਸੀਜਨ ਮੇਕਿੰਗ 'ਚ ਪਏ ਹੋਏ ਹਾਂ ਵੀ ਇਹ ਚਾਹੀਦਾ ਕਿ ਨਹੀਂ ਚਾਹੀਦਾ। ਸੋ ਸਾਨੂੰ ਇਹ ਜਿਹੜੀ ਹੈਗੀ ਨਾ ਬਾਈਨਰੀ ਵੀ ਯੈਸ ਔਰ ਨੋ, ਇਹ 'ਚੋਂ ਬਾਹਰ ਆਣ ਕੇ ਇਹੋ ਕਹਿਣਾ ਚਾਹੀਦਾ ਵੀ ਇਹ ਚਾਹੀਦਾ, ਅਚੀਵ ਕਿਵੇਂ ਕਰਨਾ ਫਿਰ ਸੋਚੋ। ਮੈਂ ਤਾਂ ਨਹੀਂ ਕਹਿੰਦਾ ਵੀ ਸਾਰਾ ਆਈਡੀਆ ਮੇਰੇ ਕੋਲ ਹੋ ਸਕਦਾ, ਪਰ ਜੇ ਸਾਰੀ ਕੌਮ ਸੋਚੇਗੀ ਤਾਂ ਕਿੱਦਾਂ ਨਹੀਂ ਪੋਸੀਬਲ ਹੈਗਾ? ਕੌਮ ਦੀ ਮੈਜੋਰਿਟੀ ਜੇ ਸੋਚੂਗੀ ਵੀ ਸਾਡੀ ਇਹ ਨੈਸੈਸਿਟੀ ਬਣ ਗਈ ਹੈ, ਲੋੜ ਕੱਢਦੀ ਮਾਂ ਹੈ, ਇਹ ਕਹਾਵਤ ਹੈ, ਬਿਲਕੁਲ, ਜਿੱਥੇ ਲੋੜ ਹੁੰਦੀ ਹੈ, ਜਿੱਥੇ ਨੀਡ ਹੁੰਦੀ ਹੈ, ਉੱਥੇ ਸਾਰਾ ਕੁਝ ਹੋ ਜਾਂਦਾ ਜੀ। ਸੋ ਆਪਾਂ ਨੂੰ ਇਹ ਗੱਲ ਜ਼ਰੂਰ ਸਮਝ ਲੈਣੀ ਚਾਹੀਦੀ ਹੈ ਵੀ ਅੱਜ ਜੇ ਅਸੀਂ ਮਹਿਸੂਸ ਕਰਦੇ ਹਾਂ, ਗੁਲਾਮੀ ਸੰਤ ਭਿੰਡਰ ਵਾਲੇ ਇਹ ਗੱਲ ਕਹਿੰਦੇ ਸੀ ਨਾ, ਗੁਲਾਮੀ ਨੂੰ ਮਹਿਸੂਸ ਕਰੋ। ਜੇ ਕਿਸੇ ਇੱਕ ਸਿੱਖ ਦੀ ਪੱਗ ਸ਼ਰੇ ਬਾਜ਼ਾਰ ਲੱਥਦੀ ਤਾਂ ਇਹ ਮਹਿਸੂਸ ਕਰੋ ਤੁਹਾਡੀ ਵੀ ਲੱਥੀ ਹੋਈ ਹੈ। ਜੇ ਕਿਸੇ ਦੀ ਧੀ ਭੈਣ ਨੂੰ ਕੋਈ ਹੱਥ ਪਾਉਂਦਾ ਤਾਂ ਸਮਝ ਲਓ ਤੁਹਾਡੀ ਧੀ ਭੈਣ ਨੂੰ ਹੱਥ ਪਿਆ, ਅਤੇ ਤੁਸੀਂ ਆਪ ਸੋਚੋ ਵੀ ਤੁਹਾਡੀ ਜਾਂ ਤੁਹਾਡੇ ਪਿਓ ਦੀ ਕਿਸੇ ਦੀ ਪੱਗ ਲੱਥੀ ਹੋਵੇ ਤਾਂ ਕਿੱਦਾਂ ਮਹਿਸੂਸ ਹੁੰਦਾ? ਬਹੁਤ ਸਾਰੇ ਲੋਕ ਇਹ ਸੋਚਦੇ ਨੇ, ਉਹਨਾਂ ਵਿੱਚ ਸਿੱਖ ਵੀ ਵੱਡੀ ਗਿਣਤੀ ਦੇ ਵਿੱਚ ਨੇ, ਕਿ ਹੱਕ ਲੈ ਲਓ, ਅਧਿਕਾਰ ਲੈ ਲਓ, ਇਨਸਾਫ ਲੈ ਲਓ, ਪਰ ਖਾਲਿਸਤਾਨ ਦੀ ਗੱਲ ਨਾ ਕਰੋ। ਜਦੋਂ ਸਾਨੂੰ ਸਾਡੇ ਸਾਰੇ ਅਧਿਕਾਰ ਮਿਲ ਜਾਣਗੇ, ਹੱਕ ਮਿਲ ਜਾਣਗੇ, ਜੋ ਬੇਇਨਸਾਫੀਆਂ ਹੋਈਆਂ ਨੇ, 84 ਹੈ ਉਸਦਾ ਇਨਸਾਫ ਮਿਲ ਜੂਗਾ, ਦਿੱਲੀ ਕਤਲੇਆਮ ਹੈ ਜਾਂ ਅਕਾਲ ਤਖ਼ਤ ਸਾਹਿਬ ਢਾਏ ਜਾਣਦੇ ਆ, ਜੋ ਹੋਰ ਸਿੱਖਾਂ ਦੇ ਨਾਲ ਬੇਇਨਸਾਫੀਆਂ ਹੁੰਦੀਆਂ ਨੇ, ਜਾਂ ਕਿਰਪਾਨ ਦਾ ਮਸਲਾ ਉੱਠ ਖੜਦਾ, ਕਦੇ ਸਿੱਖਾਂ ਦੀ ਦਸਤਾਰਾਂ ਨੂੰ ਲੈ ਕੇ ਉਹਨਾਂ ਨੂੰ ਸਵਾਲਾਂ ਦੇ ਕਟਹਿਰੇ ਦੇ ਵਿੱਚ ਖੜਾ ਕੀਤਾ ਜਾਂਦਾ, ਜਦੋਂ ਇਹ ਇਨਸਾਫ ਮਿਲ ਜੂਗਾ, ਉਹ ਕਹਿੰਦੇ ਫਿਰ ਉਸ ਤੋਂ ਬਾਅਦ ਖਾਲਿਸਤਾਨ ਦੀ ਮੰਗ ਕੀ ਲੋੜ ਰਹਿ ਜਾਣੀ ਹੈ, ਜਦੋਂ ਇਸ ਦੇਸ਼ ਦੇ ਵਿੱਚ ਫਿਰ ਆਜ਼ਾਦੀ ਨਾਲ ਜੀਆ ਜਾ ਸਕਦਾ? ਮੈਂ ਉਹਨਾਂ ਬੰਦਿਆਂ ਨੂੰ ਬੇਵਕੂਫ ਕਹੂੰਗਾ ਜਿਹੜੇ ਗੱਲ ਕਰਦੇ ਨੇ। ਰਿਐਲਿਟੀ ਕੀ ਹੈ? ਤੁਸੀਂ ਇਨਸਾਫ ਕਿਹਨਾਂ ਕੋਲ ਮੰਗਣਾ? ਤੁਸੀਂ ਇੱਕ ਕੌਮ ਕੋ ਮਜੋਰਿਟੀ ਕੋ ਇਨਸਾਫ ਮੰਗੋਗੇ, ਉਹ ਤੁਹਾਨੂੰ ਦੇ ਦੇਣਗੇ, ਕੱਲ੍ਹ ਨੂੰ ਇਨਸਾਫ ਵਾਪਸ ਲੈ ਲੈਣਗੇ, ਫਿਰ ਕੀ ਕਰੋਗੇ? ਮਤਲਬ ਪ੍ਰੋਬਲਮ ਇਹ ਨਹੀਂ ਹੈਗੀ ਵੀ ਇਨਸਾਫ ਹੋ ਰਿਹਾ ਕਿ ਨਹੀਂ ਹੋ ਰਿਹਾ, ਪ੍ਰੋਬਲਮ ਹੈ ਤੁਹਾਡੇ ਕੋਲ ਪਾਵਰ ਨਹੀਂ ਹੈਗੀ ਇਨਸਾਫ ਕਰਨ ਦੀ। ਜਿਹੜੀ ਪਾਵਰ ਦੀ ਡੈਫੀਨੇਸ਼ਨ ਹੈ, ਤੁਸੀਂ ਅੱਜ ਪਾਣੀ ਦਾ ਹੱਕ ਲੈ ਲਓ ਸੰਘਰਸ਼ ਕਰਕੇ, ਕੱਲ੍ਹ ਨੂੰ ਤੁਹਾਡਾ ਹੱਕ ਖੋਇਆ ਜਾਵੇ ਜੀ। ਜਿਹੜਾ ਸਿਮਟਮਸ ਦੀ ਲੜਾਈ ਹੈ ਨਾ, ਇਹ ਲੜਾਈ ਬਹੁਤ ਲਿਮਿਟਡ ਹੈ। ਸਿਮਟਮਸ ਦੀ ਲੜਾਈ ਕੀ ਹੈ? ਪਾਣੀ ਪੰਜਾਬ ਦਾ ਕਿਉਂ ਲੁੱਟਿਆ ਜਾ ਰਿਹਾ? ਪਾਣੀ ਇਸ ਕਰਕੇ ਲੁੱਟਿਆ ਜਾ ਰਿਹਾ ਹਿੰਦੁਸਤਾਨ ਕੋਲ ਪਾਣੀ ਨਹੀਂ ਹੈਗਾ। ਹਿੰਦੁਸਤਾਨ ਦੇ ਵਿੱਚ ਨਦੀ ਵਗਦੀ ਹੈ ਗੰਗਾ, 400 ਮਿਲੀਅਨ ਕਿਊਬਿਕ ਫਿੱਟ ਪਾਣੀ ਹਰ ਸਾਲ ਉਹਦਾ ਸਮੁੰਦਰ 'ਚ ਡਿੱਗਦਾ ਬਿਨਾਂ ਵਰਤਿਆ। ਪੰਜਾਬ ਦੇ ਸਾਰੇ ਦਰਿਆਵਾਂ ਦਾ ਮਿਲਾ ਕੇ ਪਾਣੀ ਉਹਨਾਂ ਨਹੀਂ ਹੈਗਾ, ਪਰ ਗੰਗਾ ਉੱਚੇ ਲੈਟੀਟਿਊਡ 'ਤੇ ਵੀ ਹੈ, ਉੱਥੋਂ ਪਾਣੀ ਡਿਵਰਟ ਕਰਕੇ ਪੰਜਾਬ ਨੂੰ, ਹਰਿਆਣੇ ਨੂੰ, ਰਾਜਸਥਾਨ ਨੂੰ ਦਿੱਤਾ ਜਾ ਸਕਦਾ, ਪਰ ਨਹੀਂ ਦਿੱਤਾ ਜਾਂਦਾ। ਪੰਜਾਬ ਦਾ ਪਾਣੀ ਲੁੱਟਣ ਪਿੱਛੇ ਇੱਕੋ ਮਕਸਦ ਹੈ ਵੀ ਇੱਥੋਂ ਦੇ ਕਲਚਰ ਨੂੰ, ਇੱਥੋਂ ਦੇ ਧਰਮ ਨੂੰ ਤਬਾਹ ਕਰਨਾ। ਅਸੀਂ ਕੀ ਸਮਝਦੇ ਹਾਂ ਵੀ ਅਸੀਂ ਸਮਝਦੇ ਹਾਂ ਪੰਜਾਬ ਦਾ ਪਾਣੀ ਇਕੋਨਮੀ ਕਰਕੇ ਲੁੱਟਿਆ ਜਾ ਰਿਹਾ, ਇਹ ਪੈਸੇ ਦੀ ਖੇਡ ਹੈ। ਹਕੂਮਤਾਂ ਨੂੰ ਪੈਸੇ ਤੋਂ ਵੱਡੀਆਂ ਚੀਜ਼ਾਂ ਨਜ਼ਰ ਆਉਂਦੀਆਂ ਨੇ, ਸਾਨੂੰ ਨਹੀਂ ਆਉਂਦੀਆਂ। ਸੋ ਸਾਡਾ ਜਿਹੜਾ ਸੰਘਰਸ਼ ਹੈ, ਜੇ ਕਿਸਾਨੀ ਮੋਰਚੇ 'ਚ ਅਸੀਂ ਬਹਿ ਜਾਂਦੇ ਹਾਂ, ਇੱਥੇ ਹੋਰ ਕੋਈ ਗੱਲ ਨਾ ਕਰੋ ਜੀ, ਉਹਦਾ ਕੀ ਨਤੀਜਾ ਨਿਕਲਿਆ? ਬਿੱਲ ਵਾਪਸ ਹੋ ਗਏ, ਹੁਣ ਕਿਸਾਨੀ ਠੀਕ ਹੋ ਗਈ ਹੈ? ਜਿਹੜੀ ਪ੍ਰੋਬਲਮ ਹੈ ਨਹੀਂ ਸੀ, ਜਿਸ ਨਹੀਂ ਸੀ ਕਰਦੀ, ਉਹਨੂੰ ਐਲੀਮੀਨੇਟ ਕਰਨ ਲਈ ਜਾਂ ਟੈਂਪਰੇਰੀ ਟਾਲਣ ਲਈ ਅਸੀਂ ਏਡਾ ਵੱਡਾ ਇਕੱਠ ਸੀ, ਉਹਨੂੰ ਮੈਂ ਕਹਿੰਦਾ ਵੇਸਟ ਕਰ ਦਿੱਤਾ। ਉਹ 'ਚੋਂ ਕਈ ਕੁਛ ਨਿਕਲ ਸਕਦਾ ਸੀ। ਰੈਵੋਲਿਊਸ਼ਨ ਰੋਜ਼ ਥੋੜ੍ਹੀ ਵਾਪਰਦੇ ਆ, ਲੋਕ ਰੋਜ਼ ਨਹੀਂ ਇਕੱਠੇ ਹੁੰਦੇ, ਪਰ ਉੱਥੇ ਜਿਹੜੀ ਮਾਰਕਸ ਕਾਮਰੇਡ ਲੀਡਰਸ਼ਿਪ ਸੀ, ਲੈਫਟ ਦੀ ਲੀਡਰਸ਼ਿਪ ਸੀ, ਇਹਨਾਂ ਨੇ ਐਂਟੀ ਰਿਲੀਜੀਅਸ ਆਈਡੀਆ ਜਿਹੜਾ ਇਹਨਾਂ ਦਾ ਹੈਗਾ, ਉਹਨੂੰ ਇੰਪਲੀਮੈਂਟ ਕਰਨ ਦੇ ਚੱਕਰ ਦੇ ਵਿੱਚ ਏਡਾ ਵੱਡਾ ਮੋਰਚਾ ਤਬਾਹ ਕਰਕੇ ਪਰੇ ਮਾਰਿਆ। ਹੁਣ ਤੁਸੀਂ ਅੱਜ ਪੁੱਛੋ ਉਹਨਾਂ ਨੇ ਲੀਡਰਾਂ ਨੂੰ ਵੀ ਕਿੱਥੇ ਹੈ ਕਿਸਾਨੀ ਦੀ ਪੁਜੀਸ਼ਨ, ਅੱਜ ਫਿਰ ਥਾਂ ਥਾਂ 'ਤੇ ਧਰਨੇ ਲਾਉਣੇ ਪੈ ਰਹੇ। ਸੋ ਇਹਦੀ ਜਵਾਬਦੇਹੀ ਕੌਣ ਦਊਗਾ ਵੀ ਜਿਹੜਾ ਆਪਾਂ ਹੱਕਾਂ ਦੀ ਗੱਲ ਕਰਦੇ ਹਾਂ, ਕਿੰਨਾ ਚਿਰ ਲੜਨੀ, ਕਿੰਨੀਆਂ ਸਦੀਆਂ? ਤੁਸੀਂ ਦੇਖੋ, ਬੈਗਰਸ ਕਾਂਟ ਬੀ ਚੂਜ਼ਰਸ, ਇਹ ਕਹਾਵਤ ਹੈ ਅੰਗਰੇਜ਼ੀ ਦੀ, ਮੰਗਤੇ ਨੂੰ ਜਿਹੜੀ ਮੂੰਹ ਮੰਗੀ ਭੀਖ ਨਹੀਂ ਮਿਲਦੀ, ਉਹਨੂੰ ਉਹ ਮਿਲਦਾ ਜੋ ਅਗਲਾ ਦੇਣਾ ਚਾਹੁੰਦਾ। ਹੁਣ ਤੁਸੀਂ ਵੇਖੋ ਵੀ ਜਿਹੜਾ ਸਿਮਟਮਸ ਦੀ ਲੜਾਈ ਲੜਨੀ ਹੈ ਕਿ ਪਾਵਰ ਡੈਫੀਨੇਸ਼ਨ, ਪਾਵਰ ਆਪਣੇ ਕੋਲ ਲੈ ਕੇ ਆਉਣੀ ਹੈ। ਪਾਵਰ ਦੇ ਵਿੱਚ ਤੁਸੀਂ ਚੰਗਾ ਕਰੋ ਮਾੜਾ ਕਰੋ ਤੁਹਾਡਾ, ਹਰ ਕੌਮ ਦੇ ਕੋਲ ਅਧਿਕਾਰ ਹੋਣਾ ਚਾਹੀਦਾ ਨਾ ਕਿ ਉਹ ਆਪਣੀ ਹੋਣੀ ਦੀ ਆਪ ਮਾਲਕ ਬਣੇ।
जे हुण आपां कहीए वी मैनू बहुत वधिया आजादी है, पिंजरे च पए शेर नूं वधिया खाणा मिलदा होवे, उहनूं शिकार करन दी कोई लोड़ नहीं, उह वेहला बैठा है, उहनूं खाणा मिलदा वधिया जी, की उह आजाद है? आजादी के मायने इन्होंने चीज़ों में वड्डे ने भी तुहानूं हक मिलदे कि नहीं मिलदे। आजादी ये है भी तुहाडे कोल हक मंगण दी लोड़ नहीं पैंदी तुहानूं। तुसीं सुणिया कदी भी हिंदी बोली लागू कराउण वास्ते किसी बंदे ने कोई संघर्ष किया हो, एक धरना तुसीं सुणिया अज तक? तो असीं धरने ला ला के पंजाबी नहीं बचा सकते। सो जिहड़ा सिस्टम हुंदा है ना, सिस्टम एक तरीके नाल वर्क करदा है। जे तो तुहाडा सिस्टम है तुहाडे फेवर च करूगा, जे तुहाडा नहीं हैगा तुहाडे उल्ट करूगा। जिन्ना मर्जी हक्कां दा जोर ला लो, उत्थे राग लाप ही जाओ बैठ के सारा दिन भी असीं हक्कां दी लड़ाई लड़नी है जी, किहड़े हक्कां दी लड़ाई लड़ोगे तुसीं? सो जिहड़ा सोवरनिटी दा आइडिया है, भाई दीप ने गल कही सी, ये पवित्र आइडिया है, ये बड़ा सेक्रेड आइडिया है। क्योंकि देखो इस तों वड्डी खूबसूरती की होगी भी एक कौम अपनी ये गल नूं पछाण ले भी असीं गुलाम हाँ तो असीं इहदे चों आजाद होना है। इस तों वड्डा दुनिया के उत्ते कुछ खूबसूरत नहीं हैगा, ना कोई इनकलाब है ना कुछ। सो असीं ये समझ लीए भी जिहड़ा सोवरनिटी दा आइडिया है उहनूं प्रोटैक्ट भी करना, उहनूं असीं स्प्रैड भी करना है। तो सिखां दे विचों इह गिल्ट कढ़णी है भी खुद नूं आजाद कहना। साढ़े च एक समय गिल्ट सी पंजाबी सूबा जिंदाबाद कहण दी, हैगी सी ना, असीं पंजाबी सूबा जिंदाबाद कहिंदे सी ते इह झकदे कहिंदे सी वी यार कोई नाराज़ ना हो जाए। अज जिहड़े बंदे नाराज़ सी उह कहिंदे पंजाब नूं सिखां ने अग ला देणी। फिर जिहड़े बंदे पंजाब दी होणी होंद नूं बणन ही नहीं देना चाहुंदे वह कहिंदे भी पंजाब नूं सिखां ने तबाह कर देना। सो मतलब यह है भी एक आइडिया समय तो पहला जां उहदी सक्सैस तो पहला हमेशा टैबू हुंदा, खासकर सोवरनिटी दा आइडिया। पावर शिफ्ट हुंदी है सारा कुछ चेंज हो जाता है। तालिबान है अज तो पहला टैरिस्ट ऑर्गनाइजेशन मनी जाती सी, हुण लड़ाके आ जांदा उहनां नूं, लड़ाके भी हुण गवर्नमेंट ऑफिशल्स उहनां ने मीटिंगां कर रहे हन जाके, वो मीटिंग च बैठे ने, क्यों की फर्क पिया? सिर्फ पावर ते आ गए ने। सो पावर डिफाइन करती है तुसी की हो, पावर तो बिना कुछ नहीं हैगा। मतलब ये नहीं मैं कहिंदा भी पावर लैण दे इक्को तरीका वा भी तुसी आम स्ट्रगल लड़ो जां कुछ इदां दी गल है। पहली गल ते जिहड़ी गिल्ट ट्रिप चों निकलना बाहर, जिहड़ी कम्यूनिटी लैवल दी गिल्ट है साडे अंदर भी असीं जिहड़ा साडे नाल वायलेंस हुंदी है उह शायद किसे दा रिएक्शन है, ये समझना किसे भी कौम वास्ते घातक है। जिहड़े बंदे को तुहाडा जेनोसाइड करन दा पावर हैगी है, जिहड़ी कौम कोलो, जिहड़े बंदे को, जिहड़ी स्टेट कोलो पोटेंशियल हैगा, रीजनस हैगे आ, तुसीं जिन्ना चिर मर्जी अवॉइड करी जाओ होगी होगी तुहाडे नाल, तुसीं गुस्सा ना भी चढ़ाओ अगले नूं। लाल किले ते आपां निशान साहिब चढ़ाया सी, की कीता सी? थ्रैट मिले सानूं, मोदी दी गड्डी रुकदी है पुल ते आ के, सानूं थ्रैट मिलदे वी तुहाडे नाल चरासी धरा देंगे। क्यों, ये क्यों होंदा? होर किसे कौम नाल क्यों नहीं हो जांदा? सिख उल्टा किसे नूं थ्रैट क्यों नहीं करदे? ये जिहड़ी इंबैलेंस है ना पावर का, ये ना वेखो भी सिख फलानी पोस्ट पर बैठा है, सिख सिख भी अफसर लग सकते हैं, सिख बैंक का मैनेजर लग सकता है, सिख प्रधानमंत्री बन सकता है, सिख प्रधानमंत्री बन के सिखा न्याय दवा सकता, नहीं दवा सकता। जे होंगे ये टोकन इदा वरते जाते हैं कौम के, अमरीका के बराक ओबामा बनया, उस तो बाद कालिया की दिशा ठीक होगी। सो असी जोड़ा आइडिया है ना कोई भी एक्सप्लोर करिए, उन्होंने वेखिए भी ये है कि एवें अन्ने वाह जरा कह देना भी नहीं जी देखो बाकी भी तो लोग कर रही ने सर्वाइव, ये भी बड़ा मैनू स्टूपिड स्टेटमेंट लगती है। जे बाकी लोगों के वांगू तुसी कॉपी पेस्ट करना अपने अपने तुसी कोई सिद्धांत नहीं है तुहाडा, तो मेरे ख्याल दे नाल फिर तुसी वक्ख आइडेंटिटी ते होण दी गल ही क्यों करदे? अक्सर कौमां दे रिएक्शन वक्रे हुंदे ने, हर कौम डिफरेंट तरीके नाल रिएक्ट करती है। हो सकता हिंदुस्तान का जिहड़ा मुसलमान है वह तिरंगा चला ले अपनी मस्जिद ते वायलेंस सही जाए, सिख नहीं सह सकता। जिहड़ा साडा सोवरनिटी है गुरुद्वारियां दी उहनूं मेनटेन करन लई साडे लई सारा कुछ उह है। सो आपां इह ना वे इह साडे नाल कामरेड करदे की है भी इह दूजियां कौम दीआं एग्जाम्पल्स नूं साडे ते थोपदे ने, साडी सिचुएशन बहुत डिफरेंट है। इह चाहुंदे असीं परफेक्ट विक्टम बणीए इहनां दे। ਇਹ ਲੈਫਟ ਦਾ ਇੱਕ ਬੜਾ ਆਈਡੀਆ ਹੈ ਵੀ ਉਹ ਕਹਿੰਦੇ ਜਿੰਨਾ ਚਿਰ ਤੁਸੀਂ ਪਰਫੈਕਟ ਵਿਕਟਮ ਬਣ ਕੇ ਗੋਡਿਆਂ ਪਰਨੇ ਹੋ ਕੇ ਮਾਰਕਸਿਜ਼ਮ ਦੇ ਅੱਗੇ ਹੱਥ ਨਹੀਂ ਖੜੇ ਕਰਦੇ, ਸਾਰੇ ਸਿਆਸੀ ਕੈਦੀ ਰਿਹਾ ਕਰੋ, ਇਹ ਨਹੀਂ ਕਹਿੰਦੇ ਕਿ ਬੰਦੀ ਸਿੰਘ ਰਿਹਾ ਕਰੋ, ਉਹਦੀ ਜਗ੍ਹਾ 'ਤੇ ਸ਼ਬਦ ਸਿਆਸੀ ਕੈਦੀ ਵਰਤਦੇ ਨੇ ਸਾਰੇ। ਨਹੀਂ ਉਹ ਉਹਨਾਂ ਨੇ ਦੇਖੋ ਉਹਨਾਂ ਦੀ ਪ੍ਰੋਬਲਮ ਲੈਂਗੁਏਜ ਦੀ ਸਭ ਤੋਂ ਵੱਡੀ ਇਹ ਹੈ ਕਿ ਧਰਮ ਨਾਲ ਇੰਨੀ ਉਹਨਾਂ ਨੂੰ ਨਫ਼ਰਤ ਹੈ, ਉਹ ਬੰਦੀ ਸਿੰਘ ਵੀ ਮਜਬੂਰੀ 'ਚ ਕਹਿੰਦੇ ਨੇ ਵੀ ਬਾਕੀ ਕੈਦੀ ਰਿਹਾ ਹੋ ਜਾਣ। ਉਗਰਾਹਾਂ ਨੇ ਕਿਸਾਨੀ ਮੋਰਚੇ ਦੇ ਵਿੱਚ
ਜਿਹੜੇ ਨਕਸਲੀ ਗ੍ਰਿਫਤਾਰ ਹੋਏ ਸੀ ਸਕਾਲਰ, ਉਹਨਾਂ ਦੇ ਪੋਸਟਰ ਫੜੇ ਸੀ, ਇੱਕ ਸਿੱਖ ਦਾ ਨਹੀਂ ਸੀ ਹੈਗਾ ਵਿੱਚ ਉਹਦੇ, ਤੇ ਗੱਲਾਂ ਇਹ ਕੀਤੀਆਂ ਜਾਂਦੀਆਂ ਸੀ ਵੀ ਸਿੱਖਾਂ ਦੇ ਧਰਮ ਦਾ ਰੰਗ ਨਾ ਦਿਓ ਇਹਨੂੰ। ਮਤਲਬ ਇਹ ਹੈ ਵੀ ਸਿਰਫ ਸਿੱਖੀ ਨਾਲ ਨਫ਼ਰਤ ਹੈ, ਹੋਰ ਕਿਸੇ ਨਾਲ ਨਹੀਂ। ਉੱਥੇ ਨਮਾਜ਼ ਪੜ੍ਹਾਈ ਗਈ ਲਿਆ ਕੇ ਸਟੇਜਾਂ ਦੇ ਉੱਤੇ, ਸਟੇਜਾਂ ਦੇ ਉੱਤੇ, ਅਤੇ ਸਿੱਖਾਂ ਨੂੰ ਕਹਿੰਦੇ ਸੀ ਧਰਮ ਦੂਰ ਲੈ ਜਾਓ ਆਪਣਾ ਇੱਥੋਂ। ਸੋ ਇਹ ਇਹ ਜਿਹੜੀ ਇਹਨਾਂ ਦੀ ਨਫ਼ਰਤ ਬੜੀ ਸਪੈਸੀਫਿਕ ਹੈ ਲੈਫਟ ਦੀ ਸਿੱਖਾਂ ਪ੍ਰਤੀ। ਉਹ ਕਿਉਂ ਆ? ਸਿੱਖ ਵਿਕਟਮ ਨਹੀਂ ਬਣਦੇ, ਸਿੱਖ ਪਰਫੈਕਟ ਵਿਕਟਮ ਨਹੀਂ ਹੈਗੇ, ਸਿੱਖ ਛਿੱਤਰ ਖਾ ਖਾ ਕੇ ਅਤੇ ਚੁੱਪ ਕਰਕੇ ਬਹਿੰਦੇ ਨੇ। ਹੁਣ ਇਹ ਕੀ ਆ, ਇਹ ਕਹਿੰਦੇ ਵੀ ਇੱਕ ਕੌਮ ਛਿੱਤਰ ਖਾ ਖਾ ਕੇ ਅਤੇ ਇੰਨੀ ਨਡਾਲ ਹੋ ਜੇ ਅਤੇ ਅਸੀਂ ਉਹਦੇ ਰਾਖੇ ਬਣ ਕੇ ਜਾਈਏ, ਉੱਥੇ ਅਸੀਂ ਦੱਸੀਏ ਵੀ ਲੈਫਟ ਕਿਵੇਂ ਲੋਕਾਂ ਨੂੰ ਜਿਉਂਦੇ ਕਰਦਾ। ਇਹਨਾਂ ਆਦਿਵਾਸੀਆਂ ਨੇ ਸਾਰਿਆਂ ਨੇ ਇੱਦਾਂ ਹੀ ਕੀਤਾ, ਉਹਨਾਂ ਦੀ ਸਟਰਗਲ ਦਾ ਬਿੜਾ ਗਰ ਕਰਕੇ ਰੱਖ ਦਿੱਤਾ। ਕੀ ਖੱਟਿਆ ਕਿਸੇ ਨੇ ਅੱਜ ਤੱਕ? ਕੁਛ ਵੀ ਨਹੀਂ ਖੱਟਿਆ। ਸੋ ਸਿੱਖਾਂ ਨੂੰ ਆਪਣਾ ਜਿਹੜਾ ਸੋਵਰਨਟੀ ਦਾ ਆਈਡੀਆ ਹੈ ਉਹ ਕਿਸੇ ਲੈਫਟ ਰਾਈਟ ਤੋਂ ਲੈਣ ਦੀ ਲੋੜ ਨਹੀਂ ਹੈ। ਬਾਇਨਰੀ ਤੋਂ ਬਾਹਰ ਜਾ ਕੇ ਜਿਹੜਾ ਸੋਵਰਨਟੀ ਦਾ ਸਿੱਖ ਸੋਵਰਨਟੀ ਦਾ ਆਈਡੀਆ ਉਹ ਗੁਰੂ ਦੇ ਸਿਧਾਂਤ 'ਚੋਂ ਨਿਕਲਦਾ। ਅਤੇ ਗੁਰੂ ਦਾ ਸਿਧਾਂਤ ਇਹ ਨਹੀਂ ਹੈਗਾ ਵੀ ਅੱਜ ਹੋਰ ਹੈ ਅਤੇ ਕੱਲ੍ਹ ਹੋਰ ਹੈ, ਉਹ ਸਮੇਂ ਦੀ ਸੀਮਾ ਤੋਂ ਬਾਹਰ ਹੈ। ਅਕਾਲ ਆਪਾਂ ਤਾਂ ਹੀ ਕਹਿੰਦੇ ਹਾਂ ਨਾ, ਕਾਲ ਤੋਂ ਬਾਹਰ ਹੈ। ਸੋ ਆਪਾਂ ਇਹ ਚੀਜ਼ ਨੂੰ ਅੰਡਰਸਟੈਂਡ ਕਰੀਏ, ਇਹਦੇ 'ਤੇ ਹੋਰ ਡਿਸਕਸ਼ਨ ਹੋਵੇ। ਇਹਦੇ ਅਸੀਂ ਤਾਂ ਖੁੱਲ੍ਹਾ ਚੈਲੰਜ ਕਰਦੇ ਹਾਂ, ਜਿੰਨੇ ਵੀ ਕਮਿਊਨਿਸਟ ਜਿੰਨੇ ਵੀ ਲੈਫਟਿਸਟ ਮਾਰਕਸਿਸਟ ਹੈਗੇ ਨੇ, ਆ ਜਾਓ ਬੈਠੋ। ਅਸੀਂ ਇਹ ਤਾਂ ਤੁਸੀਂ ਇਹ ਤਾਂ ਮੰਨੋ ਵੀ ਤੁਹਾਡੇ ਆਈਡੀਆ 'ਚ ਤਾਂ ਫੰਡਾਮੈਂਟਲ ਪ੍ਰੋਬਲਮ ਹੈ। ਇੱਕ ਪੰਜਾਬ ਦੇ ਵਿੱਚ ਇੱਕ ਵਰਗ ਅਜਿਹਾ ਵੀ ਹੈ ਜਿਹੜਾ ਪੰਜਾਬ ਦੀ ਗੱਲ ਕਰਦਾ, ਉਹ ਤੁਹਾਡੇ ਅਕੋਰਡਿੰਗ ਧਰਮ ਦੀ ਗੱਲ ਨਹੀਂ ਕਰਦਾ। ਉਹ ਉਸ ਵਰਗ ਨੂੰ ਤੁਸੀਂ ਕਿਵੇਂ ਦੇਖਦੇ ਹੋ? ਚਾਹੇ ਉਹਦੇ ਵਿੱਚ ਕਈ ਕਿਸਾਨ ਆਗੂ ਆ ਜਾਣ, ਚਾਹੇ ਕੁਝ ਨੌਜਵਾਨ ਆਗੂ ਜਿਵੇਂ ਲੱਖੇ ਹੋਣੀ ਹੋਏ ਜਾਂ ਹੋਰ ਹੋਏ, ਉਹ ਪੰਜਾਬ ਦੀ ਗੱਲ ਤਾਂ ਕਰਦੇ ਨੇ, ਪਰ ਉਸ ਤੋਂ ਬਾਅਦ ਕਈ ਥਾਵਾਂ ਦੇ ਉੱਤੇ ਧਰਮ ਤੋਂ ਜਿਹੜੇ ਉਹ ਪੈਰ ਪਿੱਛੇ ਖਿੱਚਦੇ ਨਜ਼ਰ ਘੁੰਡ ਕੱਢ ਕੇ ਨੱਚਣਾ ਉਹਨੂੰ ਕਹਿੰਦੇ ਆ। ਉਹ ਘੁੰਡ ਕੱਢ ਕੇ ਨੱਚਣ ਦਾ ਮਤਲਬ ਇਹ ਹੈ ਪ੍ਰੋਬਲਮ ਨੂੰ ਸਮਝਣਾ, ਅੰਡਰਸਟੈਂਡ ਕਰਨਾ, ਸਲਿਊਸ਼ਨ ਵੱਲ ਨਹੀਂ ਜਾਣਾ, ਇੰਡੀਵਿਜੁਅਲ ਪ੍ਰੋਬਲਮਸ 'ਤੇ ਫੋਕਸ ਕਰਕੇ। ਇਹ ਗੱਲ ਕਹਿਣ ਲੱਗਿਆਂ ਕਿਉਂ ਆਪਾਂ ਝੱਕਦੇ ਹਾਂ ਵੀ ਪ੍ਰੋਬਲਮ ਪੰਜਾਬ ਦੀ ਇਹੋ ਹੀ ਆ ਵੀ ਇੱਥੇ ਸਿੱਖਾਂ ਨੂੰ ਉਜਾੜਨਾ ਚਾਹੁੰਦੀ ਹੈ ਸਰਕਾਰ ਹਕੂਮਤ, ਤਾਂ ਕਰਕੇ ਪੰਜਾਬ ਦੇ ਉੱਤੇ ਹਰ ਸੰਤਾਪ ਹੰਢਾਇਆ ਜਾ ਰਿਹਾ, ਪਾਇਆ ਜਾ ਰਿਹਾ। ਇਹ ਗੱਲ ਉਹ ਕਹਿੰਦੇ ਨਹੀਂ ਗੇ, ਕਿਉਂਕਿ ਜੇ ਉਹ ਕਹਿਣ ਸਿੱਖ ਆਈ ਫਿਰ ਸਿੱਖ ਸੋਮਟੀ ਦਾ ਆਈਡੀਆ ਕਿੱਦਾਂ ਡਿਨਾਈ ਕਰਨਗੇ? ਸੋ ਉਹ ਕੀ ਕਹਿੰਦੇ ਆ ਵੀ ਤੁਸੀਂ ਸਿੰਪਟਮਸ ਦੀ ਲੜਾਈ ਲੜਦੇ ਰਹੋ ਸਾਰੀ ਉਮਰ। ਤੁਸੀਂ ਕਹੋ ਵੀ ਪਾਣੀ ਲੁੱਟਿਆ ਜਾ ਰਿਹਾ, ਤੁਸੀਂ ਕਹੋ ਪੰਜਾਬ ਦਾ ਆਰਥਿਕ ਨੁਕਸਾਨ ਹੋ ਰਿਹਾ ਪਾਣੀ ਲੁੱਟਿਆ ਜਾਣ ਦਾ ਕਰਕੇ, ਪਰ ਤੁਸੀਂ ਕਦੀ ਨਾ ਮੰਨੋ ਵੀ ਪੰਜਾਬ ਦਾ ਪਾਣੀ ਕਿਸੇ ਇਕੋਨਮੀ ਕਰਕੇ ਨਹੀਂ ਲੁੱਟਿਆ ਜਾ ਰਿਹਾ, ਪੰਜਾਬ ਦਾ ਪਾਣੀ ਇੱਕ ਜੈਨੋਸਾਈਡਲ ਪੋਲਿਸੀ ਕਰਕੇ ਲੁੱਟਿਆ ਜਾ ਰਿਹਾ। ਹੁਣ ਇਹ ਗੱਲ ਉਹ ਮੰਨਣ ਨੂੰ ਤਿਆਰ ਨਹੀਂ। ਉਹ ਜੇ ਨੱਚਣਾ ਹੈ ਨਾ ਕਿਤੇ ਤਾਂ ਫਿਰ ਘੁੰਡ ਚੁੱਕ ਕੇ ਨੱਚਣਾ ਚਾਹੀਦਾ। ਇੱਦਾਂ ਨਹੀਂ ਹੈਗਾ ਵੀ ਤੁਸੀਂ ਪਿਕ ਐਂਡ ਚੂਜ਼ ਕਰ ਲਿਆ ਵੀ ਆਹ ਸੀ ਚੀਜ਼ ਸਾਨੂੰ ਚੰਗੀ ਲੱਗਦੀ ਹੈ, ਆਹ ਧਰਮ ਦੀ ਲੈ ਲਈ, ਆਹ ਰੱਖ ਦਈ। ਧਰਮ ਸੰਪੂਰਨ ਹੈ, ਮਹਾਰਾਜ ਦੀ ਜਿਹੜੀ ਬਚਨ ਨੇ ਉਹ ਸੰਪੂਰਨ ਨੇ। ਇਹ ਇੱਥੇ ਪੰਜਾਬ ਦੇ ਵਿੱਚ ਜੋ ਕੁਛ ਹੈ ਸਿੱਖੀ ਹੈ, ਤੁਸੀਂ 500 ਸਾਲ ਦਾ ਇਤਿਹਾਸ ਕੱਢੋ ਪੰਜਾਬ ਦਾ। ਜੇ ਫਿਰ ਅੱਜ ਵੀ ਤੁਸੀਂ ਪੰਜਾਬੀ ਹੈ ਤਾਂ ਦੂਜੇ ਤੀਜੇ ਟਰਮ ਲੈ ਕੇ ਆਉਣੇ ਨੇ, ਠੀਕ ਹੈ, ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ, ਪਰ ਦੂਜੀਆਂ ਕੌਮਾਂ ਕਿਉਂ ਚੁੱਪ ਨੇ ਇਸ ਗੱਲ ਦੇ ਉੱਤੇ? ਛਿੱਤਰਖਾਨ ਸਿੱਖ, ਮਰਨ ਸਿੱਖ, ਜੇਲ੍ਹਾਂ 'ਚ ਸਿੱਖ ਜਾਣ, ਫਾਂਸੀਆਂ 'ਤੇ ਸਿੱਖ ਟੰਗੇ ਜਾਣ, ਅਤੇ ਆ ਜਾ ਕੇ ਫਿਰ ਜਦੋਂ ਸਿੱਖ ਆਪਣੀ ਸੋਵਰਨਟੀ ਦੀ ਗੱਲ ਕਰਨ ਤਾਂ ਇਹਨਾਂ ਨੂੰ ਫਿਰਕੂ ਦੱਸਿਆ ਜਾਵੇ ਵੀ ਇਹ ਇਕੱਲੇ ਸਿੱਖਾਂ ਦੀ ਗੱਲ ਕਰਦੇ? ਮਤਲਬ ਜਿਹੜੀ ਤੁਸੀਂ ਕਦੇ ਸੁਣਿਆ ਵੀ ਇੱਕ ਇੱਕ ਜਿਹਨੀ ਜਿਹੜੀ ਧਿਰ ਨੇ ਸਭ ਤੋਂ ਵੱਧ ਕੰਟਰੀਬਿਊਟ ਕੀਤਾ ਕਿਸੇ ਵੀ ਚੀਜ਼ 'ਚ, ਉਹਨੂੰ ਉਹਨੂੰ ਫਾਸਿਸਟ ਦੱਸਿਆ ਜਾਂਦਾ ਵੀ ਕਿਉਂਕਿ ਉਹ ਦੂਜਿਆਂ ਨੂੰ ਇਨਵੋਲਵ ਨਹੀਂ ਕਰਦੇ। ਇਹ ਦੂਜਿਆਂ ਦੀ ਪ੍ਰੋਬਲਮ ਹੋਣੀ ਚਾਹੀਦੀ ਹੈ ਨਾ, ਜੇ ਗਿਲਟ ਹੈ ਤਾਂ ਦੂਜੀਆਂ ਕੌਮਾਂ ਨੂੰ ਹੋਵੇ ਵੀ ਅਸੀਂ ਕੁਛ ਨਹੀਂ ਕਰ ਰਹੇ ਪੰਜਾਬ ਲਈ, ਅਸੀਂ ਕਾਹਦੀ ਗਿਲਟ ਲਈ ਫਿਰੀਏ? ਸਾਡੀਆਂ ਤਾਂ ਨਸਲਾਂ ਤਬਾਹ ਹੋ ਗਈਆਂ। ਲਹਿੰਦੇ ਪੰਜਾਬ ਦੇ ਉੱਤੇ ਸਿੱਖਾਂ ਦਾ ਜਿਹੜਾ ਦਾਅਵਾ ਉਹ ਬਿਲਕੁਲ ਖਤਮ ਹੋ ਚੁੱਕਿਆ, ਗਿਣਤੀ ਨਹੀਂ ਰਹੀ ਹੈਗੀ। ਮੌਜੂਦਾ ਜੋ ਸਮਾਜ ਆ ਉਹਦੇ ਵਿੱਚ ਗਿਣਤੀ ਦੇ ਆਧਾਰ 'ਤੇ ਜ਼ਿਆਦਾਤਰ ਦਾਅਵੇ ਪੇਸ਼ ਕੀਤੇ ਜਾਂਦੇ ਨੇ ਕਿ ਖਾਲਿਸਤਾਨ ਦੀ ਜਿਹੜੀ ਵਿਜ਼ਨ ਹੈ ਉਹ ਮਹਾਰਾਜਾ ਰਣਜੀਤ ਸਿੰਘ ਵਾਲੇ ਰਾਜ ਦਾ ਵਿਜ਼ਨ ਆ ਜਾਂ ਮੌਜੂਦਾ ਪੰਜਾਬ ਦਾ ਵਿਜ਼ਨ ਆ? ਨਹੀਂ, ਦੇਖੋ, ਖੜ੍ਹੇ ਹੋਣ ਨੂੰ ਜਗ੍ਹਾ ਬਣਾਉਣੀ ਚਾਹੀਦੀ ਹੈ, ਬਦਲ ਲੰਮਾ ਪੈ ਜਾਂਦਾ ਹੁੰਦਾ। ਐਕਸਪੈਂਸ਼ਨ ਜਿਹੜਾ ਹੈ ਕਿਸੇ ਵੀ ਚੀਜ਼ ਦਾ ਐਕਸਪੈਂਸ਼ਨ ਹੈ, ਐਗਜਿਸਟੈਂਸ ਤੋਂ ਪਹਿਲਾਂ ਨਹੀਂ ਆਉਂਦਾ। ਖਾਲਸੇ ਨੇ ਤਾਂ ਬ੍ਰਹਿਮੰਡ 'ਤੇ ਰਾਜ ਕਰਨਾ, ਪਰ ਰਾਜ ਕਿਤੋਂ ਸ਼ੁਰੂ 'ਤੇ ਹੋਊਗਾ ਨਾ? ਸੋ ਅਸੀਂ ਜਿੱਥੇ ਸੰਘਰਸ਼ ਕਰ ਰਹੇ ਹਾਂ, ਜਿਨ੍ਹਾਂ ਨੇ ਸਾਡੇ ਨਾਲ ਝੂਠੇ ਵਾਅਦੇ ਕੀਤੇ ਆ 47 ਤੋਂ ਬਾਅਦ, ਅਸੀਂ 47 'ਚ ਉਜਾੜਾ ਝੱਲ ਕੇ ਇਸ ਮੁਲਕ 'ਚ ਵਸੇ ਹਾਂ ਨਾ, ਅਸੀਂ ਇਸ ਮੁਲਕ ਤੋਂ ਅੱਡ ਹੋਣ ਦੀ ਗੱਲ ਨਹੀਂ ਕੀਤੀ। ਸਾਨੂੰ ਜਰਾਇਮ ਪੇਸ਼ਾ 'ਤੇ ਕਈ ਕੁਛ ਕਿਹਾ ਗਿਆ, ਫਿਰ ਸਾਨੂੰ ਪੰਜਾਬੀ ਬੋਲੀ ਦੇ ਸੰਘਰਸ਼, ਸੂਬੇ ਦੇ ਸੰਘਰਸ਼ ਕਰਨੇ ਪਏ। 84 'ਚੋਂ ਲਕੀਰ ਖਿੱਚੀ ਗਈ ਹੈ 84 ਦੇ ਵਿੱਚ। ਹੁਣ ਸਾਨੂੰ ਜਿਹੜਾ ਵਾ ਇਹ ਇਹਨਾਂ ਲੋਕਾਂ ਨੇ ਸਾਡੇ ਨਾਲ ਦਗਾ ਕੀਤੀ ਹੈ, ਅਸੀਂ ਹੁਣ ਰਾਜ ਇੱਥੇ ਹੀ ਸਥਾਪਿਤ ਕਰਾਂਗੇ ਨਾ ਆਪਣਾ, ਫਿਰ ਅਸੀਂ ਐਕਸਪੈਂਡ ਕਰਾਂਗੇ। ਐਕਸਪੈਂਸ਼ਨ ਤਾਂ ਹਰ ਰਾਜ ਦਾ, ਇੱਕ ਹਿੰਦੁਸਤਾਨ ਵੀ ਐਕਸਪੈਂਡ ਕਰਦਾ ਹੀ ਹੈ ਨਾ। ਜਦੋਂ ਹਿੰਦੁਸਤਾਨ ਆਜ਼ਾਦ ਹੋਇਆ ਸੀ ਕਿੰਨੇ ਆਜ਼ਾਦ ਰਾਜ ਇਹਨਾਂ ਨੇ ਆਪਣੇ ਆਪ 'ਚ ਮਿਲਾਏ ਨੇ, ਜਾਂ ਤਾਂ ਮੁੱਕਰ ਜਾਣ ਵੀ ਅਸੀਂ ਇਹ ਕੰਮ ਨਹੀਂ ਕੀਤਾ।
ਜਿਹੜਾ ਮੈਨੂੰ ਹੁਣ ਨਾਮ ਨਹੀਂ ਉਹਦਾ, ਜਦ ਕਸ਼ਮੀਰ ਸੀ, ਹੋਰ ਕਈ ਰਾਜ ਸੀ ਜਿਹੜੇ ਆਜ਼ਾਦ ਰਾਜਿਆਂ ਦੇ ਕੋਲ ਸੀ, ਹੈਦਰਾਬਾਦ ਹੈਦਰਾਬਾਦ ਸੀ, ਹੈ ਹੈਦਰਾਬਾਦ ਦੇ ਨਿਜ਼ਾਮ ਉੱਤੇ ਫੌਜ ਚਾੜ੍ਹ ਕੇ ਇਹਨਾਂ ਨੇ ਉਹਨੂੰ ਕਬਜ਼ੇ 'ਚ ਲਿਆ ਸੀ। ਸੋ ਇਹ ਸਾਰਾ ਕੁਝ ਜਿਹੜਾ ਹੈ ਹਿੰਦੁਸਤਾਨ ਨੇ ਕੀਤਾ, ਐਕਸਪੈਂਸ਼ਨ ਵਾਸਤੇ ਕੀਤਾ। ਚੀਨ ਐਕਸਪੈਂਡ ਕਰ ਰਿਹਾ ਆਪਣੇ ਰਾਜ ਨੂੰ, ਹਿੰਦੁਸਤਾਨ ਦੀ ਟੈਰੀਟਰੀ ਮੰਨ ਲੈਂਦਾ, ਕਸ਼ਮੀਰ ਦੀ ਇੱਕ ਟੈਰੀਟਰੀ ਪਿੱਛੇ ਪਾਕਿਸਤਾਨ ਅਤੇ ਹਿੰਦੁਸਤਾਨ ਲੜ ਰਹੇ ਨੇ, ਐਕਸਪੈਂਸ਼ਨ ਦੀਆਂ ਤਿਆਰੀਆਂ ਨੇ ਨਾ ਸਾਰੀਆਂ। ਅਤੇ ਤੁਸੀਂ ਰਾਜ ਬਣਾ ਕੇ ਚੁੱਪ ਕਰਕੇ ਥੋੜ੍ਹੀ ਬਹਿ ਜਾਣਾ, ਤੁਸੀਂ ਆਪਣੇ ਪੁਰਖਿਆਂ ਦੇ ਇਤਿਹਾਸਕ ਸਥਾਨਾਂ ਨੂੰ ਆਪਣੇ ਘੱਟੋ ਘੱਟ ਐਕਸੈਸੇਬਲ 'ਤੇ ਰੱਖੋਗੇ ਨਾ। ਫਰਜ਼ ਕਰੋ ਜੇ ਅਸੀਂ ਰਾਜ ਨਹੀਂ ਕਰਦੇ ਲਾਹੌਰ 'ਤੇ, ਪਰ ਸਾਨੂੰ ਲਾਹੌਰ ਜਾਣ ਦੀ ਤਾਂ ਆਜ਼ਾਦੀ ਹੋ ਸਕਦੀ ਹੈ ਨਾ। ਅਸੀਂ ਨਨਕਾਣਾ ਸਾਹਿਬ 'ਤੇ ਜਾਈਏ, ਸਾਨੂੰ ਇਹ ਤਾਂ ਨਾ ਹੋਵੇ ਵੀ ਨਨਕਾਣਾ ਸਾਹਿਬ ਜਾਣ ਲੱਗਿਆਂ ਸਾਨੂੰ ਮਤਲਬ ਐਂ ਵੇਖਿਆ ਜਾਵੇ ਵੀ ਇਹ ਪਤਾ ਨਹੀਂ ਕਿੱਥੇ ਜਾ ਚੱਲੇ। ਸਾਡੇ ਪਹਿਲੇ ਪਾਤਸ਼ਾਹ ਦਾ ਪ੍ਰਕਾਸ਼ ਸਥਾਨ ਹੈ ਉਹ, ਜਿੱਥੇ ਉਹਨਾਂ ਨੂੰ ਪ੍ਰਕਾਸ਼ ਧਾਰਿਆ ਸੰਸਾਰ, ਉਸ ਸਥਾਨ 'ਤੇ ਜਾਣ ਲਈ ਸਾਨੂੰ ਕੀ ਕਿੰਨੇ ਪਾਪੜ ਵੇਲਣੇ ਪੈਂਦੇ ਨੇ। ਸੋ ਇਹ ਚੀਜ਼ ਸਮਝੀਏ ਵੀ ਜਿਹੜਾ ਜਦੋਂ ਪਾਵਰ ਹੋਵੇ, ਪਾਵਰ ਨਾਲ ਸਭ ਕੁਝ ਹੋ ਜਾਂਦਾ ਹੈ, ਪਾਵਰ ਨਾਲ ਤੁਹਾਡੇ ਰਿਲੇਸ਼ਨ ਬੈਟਰ ਹੋ ਜਾਂਦੇ ਨੇ। ਸੋ ਪਾਵਰ ਜ਼ਰੂਰੀ ਹੈ ਕਿਸੇ ਵੀ ਚੀਜ਼ ਨੂੰ ਐਸਟੈਬਲਿਸ਼ ਕਰਨ ਲਈ। ਐਕਸਪੈਂਸ਼ਨ ਬਾਅਦ ਦੀ ਖੇਡ ਹੁੰਦੀ ਹੈ ਵੀ ਤੁਸੀਂ ਕਿੱਧਰ ਨੂੰ ਐਕਸਪੈਂਡ ਕਰਨਾ। ਉਹ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਦਾ ਰਾਜ ਜਿੱਤਿਆ ਸੀ ਪਹਿਲਾਂ, ਪੰਜਾਬ 'ਤੇ ਰਾਜ ਨਹੀਂ ਸੀ ਪਹਿਲਾਂ ਉਹਦਾ, ਫਿਰ ਉਹਨੇ ਐਕਸਪੈਂਡ ਕੀਤਾ ਸਾਰੇ ਪਾਸਿਆਂ ਨੂੰ। ਸਤਲੁਜ ਤੱਕ ਹੱਦ ਇੱਧਰ ਨੂੰ ਗਈ, ਉੱਧਰ ਕਾਬਲ ਕੰਧਾਰ ਤੱਕ ਜਿਹੜੀ ਸੀ ਹੱਦ ਸੀ ਅਕਾਲਸੀ ਰਾਜ ਦੀ ਜੀ। ਇੱਕ ਰਾਤ 'ਚ ਨਹੀਂ ਹੋ ਗਿਆ ਇਹ, ਹੌਲੀ ਹੌਲੀ ਸਭ ਕੁਝ ਲੱਗਦਾ, ਪਾਵਰ ਵੱਧਦੀ ਹੈ ਰਾਜ ਦੇ ਨਾਲ। ਤੁਹਾਡੇ ਕੋਲ ਸੋਵਰਨਟੀ, ਸੋਵਰਨਟੀ ਐਡੀ ਖੂਬਸੂਰਤ ਚੀਜ਼ ਹੈ ਨਾ। ਜਦੋਂ ਸੋਵਰਨ ਹੁੰਦੇ ਹੋ ਤੁਸੀਂ ਫਿਰ ਸੋਚਦੇ ਹੋ ਵੀ ਸਾਡਾ ਹੋਰ ਪੋਟੈਂਸ਼ੀਅਲ ਵੀ ਹੈਗਾ ਸਾਡੇ 'ਚ। ਸਲੇਵ ਮਾਈਂਡਸ ਕੀ ਕਰਦੇ ਨੇ, ਉਹ ਆਪਣੇ ਸਰਵਾਈਵਲ ਲਈ ਲੜਨ ਜੋਗੇ ਨਹੀਂ ਹੁੰਦੇ। ਸੋਵਰਨ ਮਾਈਂਡ ਜਿਹੜੇ ਲੋਕ ਕਮਿਊਨਿਟੀਜ਼ ਨੇ ਸੋਵਰਨ, ਉਹਨਾਂ ਦੇ ਮਨ 'ਚ ਫੁਰਨੇ ਆਉਂਦੇ ਨੇ ਵੀ ਅਸੀਂ ਐਕਸਪੈਂਡ ਕਰੀਏ। ਅਸੀਂ ਤਾਂ ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਕਰਨਾ ਬੰਦ ਕਰ ਚੁੱਕੇ ਹਾਂ, ਐਕਸਪੈਂਸ਼ਨ ਦੀ ਦੂਰ ਦੀ ਗੱਲ ਹੈ। ਸੋ ਇਹ ਜ਼ਰੂਰੀ ਹੈ ਵੀ ਇਹਨੂੰ ਇਹ ਤਰੀਕੇ ਨਾਲ ਅੰਡਰਸਟੈਂਡ ਕੀਤਾ। ਜਿਹੜੇ ਵਿਦੇਸ਼ ਬੈਠੇ ਸਿੱਖ ਨੇ ਅਕਸਰ ਉਹਨਾਂ ਦੇ ਉੱਤੇ ਇਹ ਸਵਾਲ ਖੜੇ ਕੀਤੇ ਜਾਂਦੇ ਕਿ ਵਿਦੇਸ਼ਾਂ 'ਚ ਬਹਿ ਕੇ ਗੱਲ ਕਰਨੀ ਸੌਖੀ ਹੈ, ਪੰਜਾਬ ਆ ਕੇ ਦੇਖੋ। ਹੁਣ ਜਿਹੜੇ ਜਿਵੇਂ ਹੁਣ ਤੁਸੀਂ ਪੰਜਾਬ ਆਏ ਹੋ ਤਾਂ ਤੁਸੀਂ ਪੰਜਾਬ ਆ ਕੇ ਗੱਲ ਕਰ ਰਹੇ ਹੋ, ਤਾਂ ਤੁਸੀਂ ਪੰਜਾਬ ਕਿੰਨੇ ਸਮੇਂ ਲਈ ਆਏ ਹੋ, ਤਾਂ ਵਾਪਸ ਜਾਣ ਦਾ ਜਾਂ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਵਿਚਰ ਕੇ ਕੀ ਪਲੈਨ ਆ? ਨਹੀਂ ਦੇਖੋ, ਜਿਹੜੇ ਵਿਦੇਸ਼ਾਂ ਸਿੱਖ ਬੈਠੇ ਨੇ ਉਹ ਬਹੁਤ ਕੰਮ ਕਰ ਰਹੇ ਨੇ। ਮੈਨੂੰ ਇਹ ਲੱਗਦਾ ਵੀ ਸਿੱਖਾਂ ਨੂੰ ਇੱਕ ਦੂਜੇ ਨੂੰ ਮਿਹੜੇ ਮਾਰਨੇ ਬੰਦ ਕਰਨੇ ਚਾਹੀਦੇ ਨੇ। ਮੈਂ ਗੱਲ ਇੱਥੇ ਆ ਕੇ ਕਹਿ ਰਿਹਾ, ਬਾਹਰ ਬੈਠੇ ਨੇ ਨਹੀਂ ਮੈਂ ਕੀਤੀ। ਮੈਂ ਤਾਂ ਕਹਿੰਦਾ ਵਾਂ ਵੀ ਹਰ ਸਿੱਖ ਜਿਹੜਾ ਜਿੱਥੇ ਵੀ ਬੈਠਾ ਉਹ ਆਪਣੇ ਦਿਲ 'ਚ ਜੇ ਆਪਣੇ ਰਾਜ ਭਾਗ ਦੀ ਆਪਣੀ ਕੌਮ ਨਾਲ ਹੋਏ ਧੱਕਿਆਂ ਦੀ ਦਰਦ ਸਮੋਈ ਬੈਠਾ ਤਾਂ ਉਹ ਬਹੁਤ ਕੁਛ ਕਰ ਰਿਹਾ। ਜੇ ਆਪਣੇ ਬੱਚਿਆਂ ਨੂੰ ਉਹ ਸਿੱਖੀ ਨਾਲ ਜੋੜ ਰਿਹਾ ਤਾਂ ਬਹੁਤ ਕੁਛ ਕਰ ਰਿਹਾ ਹੈ। ਜੇ ਉਹ ਪੰਜਾਬ ਦੇ ਵਿੱਚ ਦੂਜੇ ਗਰੀਬ ਸਿੱਖਾਂ ਦੀ ਮਦਦ ਕਰ ਰਿਹਾ ਤਾਂ ਬਹੁਤ ਕੁਛ ਕਰ ਸਕਦਾ। ਸੋ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਇੱਥੇ ਆਉਣਾ ਹੀ ਹੈ ਸਾਰਿਆਂ ਨੇ। ਇਹ ਮਿਹਣਿਆਂ ਦਾ, ਇਹ ਮਿਹਣੇ ਸਿਰਫ ਬਹਾਨੇਬਾਜ਼ੀ ਹੈ। ਜਿਹੜੇ ਕੱਲ੍ਹ ਮਿਹਣੇ ਮਾਰਦੇ ਸੀ ਮੈਨੂੰ ਪੰਜਾਬ ਆ ਕੇ ਗੱਲ ਕਰੋ, ਅੱਜ ਉਹਨਾਂ ਕਿਹੜਾ ਮੇਰੇ ਨਾਲ ਖੜ ਜਾਣਾ? ਮੈਦਾਨ 'ਚ ਭੱਜਦੇ ਨੇ। ਮੈਦਾਨ 'ਚ ਭੱਜਣ ਦੀ ਗੱਲ ਨਹੀਂ ਹੁੰਦੀ, ਗੱਲ ਹੁੰਦੀ ਹੈ ਵੀ ਇਹਦੀ ਖਾਂਦੇ ਦੀ ਦਾੜੀ ਹਲਦੀ, ਮੈਂ ਨਹੀਂ ਇਹਦੇ ਨਾਲ ਵਸਣਾ। ਜਿਹੜੇ ਬੰਦਿਆਂ ਦਾ ਮਕਸਦ ਇਹ ਆ ਵੀ ਨੁਕਸ ਕੱਢਣੇ ਕੱਢਣਾ, ਉਹਨੇ ਕੱਢ ਦੇਣਾ ਜੀ। ਸੋ ਆਪਾਂ ਉਹਨਾਂ ਤੋਂ ਉਮੀਦ ਨਹੀਂ ਰੱਖਣੀ ਜੀ। ਉਹ ਬੰਦਿਆਂ ਦਾ ਇੱਕ ਜੀਵਨ ਦਾ ਇੱਕ ਮਕਸਦ ਬਣ ਚੁੱਕਾ ਵੀ ਅਸੀਂ ਡਿਨਾਇਲ 'ਚ ਰਹਿਣਾ, ਅਸੀਂ ਲੋਕਾਂ ਨੂੰ ਜਿਹੜੇ ਆਜ਼ਾਦੀ ਦੇ ਰਾਹ 'ਤੇ ਤੋਰਨਾ ਚਾਹੁੰਦੇ ਨੇ ਉਹਨਾਂ ਨੂੰ ਜਲੀਲ ਕਰਨਾ। ਉਹ ਕਦੀ ਬਾਹਰਦਿਆਂ ਦਾ ਬਹਾਨਾ ਲਾ ਲੈਂਦੇ ਨੇ। ਜੇ ਕੋਈ ਇੱਥੇ ਜਦੋਂ ਬਾਈ ਦੀਪ ਸਿੱਧੂ ਇੱਥੇ ਸੀ ਉਦੋਂ ਕਿੰਨੇ ਕੁ ਲੋਕਾਂ ਨੇ ਇਹ ਕਹਿ ਦਿੱਤਾ ਵੀ ਹਾਂ ਬਾਈ ਠੀਕ ਹੈ, ਕਿਸ ਕਿਸਮ ਦੀ ਕਰਤਾਰਕੁਸ਼ੀ ਉਹਦੀ ਕੀਤੀ ਗਈ। ਸੋ ਮੇਰੇ ਖਿਆਲ ਦੇ ਨਾਲ ਮੈਂ ਨਹੀਂ ਕਿਸੇ ਬਾਹਰ ਦੇ ਬੰਦੇ ਨੂੰ ਕਹੂੰਗਾ, ਮੈਂ ਕਹੂੰਗਾ ਵੀ ਜਿੱਥੇ ਵੀ ਤੁਸੀਂ ਹੈਗੇ ਜੋ ਆਪਣੇ 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 ਆਪ ਨਾਲ ਜੁੜੇ ਰਹੋ, ਗੁਰੂ ਸਾਹਿਬ ਦੀ ਜੋ ਸਿੱਖਿਆ ਉਹਦੇ ਨਾਲ ਜੁੜੇ ਰਹੋ, ਰਾਜ ਭਾਗ ਦੇ ਨਾਲ ਜੁੜੇ ਰਹੋ। ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਜਾ ਕੇ ਆਏ ਹੋ, ਜੋ ਤੁਹਾਡਾ ਨਾਮ ਹੈ ਅੰਮ੍ਰਿਤ, ਉਸ ਨਾਂ ਦੇ ਧਾਰਨੀ ਹੋਣ ਬਾਰੇ ਸੋਚ ਰਹੇ ਹੋਗੇ, ਉਸ ਨਾਂ ਦੇ ਧਾਰਨੀ ਹੋਇਆ ਜਾਵੇ? ਦੇਖੋ, ਜਿਹੜਾ ਅੰਮ੍ਰਿਤ ਦੀ ਦਾਤ ਹੈ ਇਹ ਮਹਾਰਾਜ ਬਖਸ਼ਦੇ ਨੇ, ਕੋਈ ਬੰਦਾ ਦਾਵਾ ਨਹੀਂ ਕਰਦਾ ਇੱਥੇ। ਸੋ ਮਹਾਰਾਜ ਦੀ ਜਿੱਦਣ ਸਾਨੂੰ ਬਖਸ਼ਿਸ਼ ਹੋ ਗਈ ਉੱਦਣ ਅਸੀਂ, ਸਾਡੇ ਵੱਲੋਂ ਤਿਆਰੀ ਹੈ। ਅਸੀਂ ਇਹ ਨਾ ਇੱਕ ਐਸਾ ਫਨੋਮਨਾ ਹੈ ਵੀ ਜਿੱਥੇ ਤੁਸੀਂ ਕਿਸੇ ਵੇਲੇ ਤਿਆਰ ਵੀ ਹੁੰਦੇ ਜੋ, ਮਹਾਰਾਜ ਤੁਹਾਨੂੰ ਬੁਲਾਉਣ 'ਚ ਦੇਰੀ ਵੀ ਕਰ ਦਿੰਦੇ ਨੇ, ਕਿਉਂਕਿ ਉਹਨਾਂ ਵੀ ਪਰਖ ਕਰਨੀ ਹੁੰਦੀ ਹਰ ਮੌਕੇ ਦੇ ਉੱਤੇ। ਜਦੋਂ ਤੁਸੀਂ ਏਅਰਪੋਰਟ ਤੋਂ ਉਤਰੇ ਹੋ ਉਦੋਂ ਤੁਹਾਡੀਆਂ ਜਿਹੜੀਆਂ ਤਸਵੀਰਾਂ ਵਾਇਰਲ ਹੋਈਆਂ, ਵੀਡੀਓਜ਼ ਗਈਆਂ, ਬਹੁਤ ਸਾਰੀਆਂ ਸੋਸ਼ਲ ਮੀਡੀਆ ਦੇ ਉੱਤੇ ਤਸਵੀਰਾਂ ਨੇ, ਕਿਤੇ ਸ਼ੇਰ ਲਿਖਿਆ ਜਾ ਰਿਹਾ, ਕਿਤੇ ਕੌਮ ਦਾ ਆਗੂ ਲਿਖਿਆ ਜਾ ਰਿਹਾ, ਬਹੁਤ ਸਾਰੇ ਨੌਜਵਾਨ ਤੁਹਾਨੂੰ ਅਗਵਾਈ ਦੇਣ ਵਾਸਤੇ ਤਿਆਰ ਨੇ, ਸੋਸ਼ਲ ਮੀਡੀਆ ਇਹ ਕਹਿ ਰਿਹਾ, ਤੁਸੀਂ ਕੀ ਸੋਚਦੇ ਹੋ, ਅਗਵਾਈ ਲੈਣ ਨੂੰ ਤਿਆਰ ਹੋ ਜੇ ਕੌਮ ਦਿੰਦੀ ਆ? ਦੇਖੋ, ਮੈਂ ਕਿਸੇ ਦਾ ਆਗੂ ਨਹੀਂ ਬਣਨਾ ਚਾਹੁੰਦਾ, ਮੈਂ ਤਾਂ ਚਾਹੁੰਦਾ ਵੀ ਸਾਰੇ ਮੇਰੇ ਭਰਾ ਨੇ। ਇਹਦੇ ਇੱਥੇ 100,000 ਬੰਦੇ ਜਿਹੜੇ ਨੇ ਕੌਮ ਦੀ ਗੱਲ ਕਰਨ ਵਾਲੇ ਚਾਹੀਦੇ ਨੇ। ਸੋ ਆਪਾਂ ਕਿਸੇ ਵੀ ਇਕੱਲੇ ਬੰਦੇ ਦੇ ਉੱਤੇ ਕੋਈ ਜਿਹੜਾ ਬੋਝ ਪਾਉਣ ਦੀ ਲੋੜ ਨਹੀਂ ਹੁੰਦੀ, ਬੰਦਾ ਬੰਦਾ ਹੁੰਦਾ ਅਕਸਰ। ਆਪਾਂ ਇਹ ਕਰੀਏ, ਮਹਾਰਾਜ ਕੋਲ ਇਹੋ ਹੀ ਮੰਗੀਏ
ਵੀ ਸਾਰੇ ਹੀ ਜਿੰਨੇ ਭੈਣ ਭਰਾ ਰਲ ਮਿਲ ਕੇ ਜਿੰਨੀ ਇੱਕ ਕੌਮ ਦੀ ਸੇਵਾ ਕਰ ਸਕਦੇ ਉਹ ਕਰਨੀ ਚਾਹੀਦੀ। ਅਖੀਰ ਦੇ ਵਿੱਚ ਮੇਰੇ ਕੋਲ ਸਵਾਲ ਨੇ ਕਿ ਇੱਕ ਨਾ ਕੌਮ ਜਾਂ ਪੰਜਾਬੀ ਨੌਜਵਾਨ ਜਿਹੜੇ ਤੁਹਾਡੇ ਨਾਲ ਜੁੜੇ ਹੋਏ ਨੇ ਜਾਂ ਜਿਹੜੇ ਵਾਰਿਸ ਪੰਜਾਬ ਜਥੇਬੰਦੀ ਨਾਲ ਜੁੜੇ, ਉਹ ਦੋ ਚਿੱਤੀ ਦੇ ਵਿੱਚ ਨੇ ਕਿ ਵਾਰਿਸ ਪੰਜਾਬ ਜਥੇਬੰਦੀ ਦੇ ਕਈ ਭਾਗ ਬਣ ਚੁੱਕੇ ਨੇ, ਖਾਸ ਤੌਰ ਦੇ ਉੱਤੇ ਦੋ ਭਾਗ ਨੇ, ਕੀ ਉਹਨਾਂ ਨੂੰ ਤੁਸੀਂ ਇੱਕ ਕਰਨ ਦੀ ਕੋਸ਼ਿਸ਼ ਕਰੋਗੇ, ਇੱਕ ਪਲੇਟਫਾਰਮ 'ਤੇ ਲੈ ਕੇ ਆਉਣ ਦੀ ਕੋਸ਼ਿਸ਼ ਕਰੋਗੇ? ਅਸੀਂ ਇਹ ਨਹੀਂ ਪੁੱਛਦੇ ਕਿ ਤੁਹਾਡੇ ਜਿਹੜੇ ਵਿੱਚ ਫਰਕ ਨੇ ਉਹ ਕਿਵੇਂ ਪਏ ਨੇ, ਪਰ ਕੀ ਇਹਨਾਂ ਨੂੰ ਭਰਨ ਦੀ ਕੋਸ਼ਿਸ਼ ਹੋਊਗੀ? ਨਹੀਂ ਦੇਖੋ, ਮੈਂ ਉੱਥੇ ਇਹ ਗੱਲ ਨਹੀਂ ਸੀ ਕੀਤੀ, ਪਰ ਮੈਂ ਇੱਥੇ ਕਹਿੰਦਾ ਵੀ ਜਥੇਬੰਦੀਆਂ ਕੀ ਹੈ। ਮੈਂ ਕਹਿੰਦਾ ਵੀ ਸਮਾਂ ਆਵੇਗਾ ਜਥੇਬੰਦੀਆਂ ਸਭ ਭੰਗ ਕਰਨੀਆਂ ਪੈ ਜਾਣਗੀਆਂ, ਪੰਥ ਨੂੰ ਇੱਕ ਝੰਡੇ ਥੱਲੇ ਇਕੱਠੇ ਹੋਣਾ ਪਊ, ਕਰੇ ਕੁਝ ਬੰਦਾ ਜ਼ਰੂਰਤ ਪਹਿਲ, ਮੈਂ ਤਿਆਰ ਹਾਂ। ਤਿਆਰੀ ਸ਼ਰਤ ਇਹ ਹੈ, ਪੰਥਕ ਭਾਵਨਾ ਨੂੰ ਅੱਗੇ ਰੱਖ ਕੇ ਸਾਰਾ ਕੁਛ ਕਰੋ। ਮੇਰੇ ਜਥੇਬੰਦੀਆਂ ਮੈਂ ਉਹਨਾਂ ਦੇ ਖਿਲਾਫ਼ ਹੀ ਨਹੀਂ ਅੱਜ ਤੱਕ ਬੋਲਿਆ ਜਿਹੜਾ ਦੂਜਾ ਭਾਗ ਬਣ ਗਿਆ ਜਾਂ ਤੀਜਾ ਬਣ ਗਿਆ। ਇਹ ਮੈਂ ਉਹਨਾਂ ਬੰਦਿਆਂ 'ਚੋਂ ਨਹੀਂ ਹੈਗਾ ਵੀ ਜਿਹੜਾ ਮੈਂ ਕਿਸੇ ਦੀ ਕਿਰਦਾਰ ਕੁਛ ਕਰਨ 'ਤੇ ਉਤਰਾਵਾਂ, ਪਰ ਸਵਾਲ ਇਹ ਹੈ ਵੀ ਜਿਹੜਾ ਦੂਜਾ ਭਾਗ ਜਾਂ ਤੀਜਾ ਭਾਗ ਬਣਿਆ ਉਹ ਚੰਗਾ ਕੰਮ ਕਰਨ, ਅਸੀਂ ਇਹਨਾਂ ਨੂੰ ਇਹੋ ਕਹਿੰਦੇ ਹਾਂ ਨਾ। ਹੁਣ ਪ੍ਰੋਬਲਮ ਕੀ ਹੈ ਵੀ ਜੇ ਉਹਨਾਂ ਦਾ ਸਾਰਾ ਫੋਕਸ ਇਸ ਗੱਲ 'ਤੇ ਹੋਵੇ ਕਿ ਅਸੀਂ ਕੀ ਕਰ ਰਹੇ ਹਾਂ, ਫਿਰ ਤਾਂ ਦੂਜਾ ਭਾਗ ਨਹੀਂ ਗਾ, ਫਿਰ ਤਾਂ ਉਹ ਫੋਲੋ ਅਪ ਕਰ ਰਹੇ ਆ। ਨਹੀਂ ਤਾਂ ਦੋ ਜਥੇਬੰਦੀਆਂ, ਜੇ ਆਪਾਂ ਇੱਕ ਆਈਡੀਆ ਨਹੀਂ ਮੰਨ ਵੀ ਲਈਏ ਵੀ ਦੋ ਵੱਖਰੀਆਂ ਜਥੇਬੰਦੀਆਂ ਇਸਟੈਬਲਿਸ਼ ਹੋ ਗਈਆਂ, ਉਹ ਦੋਵੇਂ ਆਪਣਾ ਕੰਮ ਵੀ ਕਰ ਸਕਦੀਆਂ ਨੇ, ਵੱਖਰਾ ਵੱਖਰਾ ਕੰਮ ਉਹਨਾਂ ਦਾ ਫੀਲਡ 'ਚ ਵੱਖਰਾ ਹੋ ਸਕਦਾ, ਕਿਤੇ ਉਹ ਸਿਮਲਰ ਕੰਮ ਵੀ ਕਰ ਸਕਦੀਆਂ ਨੇ। ਮੈਨੂੰ ਇਹ ਆਈਡੀਆ ਹੀ ਨਹੀਂ ਠੀਕ ਲੱਗਦਾ ਵੀ ਇੱਕ ਜਥੇਬੰਦੀ ਜਿਹੜੀ ਹੈ, ਜਥੇਬੰਦੀ ਤੁਹਾਡੀ ਕ੍ਰੈਡੀਬਿਲਟੀ 'ਤੇ ਚੱਲਦੀ ਹੈ ਜੀ। ਮੈਂ ਸਵੇਰੇ ਮੁੱਕਰ ਜਾਵਾਂ, ਹੈਂ, ਮੈਂ ਸਵੇਰੇ ਝੂਠਾ ਪੈ ਜਾਵਾਂ, ਮੈਂ ਸਵੇਰੇ ਮਤਲਬ ਡਰ ਜਾਵਾਂ, ਭੱਜ ਜਾਵਾਂ, ਅਤੇ ਜਥੇਬੰਦੀ ਦੀ ਕੀ ਕੀਮਤ ਰਹੂਗੀ? ਸੋ ਇਹ ਤਾਂ ਕ੍ਰੈਡੀਬਿਲਟੀ ਜਿਹੜੀ ਤੁਹਾਨੂੰ ਜ਼ਰੂਰੀ ਹੈ, ਹੋਰ ਕੁਛ ਨਹੀਂ ਜ਼ਰੂਰੀ ਹੈਗਾ। ਜਥੇਬੰਦੀਆਂ ਪੰਥ ਤੋਂ ਵੱਡੀਆਂ ਨਹੀਂ ਹੁੰਦੀਆਂ ਕੋਈ ਵੀ। ਹਾਂ, ਇਹ ਜ਼ਰੂਰ ਹੈ ਜਥੇਬੰਦੇ ਕੋਲ ਹੋਣਾ ਜ਼ਰੂਰੀ ਹੈ, ਜਥੇਬੰਦੀਆਂ ਰਿਸੋਰਸਿਸ ਨੂੰ ਇੱਕ ਜਗ੍ਹਾ 'ਤੇ ਲੈ ਕੇ ਆਉਂਦੀਆਂ ਨੇ, ਜਥੇਬੰਦੀਆਂ ਨੌਜਵਾਨਾਂ ਨੂੰ ਇਕੱਠੇ, ਜਥੇਬੰਦ ਦਾ ਅਰਥ ਹੀ ਇਹ ਹੈ। ਮੈਂ ਇੱਕ ਗੱਲ ਦੇਖੀ ਹੈ ਕਿ ਸਿੱਖ ਕੌਮ ਦੇ ਆਗੂ ਇੱਕੋ ਜਿਹੇ ਗਲਤਾਂ ਕਰਦੇ ਨੇ, ਉਹ ਗੱਲ ਸਿਰਫ ਸਟੇਜਾਂ ਦੇ ਉੱਤੇ ਹੀ ਹੈ। ਬਰਗਾੜੀ ਮੋਰਚਿਆਂ ਦੇ ਵਿੱਚ ਵੀ ਦੋ ਮੋਰਚੇ ਉੱਥੇ ਲੱਗੇ ਹੋਏ ਨੇ, ਉੱਥੇ ਵੀ ਇੱਕ ਹੋਣ ਦੀ ਗੱਲ ਹੁੰਦੀ ਹੈ। ਕਿਤੇ ਵੀ ਕੋਈ ਧਾਰਮਿਕ ਪ੍ਰੋਗਰਾਮ ਜਾਂ ਕੋਈ ਪੰਥਕ ਇਕੱਠ ਹੁੰਦਾ, ਉੱਥੇ ਸਾਰੇ ਇੱਕ ਆਗੂ ਹੁੱਕਾ ਦਿੰਦੇ ਨੇ ਕਿ ਇੱਕੋ ਜਿਹਾ ਸਾਡਾ ਘਾਣ ਕੀਤਾ ਜਾ ਰਿਹਾ, ਸਾਨੂੰ ਮਾਰਿਆ ਜਾ ਰਿਹਾ, ਪਰ ਉਸ ਸਟੇਜ ਤੋਂ ਉੱਤਰਦੀ ਸਾਰ ਉਹ ਭੁੱਲ ਜਾਂਦੇ ਨੇ ਕਿ ਅਸੀਂ ਸਟੇਜ 'ਤੇ ਕੀ ਕਹਿ ਕੇ ਆਏ ਹਾਂ। ਦੇਖੋ, ਮਹਾਰਾਜ ਦਾ ਬਚਨ ਹੈ, ਗੱਲੀ ਅਸੀਂ ਚੰਗੀਆਂ ਚਾਰੀ ਬੁਰੀਆਂ, ਇਹ ਸਾਰਿਆਂ 'ਤੇ ਸਾਡੇ 'ਤੇ ਵੀ ਲਾਗੂ ਹੁੰਦਾ। ਗੱਲਾਂ ਕਰਨੀਆਂ ਜਿਹੜੀਆਂ ਨੇ ਉਹ ਸੌਖੀਆਂ ਨੇ, ਅਤੇ ਚੰਗੀਆਂ ਕਰਨੀਆਂ ਕੋਈ ਟੈਕਸ ਨਹੀਂ ਲੱਗਦਾ, ਜਿੰਨੀਆਂ ਮਰਜ਼ੀ ਕਰੀ ਜਾਓ, ਉਹਨਾਂ ਗੱਲਾਂ ਨੂੰ ਆਪਣੇ 'ਤੇ ਲਾਗੂ ਕਰਨਾ ਔਖਾ ਹੁੰਦਾ। ਸੋ ਜਿਹੜੇ ਬੰਦੇ ਸਟੇਜਾਂ 'ਤੇ ਚੜ੍ਹ ਕੇ ਏਕਤਾ ਦਾ ਨਾਰਾ ਲਾਉਂਦੇ ਨੇ, ਉਹੀ ਬੰਦੇ ਨੇ ਜਿਹੜੇ ਦੀਪ ਦੀ ਕਿਰਦਾਰ ਕੁਛ ਕਰਨ 'ਚ ਸਭ ਤੋਂ ਅੱਗੇ ਸੀ। ਪਰ ਇਹ ਤਾਂ ਨੌਜਵਾਨਾਂ ਦੀ ਵਰਤੋਂ ਹੋ ਗਈ ਨਾ, ਪਰ ਨੌਜਵਾਨ ਕੀ ਕਰਨ ਇੱਥੇ ਹੁਣ? ਨਹੀਂ ਦੇਖੋ, ਮੈਂ ਕਹਿੰਦਾ ਵਾਂ ਵੀ ਆਈਡੀਆ ਦੇ ਉੱਤੇ ਇੱਕ ਹੋਇਆ ਜਾ ਸਕਦਾ, ਸੋਵਰਨਿਟੀ ਦਾ ਆਈਡੀਆ ਲੈ ਕੇ ਆਓ। ਜਿਹੜੀਆਂ ਜਥੇਬੰਦੀਆਂ ਸੋਵਰਨਿਟੀ ਦੇ ਆਈਡੀਆ 'ਤੇ ਲੜ ਰਹੀਆਂ ਨੇ, ਆਪਣੇ ਤਰੀਕੇ ਵੱਖਰੇ ਹੋ ਸਕਦੇ ਉਹਨਾਂ ਦੇ, ਇੱਕ ਹੋਇਆ ਜਾ ਸਕਦਾ, ਉਹਨਾਂ ਨਾਲ ਬੈਠਿਆ ਜਾ ਸਕਦਾ, ਨੌਜਵਾਨਾਂ ਨੂੰ ਜਿਹੜਾ ਵਾ ਆਪਸੀ ਉਲਝਣ ਤੋਂ ਬਚਾਇਆ ਜਾ ਸਕਦਾ। ਇਹ ਬੈਠਣਾ ਚਾਹੀਦਾ ਸਿਰ ਜੋੜ ਕੇ ਜਥੇਬੰਦੀਆਂ ਨੂੰ ਆਪਸ ਦੇ ਵਿੱਚ, ਕੋਲੇਸ਼ਨ 'ਤੇ ਬਿਲਡ ਕੀਤੀ ਜਾ ਸਕਦੀ ਹੈ ਨਾ, ਜੇ ਮਰਜ ਨਹੀਂ ਹੋਣਾ ਆਪਾਂ ਇੱਕ ਦੂਜੇ ਦੇ ਵਿੱਚ, ਘੱਟੋ ਘੱਟ ਕੋਲੇਸ਼ਨ 'ਤੇ ਬਿਲਡ ਕੀਤੀ ਜਾ ਸਕਦੀ ਹੈ। ਮੰਦੀ ਸਿੰਘਾਂ ਦਾ ਮੁੱਦਾ, ਉਸ ਮੁੱਦੇ 'ਤੇ 50 ਜਥੇਬੰਦੀਆਂ ਇਕੱਠੀਆਂ ਕੰਮ ਕਰ ਸਕਦੀਆਂ। ਸੋ ਇਹ ਸਿੱਖਾਂ ਦੇ ਵਿੱਚ ਪ੍ਰੋਬਲਮ ਅੱਜ ਦੀ ਡੇਟ 'ਚ ਇਹੋ ਹੀ ਹੈ ਵੀ ਸਿੱਖ ਜਿਹੜੇ ਆ ਉਹ ਇੱਕ ਦੂਜੇ ਨੂੰ ਥੱਲੇ ਸਿੱਖਣਾ ਚਾਹੁੰਦੇ ਆ। ਇਹ ਹੈਬਿਟ ਡਿਵੈਲਪ ਹੋ ਗਈ ਆ 150-200 ਸਾਲ ਦੀ ਗੁਲਾਮੀ ਦੇ ਵਿੱਚ ਵੀ ਉਹਨਾਂ ਨੇ ਸਿੱਖਾਂ ਨੂੰ ਇੱਕ ਐਸਾ ਜਿਹੜਾ ਇੱਕ ਆਦਤ ਪਾਤੀ ਆ ਵੀ ਜਿਹੜਾ ਸਿੱਖਾਂ ਦੇ ਵਿੱਚੋਂ ਹੀ ਕੋਈ ਨੌਜਵਾਨ ਉੱਠਦਾ ਉਹਨੂੰ ਥੱਲੇ ਸੁੱਟਣ ਲਈ ਪਹਿਲਾਂ ਸਿੱਖਾਂ ਦੇ ਹੀ ਜਥੇਬੰਦੀਆਂ ਦੂਜੀਆਂ ਖੜੀਆਂ ਹੋ ਜਾਂਦੀਆਂ। ਇਹੋ ਹੀ ਵਰਤਾਰਾ ਵਾਪਰਦਾ। ਜੋ ਕਿਸਾਨੀ ਅੰਦੋਲਨ ਦੀਪ ਸਿੱਧੂ ਨੇ ਗੱਲ ਕੀਤੀ ਸੀ ਕਿ ਕਿਸਾਨ ਆਗੂਆਂ ਦੀ ਗੱਲ ਅੰਦਰ ਖਾਤੇ ਚੱਲ ਰਹੀ ਹੈ, ਪੈਸਿਆਂ ਦੀ ਗੱਲ ਵਿਕ ਚੁੱਕੀ ਹੈ, ਉਹੀ ਗੱਲ ਹੁਣ ਬਹੁਤ ਸਾਰੇ ਕਿਸਾਨ ਆਗੂ ਕਿਸਾਨ ਅੰਦੋਲਨ ਖਤਮ ਹੋਏ ਤੋਂ ਬਾਅਦ ਵੀ ਕਹਿ ਰਹੇ ਨੇ। ਉਹਨਾਂ ਨੇ ਇੱਕ ਧੜਾ ਵੀ ਵੱਖਰਾ ਬਣਾਇਆ, SKM ਗੈਰ ਰਾਜਨੀਤਿਕ, ਉਹਨਾਂ ਤੋਂ ਵੱਖਰੇ ਹੋ ਗਏ। ਉਹ ਕਹਿ ਰਹੇ ਨੇ ਕਿ ਸਾਨੂੰ ਉਸ ਵੇਲੇ ਸਾਰਾ ਕੁਛ ਪਤਾ ਸੀ ਪਰ ਅਸੀਂ ਅੰਦੋਲਨ ਬਚਾਉਣ ਬਾਰੇ ਨਹੀਂ ਕੀਤਾ। ਜੇ ਉਹ ਧੜਾ ਤੁਹਾਡੇ ਨਾਲ ਆਉਂਦਾ ਹੈ ਜਾਂ ਜਿਨ੍ਹਾਂ ਨੇ ਅੰਦੋਲਨ ਨੂੰ ਵੇਚਣ ਦੀ ਕੋਸ਼ਿਸ਼ ਨਹੀਂ ਕੀਤੀ ਉਹ ਆਉਂਦੇ ਨੇ, ਕੀ ਉਹਨਾਂ ਨੂੰ ਨਾਲ ਲੈ ਕੇ ਚੱਲਿਆ ਜਾਊਗਾ ਜਾਂ ਉਹਨਾਂ ਨੂੰ ਵੀ ਦੂਸਰੀ ਕਤਾਰ 'ਚ ਰੱਖਿਆ ਜਾਊਗਾ? ਨਹੀਂ, ਉਹ ਆਉਣੇ ਕੀ ਕਾਤੋਂ ਫਿਰ ਬਿੱਲ ਮਾਫ਼ ਕਰਾਉਣ ਜਾਂ ਕੋਈ ਬਿੱਲ ਲਾਗੂ ਕਰਾਉਣ ਆਉਣਗੇ? ਉਹਨਾਂ ਨੂੰ ਇਸ ਗੱਲ ਦਾ ਅਜੇ ਤੱਕ ਅੰਦਾਜ਼ਾ ਨਹੀਂ ਹੋਇਆ ਵੀ ਪੰਜਾਬ ਦੀ ਪ੍ਰੋਬਲਮ ਗੁਲਾਮੀ ਹੈ, ਅਤੇ ਜੇ ਉਹਨਾਂ ਨੇ ਫਿਰ ਉਹ ਪਾਣੀ 'ਚ ਵਧਾਉਣੀ ਪਾਉਣੀ ਹੈ ਅਤੇ ਜਿੱਥੇ ਮਰਜ਼ੀ ਪਾਲਣ ਬਹਿ ਕੇ ਸਾਡਾ ਤਾਂ ਸਮਾਂ ਨਾ ਖਰਾਬ ਕਰਨ, ਘੱਟੋ ਘੱਟ ਆਉਣਾ ਕੋਈ ਵੀ ਚਾਹੇ ਵਿਜ਼ਨ ਦੇਖੋ ਕੇ ਆਵੇ। ਜਿਹਨੇ ਆਉਣਾ ਪਹਿਲਾਂ ਪ੍ਰੋਬਲਮ ਤਾਂ ਅੰਡਰਸਟੈਂਡ ਕਰੇ, ਮਤਲਬ ਪ੍ਰੋਬਲਮ ਇਹ ਨਹੀਂ ਹੈਗੀ ਵੀ ਇੱਥੇ ਕਰਪਸ਼ਨ ਹੈ, ਪ੍ਰੋਬਲਮ ਇਹ ਆ ਵੀ ਕਰਪਸ਼ਨ ਟੂਲ ਹੈ ਜਨੋਸਾਈਡ ਦਾ, ਜਿਹਨੂੰ ਐਲੀਮੀਨੇਟ ਨਹੀਂ ਕੀਤਾ ਜਾ ਸਕਦਾ ਫਰੀਡਮ ਤੋਂ ਬਿਨਾਂ।
सोसाइटी च पैराडाइम शिफ्ट की लोड़ है, सब कुछ उथल पुथल करने की लोड़ है, ये नवे स्ट्रक्चर खड़े करने की लोड़ है, तो तुम मरम्मत करने लगे हो वो स्ट्रक्चर जिहड़ा तुहानू मारदा है। पूरा पोलीटिकल स्ट्रक्चर शिफ्ट की लोड़ है, पोलीटिकल स्ट्रक्चर की भी शिफ्ट की लोड़ है, सारा स्ट्रक्चर सोशल स्ट्रक्चर की भी लोड़ शिफ्ट की पै गई है। सोसाइटी भी बड़े नकार चल गई है ना, मतलब सोसाइटी की कर रही है अज की डेट के, तुम वेखो ना की कुछ बन चुका है, मतलब कितने सीरीयसनैस नहीं हैगी, बंदे हर गल नू लैके मजाक कर रहे हैं। तुसी कौम की घटती पापूलेशन जथेदार साहब ने चिंता जताई सी, लोगों मजाक किए, टीचर कीतिया, हुण पुतिन ने कहा उसके जो राष्ट्रपति है भी 10 बच्चे जम्मो, वह इनाम दिंदा 10 बच्चे जम्मण से, जिहड़ी औरत 11वां बच्चा जम्मदी उहनू किन्ने $1,000 का इनाम है उत्थे। वो क्यों है? क्योंकि ये अंडरसटैंड करना चाहिए भी जिहड़ी कौम ने, कई बंदे अपने बेवकूफी दे विच इहो जिही गल कर जांदे ने भी बच्चे 50 ही जम्म लोगे ते जे कोई अकल ना होई किसी नूं, देखो घट्टो घट 50 बच्चों चों 5 बच्चे ने 54 बच्चों चों रेशो तो होगी ना भी एक अकलमंद निकल आऊगा, 3 बेवकूफ निकलोगे, जे होया ही एक फिर की करोगे तुसीं? अज माझे की धरती से वेखो, जो मावं को 4-4 पुत सी, 2-2 लिखे लाते कौम के, अज एक एक कहते वो लुकाउंदियां फिरदियां बुकल दे विच। सो ये नहीं हैगा भी ये कोई औरत दे जुल्म वाली गल है, ਇਹ ਔਰਤ ਅਤੇ ਬੰਦੇ ਦੀ ਸਾਂਝੀ ਲੜਾਈ ਹੈ, ਕੌਮ ਦੀ ਆਬਾਦੀ ਘੱਟਦੀ, ਦੋਵਾਂ ਲਈ ਚਿੰਤਾ ਦਾ ਵਿਸ਼ਾ ਹੈ। ਸੋ ਸਾਨੂੰ ਇਹ ਇਹ ਜਿਹੜੇ ਸਾਰੇ ਮਸਲੇ ਨੇ, ਇਹ ਸਾਰੇ ਮਸਲੇ ਨੂੰ ਅੰਡਰਸਟੈਂਡ ਕਰਨਾ ਪੈਣਾ। ਉੱਦਾਂ ਤਾਂ ਪ੍ਰੋਬਲਮ ਜਿਹੜੀ ਹੈ ਬਹੁਤ ਡੀਪ ਹੈ, ਅੰਤ ਨੂੰ ਪੰਜਾਬ ਦੀ ਕੋਈ ਮੁਸ਼ਕਲ ਤੁਸੀਂ ਮੈਨੂੰ ਦੱਸ ਦਿਓ, ਇੱਥੇ ਹੁਣੇ ਬੋਲ ਕੇ ਉਹ ਜੁੜਦੀ ਗੁਲਾਮੀ ਨਾਲ ਜਾ ਕੇ, ਕੋਈ ਇੱਕ ਮੁਸ਼ਕਲ ਐਸੀ ਦੱਸੋ ਪੰਜਾਬ ਦੀ ਜਿਹੜੀ ਪੰਜਾਬ ਦੀ ਗੁਲਾਮੀ ਨਾਲ ਨਹੀਂ ਜੁੜੀ। ਅਤੇ ਫਿਰ ਜਦੋਂ ਸਾਰਾ ਕੁਝ ਉੱਥੇ ਤਾਰ ਉੱਥੇ ਜਾਂਦੀ ਹੈ, ਅਤੇ ਉੱਥੇ ਉਹਨੂੰ ਚੇਂਜ ਕਰਨ ਦੀ ਲੋੜ ਹੈ ਕਿ ਉੱਤੇ ਸਾਰਾ ਕੁਝ ਕਰੀ ਜਾਈਏ ਤਾਂ ਥੱਲੇ ਉਹ ਹੀ ਰਹੇ, ਸਪਲਾਈ ਨੂੰ ਬੰਦ ਕਰਨਾ ਪੈਂਦਾ ਨਾ ਲੀਕੇਜ ਰੋਕਣ ਵਾਸਤੇ, ਜਾਂ ਤੁਸੀਂ ਲੀਕੇਜ ਦੇ ਉੱਤੇ ਸਟਿੱਕਰ ਲਾਉਂਦੇ ਫਿਰਦੇ ਹੁੰਦੇ ਹੋ। ਸੋ ਜਿਹੜੀਆਂ ਜਥੇਬੰਦੀਆਂ ਕਰ ਰਹੀਆਂ ਨੇ ਕੰਮ, ਇਹ ਮੁਰੰਮਤ ਵੀ ਨਹੀਂ ਕਰ ਰਹੀਆਂ ਸਹੀ ਤਰੀਕੇ ਨਾਲ, ਉਹ 'ਚ ਵੀ ਕਰਪਸ਼ਨ ਇਹਨਾਂ ਦੇ। ਆਖਰੀ ਸਵਾਲ ਹੈ ਕਿ ਸਿਮਰਜੀਤ ਸਿੰਘ ਮਾਨ ਬਾਰੇ ਕੀ ਸੋਚਦੇ ਹੋ? ਦੇਖੋ, ਸਿਮਰਜੀਤ ਸਿੰਘ ਮਾਨ ਕੌਮ ਦੇ ਉਹ ਲੀਡਰ ਨੇ ਜਿਨ੍ਹਾਂ ਨੇ ਸਿੱਖ ਸੋਵਰਨਟੀ ਦਾ ਆਈਡੀਆ ਇੰਨੇ ਸਾਲ ਜਿਉਂਦੇ ਰੱਖਿਆ, ਹਿਮੂਲੇਸ਼ਨ ਚੱਲੀ, ਆਪਣੇ ਲੋਕਾਂ ਕੋਲ ਮਜ਼ਾਕ ਸਹੇ ਉਹਨਾਂ ਨੇ, ਆਪਣਾ ਮਤਲਬ ਜਿਵੇਂ ਕਰਤਾਰਕੁਸ਼ੀ ਵੀ ਉਹਨਾਂ ਨੇ ਉਹਨਾਂ ਨੇ ਲੋਕਾਂ ਦੇ ਉਹਨਾਂ ਦੀ ਕੀਤੀ। ਕਿੰਨੇ ਮੌਕੇ ਸੀ, ਸਾਰੀ ਦੁਨੀਆ ਬਦਲ ਗਈ, ਉਹ ਵੀ ਬਦਲ ਜਾਂਦੀ। ਮੌਜੂਦਾ ਬਿਆਨਾਂ ਨਾਲ ਸਹਿਮਤ ਉਹਨਾਂ ਦੇ ਸਾਰਿਆਂ ਨਾਲ? ਹਾਂਜੀ, ਸਹਿਮਤ। ਦੇਖੋ, ਅਸੀਂ ਇਹ ਗੱਲ ਕਹਿੰਦੇ ਹਾਂ, ਬਿਆਨ ਜਿਹੜਾ ਹੈ ਜੇ ਤਾਂ ਤੱਥਾਂ ਦੇ ਆਧਾਰ 'ਤੇ ਗਲਤ ਹੈ, ਫਿਰ ਤਾਂ ਸਹਿਮਤੀ ਜਿਤਾਈ ਜਾ ਸਕਦੀ ਹੈ। ਜੇ ਵੈਸੇ ਲੋਕਾਂ ਨੂੰ ਗਲਤ ਲੱਗ ਰਿਹਾ, ਅਤੇ ਸੱਚੇ ਬੰਦੇ ਦਾ ਤਾਂ ਇਹੋ ਫਰਜ਼ ਹੈ ਨਾ ਵੀ ਚਾਹੇ ਸਾਰੀ ਦੁਨੀਆ ਝੂਠ ਨੂੰ ਸੱਚ ਕਹਿਣ ਲੱਗ ਪਏ, ਉਹਨੇ ਸੱਚ ਨੂੰ ਸੱਚ ਹੀ ਕਹਿਣਾ। ਸੋ ਸਾਡਾ ਤਾਂ ਮੇਰੇ ਖਿਆਲ ਨਾਲ ਕੋਈ ਅਸਹਿਮਤੀ ਨਹੀਂ ਗੀ, ਜਿੰਨਾ 'ਚ ਮਾਨ ਸਾਹਿਬ ਸਿਧਾਂਤ 'ਤੇ ਚੱਲਦੇ ਨੇ ਜਿੰਨੇ 'ਚ ਚੱਲਣਗੇ, ਸਾਡੀ ਕਦੀ ਸਹਿਮਤੀ ਹੋ ਸਕਦੀ? ਜਿਵੇਂ ਦੀਪ ਸਿੱਧੂ ਉਹਨਾਂ ਨਾਲ ਮਿਲ ਕੇ ਚੋਣ ਪ੍ਰਚਾਰ ਉਹਨਾਂ ਵਾਸਤੇ ਕੀਤਾ, ਚੱਲੋਗੇ ਨਾਲ ਉਸ ਤਰ੍ਹਾਂ? ਅਸੀਂ ਚੱਲਾਂਗੇ ਜੀ। ਦੇਖੋ, ਸੰਗਰੂਰ ਦੇ ਵਿੱਚ ਜਦੋਂ ਹੋਇਆ ਸੀ ਵਾਰਸ ਪੰਜਾਬ ਦੀ ਜਥੇਬੰਦੀ ਨੇ ਪੂਰਾ ਭਾਗ ਲਿਆ ਸੀ ਉਹਦੇ ਵਿੱਚ, ਉਦੋਂ ਮੈਂ ਮੌਜੂਦ ਨਹੀਂ ਸੀ ਇੱਥੇ। ਕੋਈ ਹੋਰ ਪਾਰਟੀ ਤੋਂ ਉਮੀਦ ਨਹੀਂ ਰੱਖਦੇ ਅਕਾਲੀ ਦਲ, ਬਾਦਲ ਤੋਂ ਜਾਂ ਆਮ ਆਦਮੀ ਪਾਰਟੀ ਤੋਂ? ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਇਨਕਲਾਬ ਲੈ ਕੇ ਆਵਾਂਗੇ, ਬਿਜਲੀ ਸਸਤੀ ਕਰਤੀ ਜਾਂ ਇਹ ਮਸਲੇ? ਨਹੀਂ, ਆਮ ਆਦਮੀ ਪਾਰਟੀ ਜਾਂ ਕਿਸੇ ਵੀ ਨੈਸ਼ਨਲ ਪਾਰਟੀ ਜਾਂ ਉਹ ਪਾਰਟੀਆਂ ਜਿਹੜੀਆਂ ਨੈਸ਼ਨ ਜਿਹੜੇ ਨੇਸ਼ਨ ਦੇ ਨਾਲ ਜਾਂ ਜਿਹੜੀ ਕੈਪੀਟਲ ਦੇ ਨਾਲ, ਦਿੱਲੀ ਦੇ ਨਾਲ ਅਲਾਇੰਸ ਕਰਨਾ ਚਾਹੁੰਦੀਆਂ ਨੇ, ਗੁੱਜਾ ਜਾਂ ਗੁਪਤ ਰੂਪ 'ਚ ਜਾਂ ਜਿਹੜਾ ਮਤਲਬ ਸ਼ਰੇਆਮ, ਉਹਨਾਂ ਨਾਲ ਸਾਡੀ ਨਹੀਂ ਬਣ ਸਕਦੀ। ਪੰਜਾਬ ਦੀ ਪ੍ਰੋਬਲਮ ਬੜੀ ਯੂਨੀਕ ਹੈ। ਪੰਜਾਬ ਦੀ ਪ੍ਰੋਬਲਮ ਨੂੰ ਉਹ ਬੰਦਾ ਸਮਝ ਸਕਦਾ ਜਿਹੜਾ ਪੰਜਾਬ ਨੂੰ ਅੰਡਰਸਟੈਂਡ ਕਰਦਾ ਹੈ। ਹੁਣ ਆਪਣੇ ਸਾਹਮਣੇ ਭਗਵੰਤ ਮਾਨ ਦੀ ਇਗਜ਼ਾਮਪਲ ਹੈਗੀ ਹੈ। ਤੁਹਾਨੂੰ ਤੁਸੀਂ ਦੱਸੋ ਵੀ ਜਿਹੜਾ ਕੁਛ ਹੋਇਆ ਸੀ 4-5 ਮਹੀਨਿਆਂ ਦੇ ਵਿੱਚ, ਹੋਇਆ 6 ਮਹੀਨਿਆਂ ਸਰਕਾਰ ਦੇ ਵਿੱਚ ਬਦਲਾਅ, ਲੋਕ ਬਦਲਾਅ ਦੀ ਉਮੀਦ ਕਰਦੇ ਸੀ ਕਿ ਆਇਆ, ਕੁਛ ਵੀ ਨਹੀਂ ਆਇਆ। 3 ਮਹੀਨੇ ਬਾਅਦ ਸਰਦਾਰ ਸਿਮਰਜੀਤ ਸਿੰਘ ਮਾਨ ਜਿੱਤਿਆ ਉਸੇ ਸੀਟ ਤੋਂ ਜਿਹੜੀ ਸੀਟ ਇਹਨਾਂ ਦੀ ਪਾਰਟੀ ਨੇ ਛੱਡੀ ਸੀ। ਇਹ ਕਦੀ ਵਾਪਰਿਆ ਕਿਸੇ ਗੌਰਮੈਂਟ ਦੇ ਨਾਲ ਵੀ ਮੌਜੂਦਾ ਸਰਕਾਰ ਹੋਵੇ? ਸੋ ਇਹ ਕਿਉਂ ਵਾਪਰਿਆ? ਇਹ ਇੱਦਾਂ ਹੋਣਾ, ਜਿਹੜੀ ਸੋਸਾਇਟੀ ਆ ਇੰਪੇਸ਼ੈਂਟ ਹੋ ਗਈ ਹੈ। ਸੋਸਾਇਟੀ ਕਿਸੇ ਨੂੰ ਵੀ ਸਮਾਂ ਨਹੀਂ ਦਿੰਦੀ ਬਹੁਤਾ, ਕੋਈ ਵੀ ਹੋਵੇ, ਡਿਸਪਾਈਟ ਕੋਈ ਵੀ ਬੰਦਾ ਹੋਵੇ। ਉਹ ਤੁਹਾਡਾ ਟੈਸਟਿੰਗ ਪੀਰੀਅਡ ਬਹੁਤ ਛੋਟਾ, ਜੇ ਤੁਸੀਂ ਉਹ 'ਚ ਫੇਲ ਹੁੰਦੇ ਜੋ ਦੂਜਾ ਮੌਕਾ ਨਹੀਂ ਮਿਲਦਾ ਇੱਥੇ। ਸਿੱਖਾਂ ਦਾ ਭਵਿੱਖ ਕਿਵੇਂ ਦਾ? ਸਿੱਖਾਂ ਦਾ ਭਵਿੱਖ ਦੀ ਮਹਾਰਾਜ ਦੇ ਹੱਥ ਹੈ, ਸਭ ਕੁਛ ਚੜ੍ਹਦੀ ਕਲਾ 'ਚ। ਜੈਨੋਸਾਈਡ ਦਾ ਨੈਰੇਟਿਵ ਕ੍ਰੀਏਟ ਕੀਤਾ ਜਾ ਰਿਹਾ ਲੱਗਦਾ ਤੁਹਾਨੂੰ? ਉਹ ਆਲਰੇਡੀ ਹੈਗਾ, ਉਹਨਾਂ ਨੂੰ ਕ੍ਰੀਏਟ ਕਰਨ ਦੀ ਲੋੜ ਨਹੀਂ। ਜਦੋਂ ਬਾਲਣ ਪਿਆ ਹੋਵੇ ਉਹਨੂੰ ਸਿਰਫ ਅੱਗ ਲਾਉਣ ਦੀ ਲੋੜ ਹੁੰਦੀ, ਬਾਲਣ ਇਕੱਠਾ ਕਰਨ ਦੀ ਲੋੜ ਨਹੀਂ। ਸਿੱਖ ਬਰੂਦ ਦੇ ਢੇਰ 'ਤੇ ਬੈਠੇ ਨੇ, ਸਿੱਖਾਂ ਨੂੰ ਰੋਜ਼ ਧਮਕਾਇਆ ਜਾਂਦਾ। ਕਿਤੇ ਪੰਜਾਬ ਤੋਂ ਬਾਹਰ ਸਿੱਖ ਦੀ ਐਵੇਂ ਕਿਸੇ ਨਾਲ ਲੜਾਈ ਹੋ ਜਾਵੇ, ਉਹ 'ਚ ਵੀ ਉਹਨੂੰ 84 ਦਰਾਉਣ ਦੀ ਧਮਕੀ ਦਿੱਤੀ ਜਾਂਦੀ। ਸੋ ਜਿਹੜੀ ਜੈਨੋਸਾਈਡਲ ਪਲਸਿਸ ਹੈ ਉਹ ਬੈਠੀ ਹੈ ਉਹਨਾਂ ਦੇ ਅੰਦਰ, ਇੰਬੈਡਡ ਹੈ, ਜਾ ਨਹੀਂ ਸਕਦੀ। ਸਿਰਸਾ ਸਾਹਿਬ ਉਹਨਾਂ ਨੇ ਦਿੱਲੀ ਦੇ ਵਿੱਚ ਤਿਰੰਗਾ ਯਾਤਰਾ ਕੱਢੀ, ਉਹਦੇ ਥੱਲੇ ਕਮੈਂਟ ਆਏ ਕਿ ਟਾਇਰਸ ਆਰ ਸਟਿਲ ਵਰਕਿੰਗ ਆਫਟਰ 30-34 ਈਅਰਸ।
देखो ये तो हुण सिरसा साहब नूं चाहिए घट्टो घट दिल्ली च ये काम ना करते, क्यों ना करते भी दिल्ली च जिहड़े सिख तिरंगे वाले सी उन्हां दा भी नसल कुछ हुई, जिहड़े नहीं सी उन्हां दी भी हुई। तो इस तरीके नाल धीआं भैण की बेपत्ती इस कदर हुई भी जिहनूं बयान नहीं किया जा सकता। सो मेरे ख्याल दे नाल जो बंदा खुशामदी बन जाता है, जो बंदा किसी बंदे मतलब अपने धर्म को अपने कीदे को छड़ के किसी बंदे का या किसी पार्टी का खुशामदी बन जाता है, वह फिर गिरदा है। अज तिरंगा यात्रा करी कल हो सकता होर कि यात्रा करन तुर पैण जी। सो उत्थे विधवा कलोनी है, उत्थे कढ लैंदे तिरंगा यात्रा, पता लगता। मतलब तिरंगे ना तो जिहड़ा मैं गल कहना भी जिहड़ा सिखां दे तन जिहड़ा जिहड़े वह नहीं जिहड़ा बेपत होया वह नहीं ढकया जा सकता। सिरसा साहब जो कुछ करना चाहते हैं तो उन्होंने ये करना चाहिए भी वो जो सरकार तो भाईवाल ने तो वो इन्हों फांसी दवा, वो इन्हों फाही टंगण जिन्होंने सिखा दी धीं भैन ने बेपत्ती की है। हो उल्टा रहा सिख सज़ा कट के जेलों च ने, बलात्कार के दोषी छड़े जा रहे हैं। सो ये आपां वेख लिया भी जो उम्मीद छड़ दिओ, बादलों ने यह काम किया, होरना पार्टियां ने यह काम किया, क्योंकि इन्हों किसी न किसी का निज आ जाता इन्हों का। आपां उम्मीद उस बंदे तो है जिहड़ा बंदा सौवर्ण है, जिहड़ा बंदा किसी नाल अलायंस नहीं करता, जिहड़ा बंदा अपने सिद्धांत ते खड़ा है, उहदे तो असीं उम्मीद करदे हां जी। भाई साहब तुसीं अपना कीमती समां लैते हो, बहुत बहुत धन्यवाद। वाहिगुरू जी का खालसा, वाहिगुरू जी खालसा, वाहिगुरू जी की फतिह। तो गलबात की है अमृतपाल सिंह जी के नाल, जिन्हां ने गल ये रखी है कि पंजाब की अते खास तौर उत्ते सिख कम्यूनिटी की जो इस वेले हालात है उसका एको एक कारण है कि कौम गुलाम आ, कौम अपनी सोवरैनिटी के लिए संघर्ष करे तो यह सारे मसले ने जोड़े हल हो सकते हैं। स्थाई तौर पर जेकर इन्होंने मसलियां हल करना तो सोवरैनिटी लिए बिना इन्होंने मसलियां हल नहीं किया जा सकता। तुम बने रहो पंजाब के टी वी के, मैनू मनदीप सिंह दे इजाजत, धन्यवाद। वाहेगुरू जी का खालसा, वाहेगुरू जी की फतेह। जिहड़ा सोवरनिटी का आइडिया है, भाई दीप ने गल कही सी, पवित्र आइडिया है, ये बड़ा सेक्रेड आइडिया है। साडी कौम नहीं बदल सकदी, साडा खून नहीं बदल सकदा, कित्थों कटोंगे पिछों साडे साडे पंत नूं साडे गुरुआं ने दित्तियां शहीदियां उहनां दीआं कीतियां कमाईआं नूं कित्थों कटोंगे। उहदा राते रात बोल पैंदियां आ खड़े आ पतंदर दिल्ली दी हिक ते आके चढ़ गए सुख झूल ते निशान रहण। Beggars can't be choosers। एक कहावत है अंग्रेजी की, मंगते नूं जिहड़ी मूँह मंगी भीख नहीं मिलती, उन्हूं वो मिलता जो अगला देना चाहता। तुसीं सुनिया कभी भी हिंदी बोली लागू कराने वास्ते किसी बंदे ने कुछ सर्च किया हो, एक धरना तुसीं सुनिया अज तक? तो असीं धरने ला ला के पंजाबी नहीं बचा सकते। सो जिहड़ा सिस्टम हुंदा है ना, सिस्टम एक तरीके नाल वर्क करता है। जे तो तुहाडा सिस्टम है तुहाडे फेवर च करूगा, जे तुहाडा नहीं हैगा तुहाडे उल्ट करूगा, जिन्ना मर्जी हक्कां दा जोर ला लो। लाल किले तो आप निशान साहब जरा किया, थ्रेट मिले सू मोदी की गड्डी रुकती है।